ਸਭ ਸਿੱਖਣ ਕੋ ਗੁਰੂ ਮਾਨਿਓ ਸਾਹਿਬ ਦੇ ਹੁਕਮ ਨੂੰ ਸਿਰ ਮੱਥੇ ਤੇ ਮੰਨੋ, ਪਾਓ ਗਲ ਵਿੱਚ ਪੱਲਾ, ਲਓ ਤਰਲਾ, ਚੁਕਾਓ ਸੀ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੂੰ, ਬਣਾਓ ਨਾਤਾ, ਕੁਝ ਕਹਿਣ ਦੀ ਆਗਿਆ ਮੰਗੋ, ਇੱਕੇ ਵਾਰ ਕਹਿਣ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹੀ ਗੁਰੂ ਫਤਿਹ ਦੀ ਸਾਂਝ ਹੈ, ਇਹਦੇ ਨਾਲ ਸਾਡਾ ਨਾਤਾ ਬਣ ਗਿਆ, ਰਿਸ਼ਤਾ ਬਣ ਗਿਆ। ਕਦੀ ਵੀ ਕਿਸੇ ਨੂੰ ਰਾਹ ਗਲੀ ਤੁਰਿਆ ਜਾਂਦਿਆਂ ਬਾਹੋਂ ਪਕੜ ਕੇ ਨਹੀਂ ਆਖਿਆ ਜਾ ਸਕਦਾ ਕਿ ਆਹ ਤੈਨੂੰ ਗੁਰੂ ਵਾਲਾ ਬਣਾ ਦਿਆਂ, ਆਹ ਤੈਨੂੰ ਸਿੱਖ ਇਸਮ ਦਾ ਪੰਨਾ ਯਾਦ ਕਰਵਾ ਦਿਆਂ, ਕਦੀ ਨਹੀਂ ਕਿਹਾ ਜਾ ਸਕਦਾ। ਔਰ ਜੇ ਤੁਹਾਡੇ ਵਿੱਚ ਇੱਕ ਨਾਤਾ ਹੈ, ਰਿਸ਼ਤਾ ਹੈ, ਤੇ ਤੁਸੀਂ ਉਹਨੂੰ ਬਾਹੋਂ ਪਕੜ ਕੇ ਕਹਿ ਸਕਦੇ ਹੋ ਵੀ ਆਹ ਭਾਈ ਤੈਨੂੰ ਗੁਰੂ ਦੀ ਗੱਲ ਦੱਸਾਂ, ਤੈਨੂੰ ਗੁਰੂ ਦੀ ਗੱਲ ਸੁਣਾਵਾਂ, ਤੈਨੂੰ ਗੁਰੂ ਦੀ ਬਾਤ ਸੁਣਾਵਾਂ ਵੀ ਸਾਡਾ ਗੁਰੂ ਕਿਹੋ ਜਿਹਾ। ਆਓ ਮੈਂ ਉਹਨਾਂ ਮਰਦਾਂ ਦੀ ਦਾਸਤਾਂ ਦਾ ਪੰਨਾ ਤੁਹਾਡੀ ਖਿਦਮਤ ਵਿੱਚ ਰੱਖਣ ਲੱਗਾ। ਕੋਈ ਇਹੋ ਜਿਹਾ ਇਤਿਹਾਸ ਨਹੀਂ ਜਿਹੜਾ ਇਹਨਾਂ ਦੀ ਸਟੇਜ 'ਤੇ ਬੋਲਿਆ ਨਾ ਗਿਆ ਹੋਵੇ। ਮੈਂ ਗੱਲ ਕਰਨ ਜਾ ਰਿਹਾ ਜੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ। ਢਹਿੰਦੀ ਕਲਾ ਦੀਆਂ ਗੱਲਾਂ ਬਹੁਤ ਕੌਮ ਦੇ ਅੰਦਰ ਹੋਈਆਂ। ਸਿੱਖ ਰਾਜ ਕਿਵੇਂ ਗਿਆ, ਗੁਰੂ ਕੀ ਸੰਗਤ ਨੇ ਬੜੀ ਮੰਗ ਕੀਤੀ ਅਤੇ ਬੜੇ ਉਹਨਾਂ ਦੀ ਮੰਗਾਂ ਦੇ ਉੱਪਰ ਨੈੱਟ ਦੇ ਉੱਪਰ ਵੱਖ ਵੱਖ ਵਿਚਾਰਵਾਨਾਂ ਨੇ, ਵੱਖ ਵੱਖ ਵਿਦਵਾਨ ਵੀਰਾਂ ਨੇ, ਵਿਦਵਾਨ ਪੁਰਖਾਂ ਨੇ ਉਹਦੀ ਸ਼ੈਲੀ ਨੂੰ ਡੋਗਰਿਆਂ ਦੇ ਤਾਈਂ ਲਿਆਣ ਕੇ ਉਸ 'ਤੇ ਖਤਮ ਕਰਨ ਦਾ ਯਤਨ ਕੀਤਾ। ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੋਂ ਹਿਤੇਤੀ। ਪਰ ਯਾਦ ਰੱਖਿਆ ਜੀ, ਇਤਿਹਾਸ ਉਹੀ ਹੈ ਜੋ ਗੁਰਬਾਣੀ ਦੀ ਕਸਵੱਟੀ 'ਤੇ ਖਰਾ ਉਤਰਦਾ। ਗੁਰਦੇਵ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਂ। ਇਹਨੂੰ ਥੋੜ੍ਹਾ ਜਿਹਾ ਨੇੜਿਓਂ ਖੋਜਣ ਦਾ ਯਤਨ ਕੀਤਾ, ਤਵੱਜੋਂ ਦਿਆ ਜੇ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੈ, ਵਜ਼ੀਰੀ ਡੋਗਰਿਆਂ ਦੇ ਕੋਲ ਹੈ। ਵਜ਼ੀਰੀ ਹੈ ਧਿਆਨ ਸਿੰਘ ਵਰਗੇ, ਹੀਰਾ ਸਿੰਘ ਵਰਗਿਆਂ ਦੇ ਕੋਲ, ਲਾਲ ਸਿੰਘ ਵਰਗਿਆਂ ਦੇ ਕੋਲ, ਇਹਨਾਂ ਕੋਲ ਵਜ਼ੀਰੀ ਹੈ। ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸੱਜੇ ਖੱਬੇ ਦੇ ਸਾਥੀ ਨੇ, ਜਿਹਨੂੰ ਆਪਾਂ ਆਖਦੀਏ ਰਾਈਟ ਹੈਂਡ, ਸੱਜਾ ਹੱਥ, ਲੈਫਟ ਹੈਂਡ, ਖੱਬਾ ਹੱਥ, ਇਹ ਸੱਜੇ ਅਤੇ ਖੱਬੇ ਵਾਲੇ ਨੇ। ਹੁਣ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਦੇ ਅੰਦਰ ਬੜੇ ਬੜੇ ਮਰਦ ਭਰਤੀ ਹੋਏ। ਉਹਨਾਂ ਮਰਦਾਂ ਦੇ ਵਿੱਚੋਂ ਇੱਕ ਭਾਈ ਹਰਦਾਸ ਦਾ ਜ਼ਿਕਰ ਆਉਂਦਾ, ਜਿਹੜਾ ਉੱਪਲ ਖੱਤਰੀ ਘਰਾਣੇ ਦੇ ਨਾਲ ਸੰਬੰਧ ਰੱਖਦਾ। ਮੈਂ ਇੱਥੋਂ ਚੱਲਿਆ, ਖੱਤਰੀ ਘਰਾਣੇ ਦੇ ਨਾਲ ਸੰਬੰਧ ਰੱਖਣ ਵਾਲਾ ਭਾਈ ਹਰਦਾਸ, ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਦੇ ਅੰਦਰ ਹੈ। ਇਹਦੇ ਘਰ ਇੱਕ ਪੁੱਤਰ ਨੇ ਜਨਮ ਲਿਆ, ਜਿਸ ਪੁੱਤਰ ਦਾ ਨਾਮ ਮਾਪਿਆਂ ਨੇ ਰੱਖਿਆ ਸਰਦਾਰ ਗੁਰਦਿਆਲ ਸਿੰਘ। ਇਹ ਸਰਦਾਰ ਗੁਰਦਿਆਲ ਸਿੰਘ ਗੁੱਜਰਾਂ ਵਾਲੇ ਦੇ ਰਹਿਣ ਵਾਲਾ ਸੀ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਚੂਨਾ ਮੰਡੀ ਲਾਹੌਰ। ਜਿਸ ਚੂਨਾ ਮੰਡੀ ਲਾਹੌਰ ਦੇ ਅੰਦਰ ਬਾਬੇ ਜੇਠੇ ਦਾ ਜਨਮ ਹੋਇਆ, ਜਿਹੜਾ ਬਾਬਾ ਜੇਠਾ ਬਾਅਦ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਬਣੇ। ਮੈਂ ਉਹਨਾਂ ਦੀ ਗੱਲ ਕਰ ਰਿਹਾ, ਚੂਨਾ ਮੰਡੀ ਲਾਹੌਰ ਪਾਕਿਸਤਾਨ। ਇਹ ਗੁੱਜਰਾਂ ਵਾਲੇ ਪਿੰਡ ਦੇ ਵਿੱਚ ਰਹਿੰਦੇ ਨੇ, ਗੁੱਜਰਾਂ ਵਾਲੇ ਇਹਨਾਂ ਦਾ ਨਗਰ ਹੈ। ਉੱਧਰੋਂ ਭਾਈ ਹਰਦਾਸ ਅਕਾਲ ਚਲਾਣਾ ਕਰ ਗਿਆ, ਦੇਸ਼ ਕੌਮ ਦੀ ਸੇਵਾ ਕਰਦਿਆਂ, ਭਾਵ ਕਿ ਪਿਤਾ ਪੁਰਖੀ ਕਿੱਤਾ ਸੀ। ਅਤੇ ਸਰਦਾਰ ਭਾਈ ਹਰਦਾਸ ਤੋਂ ਬਾਅਦ ਉਹਦੀ ਕਮਾਨ ਨੂੰ ਸਾਂਭਿਆ। ਅੱਜ ਦੇ ਵਾਂਗਰਾਂ ਨਹੀਂ, ਜੇ ਕੋਈ ਸਰਕਾਰੀ ਨੌਕਰੀ ਕਰਦਾ ਸੀ, ਉਹ ਸਰਕਾਰੀ ਨੌਕਰੀ ਕਰਦਿਆਂ ਸ਼ਹਾਦਤ ਦਾ ਜਾਂ ਪੀ ਜਾਂਦਾ ਅਤੇ ਉਹਨੂੰ ਸਰਕਾਰ ਦੇ ਦਰਵਾਜ਼ੇ 'ਤੇ ਗੇੜੇ ਨਹੀਂ ਸੀ ਮਾਰਨੇ ਪੈਂਦੇ। ਇਹੋ ਜਿਹਾ ਰਾਜ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਇਹੋ ਜਿਹਾ ਰਾਜ ਉਸ ਮਰਦ ਨੇ ਕਮਾਇਆ। ਕਹਿੰਦੇ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਨਾ, ਉਸ ਰਾਜ ਦੇ ਅੰਦਰ ਕੁੱਤੇ ਦੇ ਗਲੋਂ ਵੀ ਕੋਈ ਕੈਂਠਾ ਨਹੀਂ ਸੀ ਉਤਾਰਦਾ। ਕਿਹੋ ਜਿਹਾ ਵਧੀਆ ਰਾਜ ਕਮਾ ਕੇ ਗਿਆ ਉਹ ਮਰਦ,
ਪਰ ਸਾਡਿਆਂ ਨੇ ਉਹਨੂੰ ਵੀ ਭੰਡਣਾ ਸ਼ੁਰੂ ਕਰ ਦਿੱਤਾ। ਠੀਕ ਹੈ, ਦੋਵੇਂ ਪਹਿਲੂ ਨੇ, ਜਿਸ ਪਹਿਲੂ 'ਤੇ ਉਹ ਭੰਡਦੇ ਨੇ ਸ਼ੇਰੇ ਪੰਜਾਬ ਨੂੰ, ਉਹ ਪਹਿਲੂ ਕੇਵਲ ਅਤੇ ਕੇਵਲ ਉਹ ਪਿਤਾ ਪੁਰਖੀ ਨਹੀਂ, ਉਹ ਤਾਂ ਰਾਜੇ ਮਹਾਰਾਜਿਆਂ ਵਾਲੀ ਜੀਵਨੀ ਸੀ। ਦੂਸਰੇ ਰਾਜੇ ਵੀ ਇਸੇ ਤਰ੍ਹਾਂ ਕਰਦੇ ਸਨ, ਮਜਬੂਰੀ ਸੀ ਉਹਦੀ, ਉਹ ਦੂਸਰਾ ਪਹਿਲੂ ਹੈ। ਪਰ ਜਿਹੜਾ ਰਾਜ ਹਿੱਕ ਦੇ ਜ਼ੋਰ ਦੇ ਨਾਲ ਮਰਦ ਕਰਕੇ ਗਿਆ, ਵਧੀਆ ਰਾਜ ਜਿਹੜਾ ਕਮਾ ਕੇ ਗਿਆ, ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਕੋਈ ਨਹੀਂ ਆਇਆ। ਖੈਰ ਉਹ ਵਿਚਾਰ, ਭਾਈ ਹਰਦਾਸ ਤੋਂ ਬਾਅਦ ਆ ਭਾਈ ਗੁਰਦਿਆਲ ਆਇਆ, ਅਤੇ ਭਾਈ ਗੁਰਦਿਆਲ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ, ਉਹਦੀ ਸ਼ਾਦੀ ਹੋਈ, ਵਿਆਹ ਹੋਇਆ। ਵਿਆਹ ਤੋਂ ਬਾਅਦ ਉਹਦੇ ਘਰ ਇੱਕ ਪੁੱਤਰ ਨੇ ਜਨਮ ਲਿਆ, ਅਤੇ ਸਰਦਾਰ ਗੁਰਦਿਆਲ ਸਿੰਘ ਅਤੇ ਮਾਤਾ ਧਰਮ ਕੌਰ ਨੇ ਨਾਮ ਰੱਖਿਆ ਹਰੀ ਸਿੰਘ। ਹਰੀ ਸਿੰਘ ਨਾਮ ਰੱਖ ਦਿੱਤਾ। ਹੁਣ ਹਰੀ ਸਿੰਘ ਹੌਲੀ ਹੌਲੀ ਜਵਾਨ ਹੁੰਦਾ ਗਿਆ, ਸਮਾਂ ਆਪਣੀ ਚਾਲੇ ਚੱਲਦਾ ਗਿਆ। 7 ਕੁ ਸਾਲ ਦੀ ਆਰਜੂ ਹੋਈ, 7 ਸਾਲ ਦੀ ਆਰਜੂ ਦੇ ਅੰਦਰ ਇੱਧਰ ਪਿਤਾ ਸਰਦਾਰ ਗੁਰਦਿਆਲ ਸਿੰਘ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਦੇ ਅੰਦਰ ਬਬਾਏ ਦੇਸ਼ ਕੌਮ ਦੀ ਸੇਵਾ ਕਰਦਿਆਂ ਕਰਦਿਆਂ ਸ਼ਹਾਦਤ ਦਾ ਜੰਮ ਪੀ ਗਿਆ। ਉੱਧਰ ਸ਼ਹਾਦਤ ਦਾ ਜੰਮ ਪੀਤਾ, ਇੱਧਰ ਸ਼ਰੀਕਾਂ ਨੇ, ਬੀਬੀ ਧਰਮ ਕੌਰ ਭੈਣਾਂ ਵੀ ਧਿਆਨ ਦੇਣ ਕਿ ਕਿਹੋ ਜਿਹਾ ਜੀਵਨ ਸੀ ਪੁਰਾਣੀਆਂ ਮਾਈਆਂ ਦਾ। ਹੁਣ ਵਾਲਾ ਜੀਵਨ ਨਹੀਂ ਸੀ ਵੀ ਚਲੋ ਕੋਈ ਵਿਆਹ ਦਾ ਪ੍ਰੋਗਰਾਮ ਆ, ਮੈਨੂੰ ਮਾਫ਼ੀ ਦਿਓ ਜੀ, ਮੈਂ ਟੂਕ ਮਾਤਰ, ਕਿਉਂਕਿ ਮੇਰੀ ਡਿਊਟੀ ਲਾਈ ਹੈ ਪਰਮਾਤਮਾ ਨੇ, ਅਤੇ ਜੇ ਅਸੀਂ ਨਹੀਂ ਦੱਸਾਂਗੇ ਤਾਂ ਕੌਣ ਦੱਸੇਗਾ। ਜੇ ਇਹਦੀ ਹਜ਼ੂਰੀ ਦੇ ਅੰਦਰ ਆਣ ਕੇ ਅਸੀਂ ਸੱਚ ਨਾ ਬੋਲਿਆ ਤਾਂ ਕਿੱਥੇ ਬੋਲਾਂਗੇ। ਆਣਾ ਕਰ ਗਿਆ ਬਾਪੂ ਨਰਾਇਣ ਸਿੰਘ ਮਜੰਗ ਦੇ ਕੋਲ, ਮਾਂ ਨੇ ਜਾ ਕੇ ਕਿਹਾ, ਕਹਿੰਦੀ ਬਾਪੂ ਤੂੰ ਸਿਆਣਾ ਹੈ, ਤੂੰ ਵਿਦਵਾਨ ਹੈ, ਅਤੇ ਤੂੰ ਮੈਨੂੰ ਦੱਸ ਕਿ ਮੈਂ ਆਪਣੇ ਬੱਚੇ ਨੂੰ ਸਿੱਖਿਆ ਦੇਣੀ ਹੈ, ਉਹਨੂੰ ਸਿੱਖਿਆ ਦੇਣ ਦਾ ਸਹੀ ਸਮਾਂ ਕਿਹੜਾ ਹੈ। ਜਦੋਂ ਆਹ ਸ਼ਬਦ ਵਰਤੇ ਨਾ, ਬਾਪੂ ਨਰਾਇਣ ਸਿੰਘ ਮਜੰਗ ਨੇ ਜਵਾਬ ਨਾ ਦਿੱਤਾ। 3 ਵਾਰ ਜਦੋਂ ਇਹ ਗੱਲ ਹੋਈ ਅਤੇ ਫਿਰ ਜਦੋਂ ਅੱਗੇ ਵਧੀ ਅਤੇ ਬਾਪੂ ਕਹਿੰਦਾ ਧੀਏ ਰਹਿਣ ਦੇ, ਤੂੰ ਕਹਿਣਾ ਵੀ ਬਾਪੂ ਬੁੱਢਾ ਹੋ ਗਿਆ, ਇਹਦੀ ਮਤ ਭ੍ਰਿਸ਼ਟ ਹੋ ਗਈ, ਸਠਿਆ ਗਿਆ, ਬੁੱਢਾ ਸਠਿਆ ਗਿਆ। ਕਹਿੰਦੀ ਨਹੀਂ ਬਾਪੂ ਜੀ, ਮੈਂ ਮਾਂ ਬਣ ਕੇ ਆਈ ਹਾਂ। ਧੀਏ ਕੀ ਸਵਾਲ ਹੈ? ਕਹਿੰਦੀ ਬਾਪੂ ਜੀ, ਮੇਰਾ ਸਵਾਲ ਹੈ ਕਿ ਬੱਚੇ ਨੂੰ ਸਹੀ ਸਿੱਖਿਆ ਦੇਣ ਦਾ ਸਮਾਂ ਕਿਹੜਾ ਹੈ? ਅਤੇ ਕਹਿੰਦੇ ਬਾਪੂ ਨਰਾਇਣ ਸਿੰਘ ਮਜੰਗ, ਕਹਿੰਦਾ ਧੀਏ ਘੱਟੋ ਘੱਟ ਮਾਂ ਗੁਜਰੀ ਦਾ ਜੀਵਨ ਪੜ੍ਹ, ਅਤੇ ਤੇਰੇ ਵਾਸਤੇ ਘੱਟੋ ਘੱਟ ਬੱਚੇ ਦੇ ਪੈਦਾ ਹੋਣ ਤੋਂ 9 ਮਹੀਨੇ ਪਹਿਲਾਂ ਦਾ ਸਮਾਂ ਸਹੀ ਹੈ। ਤਵੱਜੋ ਦਿਆ ਜੀ, ਤੇਰੇ ਵਾਸਤੇ ਦੁਨਿਆਵੀ ਪੱਖ ਸੀ ਨਾ, ਤੇਰੇ ਵਾਸਤੇ ਘੱਟੋ ਘੱਟ ਬੱਚੇ ਦੇ ਪੈਦਾ ਹੋਣ ਤੋਂ 9 ਮਹੀਨੇ ਪਹਿਲਾਂ ਦਾ ਸਮਾਂ ਸਹੀ ਹੈ। ਹੁਣ ਅੱਜ ਦੀ ਮਾਂ ਸੀ, ਕਹਿੰਦੀ ਬੱਚਾ ਤਾਂ ਪੈਦਾ ਨਹੀਂ ਹੋਇਆ ਤਾਂ ਸਿੱਖਿਆ ਕਿੱਥੋਂ ਦੇ ਦੇਵਾਂ, ਬਾਪੂ ਤੂੰ ਤਾਂ ਸੱਚੀ ਸਿੱਠਿਆ ਗਿਆ। ਕਹਿੰਦਾ ਧੀਏ ਨਹੀਂ, ਜੇ ਤੂੰ ਚਾਹੁੰਦੀ ਹੈ ਨਾ ਤੇਰੇ ਘਰ ਨਿਤਨੇਮ ਹੀ ਪੈਦਾ ਹੋਵੇ, ਤਾਂ ਆਪਣਾ ਨਿਤਨੇਮ ਹੀ ਇੰਨਾ ਕੁ ਵਧਾ ਦੇ, ਇੰਨਾ ਕੁ ਨਿਤਨੇਮ ਵਧਾ ਦੇ ਵੀ ਤੇਰੇ ਘਰ ਇੱਕ ਨਿਤਨੇਮ ਹੀ ਪੈਦਾ ਹੋਵੇ। ਮਾਂ ਧਰਮ ਕੌਰ ਦਾ ਨਿਤਨੇਮ ਸੀ, ਔਰ ਪਿਤਾ ਜਿਹੜਾ ਸੀ ਉਹ ਯੋਧਾ ਸੀ, ਬਲਕਾਰੀ ਸੀ, ਵੱਡ ਯੋਧਾ ਸੀ ਸਰਦਾਰ ਗੁਰਦਿਆਲ ਸਿੰਘ। ਕਹਿੰਦੇ ਜਦੋਂ ਸਿਰ ਤੋਂ ਸਾਇਆ ਉੱਠਿਆ ਨਾ, ਤਾਂ ਸ਼ਰੀਕਾਂ ਨੇ ਕੀ ਕੀਤਾ, ਆਪ ਆਪਣੀ ਬੁੱਧ ਹੈ ਜਿੱਤੀ, ਆਪਣੀ ਬੁੱਧ ਦੇ ਮੁਤਲਕ ਉਹਨਾਂ ਦੀ ਜਿਹੜੀ ਪ੍ਰੋਪਰਟੀ ਸੀ, ਉਹਨਾਂ ਦੀ ਜ਼ਮੀਨ ਜਾਇਦਾਦ ਸੀ, ਘਰ ਸੀ, ਉਹਦੇ 'ਤੇ ਕਾਬਜ਼ ਹੋਣੇ ਸ਼ੁਰੂ ਹੋ ਗਏ। ਹੁਣ ਜਦੋਂ ਪਤਾ ਲੱਗਾ ਨਾ ਮਾਂ ਨੂੰ, ਮਾਂ ਸਿਆਣੀ ਨਿਕਲੀ, ਮੈਂ ਕਹਿੰਦੀ ਮੇਰੀ ਅਸਲ ਜਾਇਦਾਦ ਤਾਂ ਮੇਰਾ ਪੁੱਤਰ ਹੀ ਹੈ, ਇੱਕੋ ਹੀ ਹੈ, ਅਤੇ ਮੈਂ ਜਾਇਦਾਦ ਫੂਕਣੀ ਜੇ ਮੇਰਾ ਪੁੱਤ ਹੀ ਮੇਰੇ ਕੋਲ ਨਾ ਰਿਹਾ। ਤਾਂ ਮਾਂ ਨੇ ਕੀ ਕੀਤਾ ਵੀ ਸਰਦਾਰ ਹਰੀ ਸਿੰਘ ਦੇ ਮਾਮੇ ਨਾਲ ਗੱਲ ਕੀਤੀ, ਭਾਵ ਕਿ ਆਪਣੇ ਭਰਾ ਨਾਲ, ਨਾਨਕਿਆਂ ਨਾਲ, ਹਰੀ ਸਿੰਘ ਦੇ ਮਾਮਿਆਂ ਨਾਲ ਗੱਲ ਕਰਕੇ ਕਹਿੰਦੀ ਵੀਰ ਜੀ, ਮੈਂ ਆਪਣਾ ਗੁਜ਼ਾਰਾ ਖੁਦ ਕਰ ਲਵਾਂਗੀ, ਪਾਥੀਆਂ ਪੱਥ ਕੇ, ਗੋਹਾ ਪੱਥ ਕੇ, ਮੈਂ ਆਪਣੇ ਕੱਪੜੇ ਸੀ ਕੇ ਗੁਜ਼ਾਰਾ ਕਰ ਲਵਾਂਗੀ, ਪਰ ਮੈਂ ਆਪਣੇ ਪੁੱਤਰ ਨੂੰ ਉਹਦੇ ਦਾਦੇ ਵਰਗਾ ਅਤੇ ਉਹਦੇ ਬਾਪ ਵਰਗਾ ਬਣਾਉਣਾ ਚਾਹੁੰਦੀ ਹਾਂ।
ਤੇ ਉਹਦੀ ਜਿਹੜੀ ਪੱਗ ਹੈ ਨਾ ਉਹ ਬੇਦਾਗ ਹੈ, ਤੇ ਉਸ ਬੇਦਾਗ ਪੱਗ ਨੂੰ ਮੈਂ ਇੱਕ ਵੀ ਦਾਗ ਨਹੀਂ ਲੱਗਣ ਦੇਣਾ ਚਾਹੁੰਦੀ। ਤੁਸੀਂ ਮੇਰੀ ਮਦਦ ਕਰੋਗੇ, ਮੈਂ ਪੈਸੇ ਨਹੀਂ ਮੰਗਦੀ ਤੁਹਾਡੇ ਕੋਲੋਂ, ਮੈਂ ਤੁਹਾਡੇ ਘਰ ਕਦੀ ਹੱਥ ਨਹੀਂ ਅੱਡਾਂਗੀ, ਪਰ ਮੇਰਾ ਪੁੱਤਰ ਇੰਨਾ ਲਾਇਕ ਹੈ ਵੀ ਜਿਹੜੀ ਚੀਜ਼ ਇੱਕ ਵਾਰ ਪੜ੍ਹ ਸੁਣ ਲੈਂਦਾ ਹੈ ਨਾ ਉਹ ਤੋਂ ਚੰਗੀ ਤਰ੍ਹਾਂ ਜਾਣੂ ਹੋ ਜਾਂਦਾ, ਤੇ ਤੁਸੀਂ ਕਿਰਪਾ ਕਰਿਆ ਜੇ ਮੇਰਾ ਸਾਥ ਦਿਆ ਜੇ। ਹੁਣ 7 ਸਾਲ ਦੀ ਆਰਜੂ ਦੇ ਅੰਦਰ ਮਾਂ ਧਰਮ ਕੌਰ ਆਪਣੇ ਪੇਕੇ ਘਰ ਪੁੱਤਰ ਨੂੰ ਲੈ ਆਈ, ਸਰਦਾਰ ਹਰੀ ਸਿੰਘ ਦੀ ਇੱਥੇ ਪਾਲਣਾ ਪੋਸ਼ਣਾ ਹੋਈ। ਇਤਿਹਾਸ ਕਹਿੰਦਾ ਹੈ ਕੋਈ ਉਚੇਰਾ ਪ੍ਰਬੰਧ ਨਹੀਂ ਹੋ ਸਕਿਆ ਪੜ੍ਹਾਈ ਦਾ, ਪਰ ਫਿਰ ਵੀ ਇੱਥੇ ਘੋੜ ਸਵਾਰੀ, ਤੀਰਅੰਦਾਜ਼ੀ, ਤਲਵਾਰਬਾਜ਼ੀ, ਨੇਜੇਬਾਜ਼ੀ, ਜਿੰਨੇ ਕੁ ਜੰਗ ਦੇ ਜੰਗੀ ਔਜ਼ਾਰ ਨੇ ਉਹਨਾਂ ਤੋਂ ਚੰਗੀ ਤਰ੍ਹਾਂ ਜਾਣੂ ਹੋਇਆ, ਪੜ੍ਹਾਈ ਕੀਤੀ, ਦਿਮਾਗ ਇੰਨਾ ਸੀ ਜਿਹੜੀ ਚੀਜ਼ ਇੱਕ ਵਾਰ ਪੜ੍ਹ ਲੈਂਦਾ ਸੀ ਉਹਦੇ ਫਿੱਟ ਹੋ ਜਾਂਦੀ ਸੀ, ਸਮਝ 'ਚ ਪੈ ਜਾਂਦੀ ਸੀ, ਖੋਪੜੀ ਵਿੱਚ ਆ ਜਾਂਦੀ ਸੀ। ਹਰੀ ਸਿੰਘ ਆਪਣੀ ਚਾਲੇ ਚੱਲਿਆ 1791 ਤੇ ਯਾਦ ਰੱਖਿਆ ਜੇ 1791 ਤੋਂ ਬਾਅਦ ਆ ਗਿਆ 1804, ਕੋਈ 5 ਵੀ ਕਹਿੰਦੇ ਆ ਜੀ ਪਰ ਸਮਕਾਲੀ ਹੈ, ਇਰਦ ਗਿਰਦ ਹੈ, ਜਿਹੜੇ ਅੰਕੜੇ ਮੈਂ ਕੱਢਣੇ ਉਹਦੇ ਮੁਤਾਬਕ 1804 ਆਉਂਦਾ ਹੈ, 5 ਪ੍ਰਚਲਿਤ ਹੈ, ਰਹੋ ਵਿਚਾਰ, ਮੈਂ ਦੋਵੇਂ ਪਹਿਲੂ ਤੁਹਾਡੀ ਖਿਦਮਤ ਵਿੱਚ ਰੱਖ ਦਿੱਤੇ। 1804 ਦਾ ਬਸੰਤੀ ਦਰਬਾਰ ਲੱਗਾ ਹੈ। ਹੁਣ ਬਸੰਤੀ ਦਰਬਾਰ ਤੋਂ ਭਾਵ ਪਤਾ ਕੀ ਹੈ? ਆਪਾਂ ਕਹਿੰਦੇ ਜੀ ਫਲਾਨੀ ਜਗ੍ਹਾ 'ਤੇ ਬਸੰਤ ਪੈਂਚਮੀ ਲੱਗਦੀ ਹੈ, ਇੱਕ ਪੈਂਚਮੀ ਹੁੰਦੀ ਹੈ, ਇੱਕ ਬਸੰਤ ਪੈਂਚਮੀ ਹੁੰਦੀ ਹੈ, ਬਸੰਤ ਪੈਂਚਮੀ ਭਾਵ ਸਾਲ ਬਾਅਦ ਸਲਾਨਾ ਜੋੜ ਮੇਲਾ। ਹੁਣ ਸਾਲ ਬਾਅਦ ਇੱਥੇ ਬਸੰਤੀ ਦਰਬਾਰ ਹੁੰਦਾ ਹੈ ਅਤੇ ਬਸੰਤੀ ਦਰਬਾਰ ਦੇ ਅੰਦਰ ਆਪੋ ਆਪਣੀ ਕਲਾ ਦੇ ਯੋਧੇ ਜਿਹੜੇ ਯੌਰ ਵਿਖਾਉਂਦੇ ਨੇ, ਅੱਜ ਦੇ ਵਾਂਗਰਾਂ ਨਹੀਂ ਸੀ ਵੀ ਪੈਸੇ ਉੱਧਰੋਂ ਵੀ ਆ ਗਏ ਵੱਡੀ ਦੇ ਕੇ ਅਤੇ ਆਪਣੇ ਪੁੱਤ ਭਰਤੀ ਕਰਾ ਲਏ, ਮਾਫ਼ੀ ਚਾਹੁੰਦਾ ਜੀ। ਜਿਹੜਾ ਕੋਈ ਸ਼ੇਰੇ ਪੰਜਾਬ ਦੇ ਰਾਜਿਆਂ ਦਾ ਇਹੋ ਜਿਹਾ ਰਾਜ ਸੀ ਉਹਦਾ, ਜਿਹੜਾ ਕੋਈ ਜਿਸ ਸੌਦੇ ਦੇ ਲਾਇਕ ਹੁੰਦਾ ਸੀ ਉਹਨੂੰ ਦਿੱਤਾ ਜਾਂਦਾ ਸੀ। ਗੁਰਦੇਵ ਕਹਿੰਦੇ ਬਿਨ ਗਾਹਕ ਗੁਣ ਵੇਚੀਐ ਤੋ ਗੁਣ ਸਹਿਗੋ ਜਾਏ, ਗੁਣ ਕਾ ਗਾਹਕ ਜੇ ਮਿਲੈ ਤੋ ਗੁਣ ਲਾਖ ਵਿਕੈ। ਫਿਰ ਕੌਡੀ ਵੀ ਜਿਹੜੀ ਲੱਖਾਂ ਦੀ ਹੈ, ਜੇ ਉਹਦਾ ਗਾਹਕ ਮਿਲ ਜੇ ਤਾਂ, ਜੇ ਗਾਹਕ ਹੀਰੇ ਦਾ ਨਾਂ ਮਿਲੇ ਨਾ ਤਾਂ ਫਿਰ ਹੀਰਾ ਵੀ ਕੌਡੀ ਦਾ ਮੁੱਲਦਾ। ਹੁਣ ਯਾਦ ਰੱਖਿਆ ਜੇ 1804 ਆਇਆ, 1804 ਅਤੇ 5 ਦੇ ਦਰਮਿਆਨ ਦੇ ਉਸ ਬਸੰਤੀ ਦਰਬਾਰ ਦੇ ਅੰਦਰ ਸਰਦਾਰ ਗੁਰਦਿਆਲ ਸਿੰਘ ਦੇ ਪੁੱਤਰ ਹਰੀ ਸਿੰਘ ਨੇ ਆਖਿਆ ਮਾਮਾ ਮੈਂ ਇਸ ਬਸੰਤੀ ਦਰਬਾਰ ਦਾ ਹਿੱਸਾ ਬਣਨਾ ਚਾਹੁੰਦਾ। ਮਾਮੇ ਨੇ ਡੌਲਿਆਂ ਤੋਂ ਫੜਿਆ, ਫੜ ਕੇ ਡੌਲਿਆਂ ਤੋਂ ਕਹਿੰਦਾ ਪੁੱਤਰਾ ਤਿਆਰ ਬਰ ਤਿਆਰ ਹੋ। ਹੁਣ ਯਾਦ ਰੱਖਿਆ ਜੇ ਨੀਲਾ ਬਾਣਾ ਪਾਇਆ ਮਰਦ ਨੇ, ਨੀਲਾ ਬਾਣਾ, ਨੀਲਾ ਬਾਣਾ ਪਹਿਣ ਕੇ ਨੀਲਾ ਦਮਾਲਾ ਸਿਰ 'ਤੇ ਸਜਾ ਕੇ 5 ਚੱਕਰ ਨੇ, ਮੋਢੇ 'ਤੇ ਢਾਲ ਹੈ, ਮਰਦ ਸਰਦਾਰ ਗੁਰਦਿਆਲ ਸਿੰਘ ਦੇ ਵਾਂਗਰ ਮਰਦਾਂ ਦੇ ਪੁੱਤਰ ਮਰਦ ਹੋਇਆ ਕਰਦੇ ਨੇ, ਉਹ ਚੰਗਾੜੀ ਕਿਤੇ ਨਾ ਕਿਤੇ ਰਹਿ ਜਾਂਦੀ ਹੈ ਜਿੰਨਾ ਕੋਈ ਵਿਰੋਧੀ ਮਰਜ਼ੀ ਜ਼ੋਰ ਲਾ ਲੈ। ਇਹ ਗੱਲ ਯਾਦ ਰੱਖਿਆ। ਖੈਰ ਉਹ ਵਿਚਾਰ ਢਾਕ 'ਤੇ ਤੇਗਾ ਝੂਟੇ ਲੈ ਰਿਹਾ, ਹੱਥ ਵਿੱਚ ਘੋੜੇ ਦੇ ਕਾਜੇ ਨੇ, ਜਿਹਨਾਂ ਨੂੰ ਅਸੀਂ ਲਗਾਮਾਂ ਕਹਿੰਦੇ, ਨਿਹੰਗ ਸਿੰਘ ਕਾਜੇ ਕਹਿੰਦੇ, ਘੋੜੇ ਦੀਆਂ ਲਗਾਮਾਂ ਨੂੰ ਕਾਜੇ ਕਹਿੰਦੇ, ਹੱਥ ਵਿੱਚ ਘੋੜੇ ਦੇ ਕਾਜੇ ਨੇ ਤਿਆਰ ਬਰ ਤਿਆਰ ਹੋਇਆ ਅਤੇ ਮਾਮੇ ਦੇ ਨਾਲ ਆ ਗਿਆ। ਸਿੰਘਾਸਣ ਲੱਗਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ, ਸੱਜੇ ਅਤੇ ਖੱਬੇ ਡੋਗਰੇ ਨੇ, ਆਉਂਦਿਆਂ ਸਾਰ ਗੱਜ ਕੇ ਫਤਿਹ ਬੁਲਾਈ ਸ਼ੇਰੇ ਪੰਜਾਬ ਨੂੰ, ਆਖਿਆ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ। ਜਦੋਂ ਗੱਜ ਕੇ ਫਤਿਹ ਬੁਲਾਈ ਨਾ ਅਤੇ ਗਰਜਵੀਂ ਫਤਿਹ ਤੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਮਝ ਗਿਆ, ਤਾੜ ਗਿਆ ਵੀ ਇਸ ਗੱਭਰੂ ਦੇ ਅੰਦਰ ਕੋਈ ਚੰਗਾੜੀ ਹੈ, ਇਹਦੇ ਅੰਦਰ ਕੁਛ ਹੈ। ਉਹਨੇ ਸਿਰ ਤੋਂ ਲੈ ਕੇ ਪੈਰਾਂ ਤੱਕ ਤੱਕਿਆ, ਫੁਲਾਦੀ ਜੁੱਸਾ ਹੈ, ਗੋਲ ਡੌਲੇ ਨੇ, ਮੋਟੇ ਨੇਤਰ ਹੈ, ਐਂ ਜੁੱਸਾ ਭਾਸਦਾ ਸੀ ਜਿਵੇਂ ਫੁਲਾਦੀ ਸੱਚੇ ਦੇ ਵਿੱਚ ਦੀ ਢਾਲ ਕੇ ਕੱਢਿਆ ਹੋਵੇ। ਅਤੇ ਸ਼ੇਰੇ ਪੰਜਾਬ ਨੇ ਪੁੱਛਿਆ ਪੁੱਤਰਾ ਕੀ ਕਰ ਸਕਦਾ ਹੈ? ਅਤੇ ਸਰਦਾਰ ਹਰੀ ਸਿੰਘ ਨੇ ਜਵਾਬ ਦਿੱਤਾ, ਕਹਿੰਦਾ ਜੋ ਉਸ ਸਾਹਿਬ ਨੂੰ ਕਰਤਾਰ ਨੂੰ ਮਨਜ਼ੂਰ ਹੋਵੇ ਉਹੀ ਹੁੰਦਾ ਹੈ, ਬੰਦਾ ਭਾਵੇਂ ਕੁਝ ਵੀ ਕਰੇ।
ਜਦੋਂ ਆਹ ਗੱਲ ਕਹੀ ਤਾਂ ਸ਼ੇਰੇ ਪੰਜਾਬ ਦੀ ਗੱਲ ਸਮਝ ਆ ਗਈ। ਉੱਥੇ ਆਗਿਆ ਮਿਲ ਗਈ ਅਤੇ ਇਹੋ ਜਿਹੇ ਆਪਣੀ ਤਲਵਾਰ ਦੀ ਕਲਾ ਦੇ ਜ਼ੋਰ ਵਿਖਾਏ ਵੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਹਜ਼ੂਰੀ ਖਿਦਮਤਦਾਰਾਂ ਦੇ ਅੰਦਰ ਭਰਤੀ ਕਰ ਲਿਆ। ਤਵੱਜੋ ਦਿਆ ਜੀ, ਭਰਤੀ ਕਰ ਲਿਆ। ਉਸ ਤੋਂ ਬਾਅਦ ਜਦੋਂ ਵੀ ਸ਼ੇਰੇ ਪੰਜਾਬ ਸ਼ਿਕਾਰ 'ਤੇ ਨਿਕਲਦੇ ਨੇ, ਸ਼ਿਕਾਰ 'ਤੇ ਨਾਲ ਹੀ ਆਵਾਜ਼ ਦਿੰਦੇ ਨੇ ਸਰਦਾਰ ਹਰੀ ਸਿੰਘ ਨੂੰ। ਹਰੀ ਸਿੰਘ ਨੂੰ ਕਹਿੰਦੇ, ਹਰੀ ਸਿੰਘ ਤੂੰ ਨਾਲ ਚੱਲਣਾ ਹੈ। ਅਤੇ ਇਹ ਘਟਨਾ ਤੁਸੀਂ ਬੜੀ ਵਾਰ ਸਰਵਣ ਕੀਤੀ ਹੋਵੇਗੀ ਕਿ ਸ਼ੇਰੇ ਪੰਜਾਬ ਸ਼ਿਕਾਰ 'ਤੇ ਗਿਆ ਅਤੇ ਉਹਦੇ ਉੱਪਰ ਅਚਨਚੇਤ ਸ਼ੇਰ ਨੇ ਪਵਕਾਰ ਮਾਰੀ, ਝੜਪ ਪਿਆ ਅਤੇ ਮਰਦ ਸਰਦਾਰ ਹਰੀ ਸਿੰਘ ਨੇ, ਸ੍ਰੀ ਸਾਹਿਬ ਗਾਤਰੇ ਸੀ ਜੀ, ਅਤੇ ਮਰਦ ਨੇ ਦੋਵਾਂ ਹੱਥਾਂ ਦੇ ਨਾਲ ਨਾ ਉਸ ਸ਼ੇਰ ਦੇ ਵਾਲਾਂ ਨੂੰ ਫੜ ਲਿਆ। ਹੁਣ ਜਗਰੇ ਵਾਲਾ ਹੀ ਮਰਦ ਹੋਊ ਅਤੇ ਸ਼ੇਰ ਨੂੰ ਫੜੂ, ਹੱਥ ਪਾਊ ਵਾਲਾਂ ਤੋਂ ਫੜ ਕੇ। ਕਹਿੰਦੇ ਭਵਾ ਕੇ ਜਦੋਂ ਦੋ ਵਾਰ ਭਵਾਟਣੀ ਦੇ ਕੇ ਸੁੱਟਿਆ ਅਤੇ ਦੋ ਕਰਮਾਂ ਜਿਹੜਾ ਸ਼ੇਰ ਸੀ ਨਾ ਉਹਨੂੰ ਪਿਛਾਂਹ ਸੁੱਟ ਦਿੱਤਾ। ਦੋ ਕਰਮਾਂ, ਕਿੱਦਾਂ ਵੱਡਾ ਮਰਦ ਹੋਏਗਾ! ਦੋ ਕਰਮਾਂ ਜਦੋਂ ਪਿਛਾਂਹ ਗਿਆ ਅਤੇ ਮਰਦ ਨੇ ਆਪਣੀ ਸ੍ਰੀ ਸਾਹਿਬ ਨੂੰ ਬੇਮਿਆਨ ਕੀਤਾ। ਬੇਮਿਆਨ ਕਰਕੇ ਮਰਦ ਨੇ, ਸਰਦਾਰ ਹਰੀ ਸਿੰਘ ਨੇ ਉਸ ਸ਼ੇਰ ਦਾ ਸ਼ਿਕਾਰ ਕਰਤਾ। ਜਦੋਂ ਸ਼ੇਰ ਦਾ ਸ਼ਿਕਾਰ ਹੋ ਗਿਆ ਨਾ, ਸਰਦਾਰ ਰਣਜੀਤ ਸਿੰਘ ਸ਼ੇਰੇ ਪੰਜਾਬ ਮਹਾਰਾਜਾ ਆਪਣੇ ਘੋੜੇ ਤੋਂ ਥੱਲੇ ਉਤਰਿਆ ਅਤੇ ਹਰੀ ਸਿੰਘ ਨੂੰ ਕਲਾਹ ਵਿੱਚ ਲੈ ਕੇ ਕਹਿੰਦਾ, ਵਾਹ, ਤੂੰ ਤਾਂ ਬਹੁਤ ਵੱਡਾ ਮਹਾਨ ਤਲਵਾਰਬਾਜ਼ ਹੈ। ਵਾਹਿਗੁਰੂ, ਵਾਹਿਗੁਰੂ। ਨਿਹੰਗ ਸਿੰਘ ਨੂੰ ਕਹਿੰਦੇ ਜੀ ਬੇਪ੍ਰਤੀਤੀ, ਇਹ ਪ੍ਰਤੀਤ ਖਤਮ ਕਰ ਦਿੰਦੀ ਹੈ, ਇਸ ਕਰਕੇ ਬੇਪ੍ਰਤੀਤੀ ਹੈ। ਆਖੋ ਜੀ, ਰਹੋ ਵਿਚਾਰ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਘੋੜੇ ਤੋਂ ਉਤਰਿਆ ਅਤੇ ਗੱਲ ਨਾ ਲਾ ਕੇ ਨਾ ਸਰਦਾਰ ਹਰੀ ਸਿੰਘ ਨੂੰ ਕਹਿੰਦਾ, ਵਾਹ, ਮੈਨੂੰ ਰਾਜੇ ਨਲ ਦੀ ਯਾਦ ਆ ਗਈ, ਮੇਰਾ ਇੱਕ ਮਿੱਤਰ ਸੀ ਰਾਜਾ ਨਲ। ਸਰਦਾਰ ਹਰੀ ਸਿੰਘ ਨੂੰ ਗੱਲ ਦੱਸ ਰਿਹਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਕਹਿੰਦਾ ਤੂੰ ਮੈਨੂੰ ਉਹਦੀ ਯਾਦ ਦਵਾਤੀ, ਉਹ ਵੀ ਇਸੇ ਤਰ੍ਹਾਂ ਹੀ ਨਾ ਸ਼ੇਰਾਂ ਦਾ ਸ਼ਿਕਾਰ ਕਰ ਲੈਂਦਾ ਸੀ, ਰਾਜਾ ਨਲ। ਮੇਰਾ ਮਨ ਚਾਹੁੰਦਾ ਵੀ ਤੇਰਾ ਨਾਂ ਰਾਜੇ ਨਲ ਦੇ ਨਾਮ ਦੇ ਨਾਲ ਜੋੜਦਾ, ਹਰੀ ਸਿੰਘ ਨਲ ਕਰਦਿਆਂ। ਹੁਣ ਵੱਖ ਵੱਖ ਵਿਦਵਾਨਾਂ ਨੇ ਵਿਚਾਰ ਦਿੱਤੀ ਹੈ, ਪਰ ਸਮੇਂ ਦੀ ਨਜ਼ਾਕਤ ਕਹਿੰਦੀ ਹੈ, ਵਿਦਵਾਨ ਇਹ ਗੱਲ ਕਹਿੰਦੇ ਕਿ ਸ਼ਬਦ ਨੂੰ ਸੁਖਾਲਾ ਕਰਨ ਵਾਸਤੇ ਨਲੂਆ ਪੈ ਗਿਆ। ਚਲੋ ਆਪਾਂ ਨਲੂਆ ਸ਼ਬਦ ਚੁਣਦੇ ਹਾਂ। ਕਹਿੰਦੇ ਸ਼ੇਰੇ ਪੰਜਾਬ ਕਹਿੰਦਾ ਵੀ ਮੇਰਾ ਮਨ ਕਰਦਾ ਵੀ ਹੁਣ ਤੇਰਾ ਨਾਮ ਜਿਹੜਾ ਨਾ ਹਰੀ ਸਿੰਘ, ਹਰੀ ਸਿੰਘ ਦੇ ਨਾਮ ਦੇ ਨਾਲ ਨਲੂਆ ਨਾਮਕਰਨ ਕਰਦਿਆਂ, ਭਾਵ ਕਿ ਤੇਰਾ ਸਰਨੇਮ ਰੱਖ ਦੇ। ਉਹਨੇ ਡੋਗਰਿਆਂ ਨੂੰ ਕਿਹਾ, ਨਾਲ ਲਾਲ ਸਿੰਘ, ਹੀਰਾ ਸਿੰਘ,
ਜਦੋਂ ਉਹਨਾਂ ਨੂੰ ਕਿਹਾ, ਕਹਿੰਦਾ ਵੀ ਹੁਣ ਸਾਰੇ ਇਹਨਾਂ ਕਬੀਲਿਆਂ ਵਿੱਚ ਢੰਡੋਰਾ ਪਟਵਾ ਦਿਓ ਇਲਾਕੇ ਵਿੱਚ, ਵੀ ਸਰਦਾਰ ਹਰੀ ਸਿੰਘ ਦਾ ਗੁਰਦਿਆਲ ਸਿੰਘ ਦੇ ਪੁੱਤਰ ਦਾ ਨਲੂਆ ਨਾਮਕਰਨ ਹੋਣਾ, ਇਹਨੇ ਸ਼ੇਰ ਦਾ ਸ਼ਿਕਾਰ ਕੀਤਾ, ਇਹਨਾਂ ਨੂੰ ਅੱਗ ਲੱਗ ਗੁੱਠੀ ਵਿੱਚ ਵਿੱਚ, ਵੀ ਇਹ ਕੀ ਬਣਿਆ, ਵੀ ਅਸੀਂ ਤਾਂ ਵਜ਼ੀਰ ਹਾਂ। ਇਹ ਸ਼ੇਰ ਨੂੰ ਵੀ ਮਾਰ ਦਿੰਦਾ ਵੀ ਲਿਆ ਜਿਹਨੇ ਸਾਡਾ ਵੀ ਨਹੀਂ ਕਰਨਾ ਜਦੋਂ ਅਸੀਂ ਗਦਾਰੀ ਕੀਤੀ, ਵੀ ਕਿਵੇਂ ਨਾ ਕਿਵੇਂ ਇਹਨੂੰ ਪਛਾਹ ਕੀਤਾ ਜਾਵੇ। ਹੁਣ ਵਿਉਂਤਾਂ ਘੜ ਲੱਗੇ ਨੇ ਆਪਸ ਵਿੱਚ, ਸਾਰੇ ਇਕੱਠੇ ਹੋ ਕੇ ਢੰਡੋਰਾ 'ਤੇ ਪਟਵਾ ਦਿੱਤਾ। ਜਦੋਂ ਢੰਡੋਰਾ ਪਟਵਾ ਦਿੱਤਾ, ਤਰੀਕ ਮੁਕਰਰ ਹੋ ਗਈ, ਅਤੇ ਤਰੀਕ ਮੁਕਰਰ ਕਰਕੇ ਅਤੇ ਕਹਿੰਦੇ ਵੀ ਕਿਸੇ ਵੀ ਆਪਣੇ ਚੁੱਲ੍ਹੇ ਅੱਗ ਨਹੀਂ ਬਲਣੀ, ਸ਼ੇਰੇ ਪੰਜਾਬ ਦਾ ਹੁਕਮ ਹੈ, ਮਹਾਰਾਜਾ ਸਾਹਿਬ ਦਾ ਹੁਕਮ ਹੈ। ਤਲੀਮ ਹੋਈ ਹੁਕਮ ਦੀ, ਪੂਰੇ ਕਬੀਲੇ ਇਕੱਠੇ ਹੋ ਗਏ, ਜਿਸ ਤਰ੍ਹਾਂ ਵੱਡਾ ਦੀਵਾਨ ਆ ਲੈਣਾ ਜੀ, ਇਸੇ ਤਰ੍ਹਾਂ ਕਬੀਲੇ ਦੇ ਵਿਚਕਾਰ ਘੇਰੇ ਘੇਰੇ ਪੌੜੀਆਂ ਬਣੀਆਂ ਹੁੰਦੀਆਂ ਸੀ, ਅਤੇ ਪੌੜੀਆਂ ਦੇ ਉੱਪਰ ਪੂਰੀ ਆਵਾਮ ਬਹਿੰਦੀ ਸੀ, ਜਿਵੇਂ ਅੱਜ ਗੁਰੂ ਕੀ ਸੰਗਤ ਦੇ ਥੱਲੇ ਬਹਿੰਦੀ ਹੈ ਨਾ ਮੈਦਾਨੀ ਇਲਾਕੇ ਅੰਦਰ, ਉਹ ਪੌੜੀਆਂ ਦੇ ਕਿਸ ਤਰ੍ਹਾਂ ਪੌੜੀਆਂ ਬਣੀਆਂ ਨੇ, ਇਸ ਤਰ੍ਹਾਂ ਪੌੜੀਆਂ ਦੇ ਵਿਚਕਾਰ ਬਹਿੰਦੀ ਸੀ, ਉੱਪਰ ਤੱਕ ਉਹਨਾਂ ਨੂੰ ਤਾਂ ਨੂੰ ਚੁੱਕ ਦਿੱਤਾ ਜਾਂਦਾ ਸੀ, ਕਬੀਲਾ ਬਣਾਇਆ ਜਾਂਦਾ ਸੀ, ਉਹਦੇ ਵਿਚਕਾਰ ਸਾਰਿਆਂ ਨੂੰ ਇਕੱਠਿਆਂ ਕਰਕੇ ਅਤੇ ਨਲੂਏ ਦਾ ਨਾਮਕਰਨ ਕਰਨਾ ਸੀ, ਜਿਵੇਂ ਅੱਜ ਆਪਾਂ ਦਸਤਾਰਬੰਦੀ ਕਰਦੇ ਹਾਂ। ਇਹਨਾਂ ਨੇ ਝੁੰਡੀ ਵੱਢੀ ਸ਼ੇਰੇ ਪੰਜਾਬ ਨੂੰ, ਕਹਿੰਦੇ ਮਹਾਰਾਜਾ ਸਾਹਿਬ ਤੁਹਾਨੂੰ ਪਤਾ ਹੈ, ਸਾਨੂੰ ਪਤਾ ਹੈ ਵੀ ਹਰੀ ਸਿੰਘ ਨੇ ਸ਼ੇਰ ਦਾ ਸ਼ਿਕਾਰ ਕੀਤਾ, ਪਰ ਜਿਹੜੀ ਆਵਾਮ ਦੇ ਸਾਹਮਣੇ ਤੁਸੀਂ ਦੱਸ ਰਹੇ ਹੋ ਨਾ, ਉਹਨਾਂ ਨੂੰ ਥੋੜ੍ਹੀ ਪਤਾ ਵੀ ਇਹਨੇ ਸ਼ੇਰ ਦਾ ਸ਼ਿਕਾਰ ਕੀਤਾ। ਕੁਟਲਨੀਤੀ ਵਰਤੀ। ਸ਼ੇਰੇ ਪੰਜਾਬ ਕਹਿੰਦਾ ਵੀ ਵਜ਼ੀਰ ਹੋ ਕੀ ਹੋਣਾ ਚਾਹੀਦਾ। ਉਹ ਕਹਿੰਦੇ ਵੀ ਹੋਣਾ ਇਹ ਚਾਹੀਦਾ, ਦੋ ਇੱਕ ਸ਼ੇਰ ਦੀ ਗੱਲ ਹੋਈ, ਕਹਿੰਦੇ ਸ਼ੇਰ ਇਹਨਾਂ ਦੇ ਸਾਹਮਣੇ ਲਿਆ ਦਿੱਤਾ ਜਾਵੇ ਅਤੇ ਆਵਾਮ ਦੇ ਸਾਹਮਣੇ ਹਰੀ ਸਿੰਘ ਸ਼ੇਰ ਦਾ ਸ਼ਿਕਾਰ ਕਰੇ। ਇੱਕ ਸ਼ੇਰ ਦੀ ਗੱਲ ਹੋਈ ਬਾਬਾ ਜੀ, ਦੋ ਸ਼ੇਰ ਇਹਨਾਂ ਦੀ ਕੁਟਲ ਨੀਤੀ ਦੇ ਤਹਿਤ, ਉਸ ਵੱਡਾ ਪਿੰਜਰਾ ਮੰਗਾਇਆ ਗਿਆ, ਇੱਕ ਵੱਡੇ ਪਿੰਜਰੇ ਦੇ ਵਿੱਚ ਦੋ ਭੁੱਖੇ ਸ਼ੇਰਾਂ ਦਾ ਪ੍ਰਬੰਧ ਇਹਨਾਂ ਨੇ ਪਹਿਲਾਂ ਤੋਂ ਕੀਤਾ ਸੀ, ਸ਼ੇਰੇ ਪੰਜਾਬ ਦੀ ਹਾਮੀ ਲੈ ਕੇ ਅਤੇ ਕਬੀਲੇ ਦੇ ਵਿਚਕਾਰ ਰੱਖ ਦਿੱਤਾ। ਉਹ ਪਿੰਜਰਾ ਵਿਚਕਾਰ ਰੱਖ ਕੇ ਦੋ ਵਿੱਚ ਬੱਬਰ ਸ਼ੇਰ ਜਿਹੜੇ ਉਹਨਾਂ ਨੂੰ ਭੁੱਖੇ ਰੱਖਿਆ ਗਿਆ ਸੀ, ਉਹਨਾਂ ਨੂੰ ਲਿਆਂਦਾ ਗਿਆ। ਜਦੋਂ ਉਹਨਾਂ ਨੂੰ ਲਿਆਂਦਾ ਗਿਆ ਤਾਂ ਕਹਿੰਦੇ ਵੀ ਹੁਣ ਆਵਾਮ ਦੇ ਸਾਹਮਣੇ ਹਰੀ ਸਿੰਘ ਨੂੰ ਆਖੋ ਇਹਨਾਂ ਸ਼ੇਰਾਂ ਨਾਲ ਲੜੇ। ਆਹ ਜਿਹੜਾ ਪਹਿਲੂ ਆ, ਇਹ ਬਹੁਤ ਘੱਟ ਪ੍ਰਚਾਰਿਆ ਗਿਆ ਜੀ, ਮੈਂ ਤਾਂ ਬੇਨਤੀ ਕਰ ਰਿਹਾ। ਉੱਧਰੋਂ ਸ਼ੇਰੇ ਪੰਜਾਬ ਨੂੰ ਕਿਹਾ ਅਤੇ ਸ਼ੇਰੇ ਪੰਜਾਬ ਨੇ ਵਾਗ ਦਿੱਤੀ ਵੀ ਹਰੀ ਸਿੰਘ ਨੂੰ ਬੁਲਾ ਕੇ ਲਿਆਓ। ਹੁਣ ਹਰੀ ਸਿੰਘ ਨੂੰ ਬੁਲਾ ਕੇ ਲਿਆਂਦਾ ਗਿਆ, ਮਰਦ ਤਿਆਰ ਬਰ ਤਿਆਰ ਘੋੜੇ 'ਤੇ ਚੜਿਆ, ਨੇਜਾ ਹੱਥ ਦੇ ਵਿੱਚ ਹੈ, ਢਾਲਾ ਮੋਢੇ 'ਤੇ ਹੈ, ਪਿੱਠ 'ਤੇ ਢਾਲਾ ਹੈ, ਢਾਕ 'ਤੇ ਸ੍ਰੀ ਸਾਹਿਬ ਝੂਟੇ ਲੈ ਰਹੀ ਹੈ, ਔਰ ਕਾਜੇ ਘੋੜੇ ਦਾ ਨੂੰ ਫੜ ਕੇ ਅਤੇ ਮਰਦ ਤੁਰਿਆ ਆਉਂਦਾ ਆਪਣੀ ਚਾਲੇ। ਸ਼ੇਰੇ ਪੰਜਾਬ ਨੂੰ ਆ ਕੇ ਫਤਿਹ ਬੁਲਾਈ, ਸਿਰ ਚੁਕਾਇਆ, ਕਹਿੰਦਾ ਜੀ ਕੀ ਤੁਹਾਡੀ ਖਿਦਮਤਦਾਰੀ ਕਰ ਸਕਦਾ ਹੈ, ਮੈਂ ਤੁਹਾਡਾ ਹਜ਼ੂਰੀ ਖਿਦਮਤਦਾਰ ਹਾਂ। ਸ਼ੇਰੇ ਪੰਜਾਬ ਕਹਿੰਦੇ ਵੀ ਇਹਨਾਂ ਦਾ ਕਹਿਣਾ ਹੈ ਨਲੂਆ ਉਹ ਹੈ ਜਿਹੜਾ ਆਵਾਮ ਦੇ ਸਾਹਮਣੇ ਸ਼ੇਰ ਦਾ ਸ਼ਿਕਾਰ ਕਰੇ, ਆਵਾਮ ਨੂੰ ਦੱਸਣਾ ਤੁਸੀਂ ਸ਼ੇਰ ਦਾ ਸ਼ਿਕਾਰ ਕਰਨਾ। ਇੰਨੀ ਗੱਲ ਜਦੋਂ ਕਹੀ, ਸਿਰ ਝੁਕਾ ਕੇ ਮਰਦ ਨੇ ਆਖਿਆ, ਜੀ ਹਜ਼ੂਰ ਮੈਂ ਤੁਹਾਡਾ ਹਜ਼ੂਰੀ ਖਿਦਮਤਦਾਰ ਹਾਂ, ਤੁਹਾਡੀ ਜੀ ਹਜ਼ੂਰੀ ਕਰਨਾ ਮੇਰਾ ਫਰਜ਼ ਹੈ। ਉਹ ਪਿੰਜਰੇ ਵੱਲ ਨੂੰ ਤੁਰ ਪਿਆ, ਤਵੱਜੋ ਦਿਆ ਜੇ, ਜਦੋਂ ਪਿੰਜਰੇ ਵੱਲ ਨੂੰ ਤੁਰ ਪਿਆ ਨਾ, ਅਤੇ ਹੀਰਾ ਸਿੰਘ ਨੇ ਝੁੰਡੀ ਵੱਢੀ, ਹੀਰਾ ਸਿੰਘ ਨੇ ਝੁੰਡੀ ਵੱਢੀ, ਕਹਿਣ ਲੱਗੇ ਮਹਾਰਾਜਾ ਸਾਹਿਬ ਤੁਹਾਨੂੰ ਪਤਾ ਵੀ ਰਾਜਾ ਨਲ ਤੇ ਸ਼ਸਤਰ ਤੋਂ ਬਿਨਾਂ ਹੀ ਸ਼ੇਰ ਦਾ ਸ਼ਿਕਾਰ ਕਰਦਾ ਸੀ, ਅਤੇ ਨਲੂਆ ਤੇ ਉਹ ਹੈ ਜਿਹੜਾ ਸ਼ਸਤਰ ਤੋਂ ਬਿਨਾਂ ਸ਼ੇਰ ਦਾ ਸ਼ਿਕਾਰ ਕਰਦਾ, ਅਤੇ ਇਹਦੇ ਕੋਲ ਤੇ ਤਿੰਨ ਤਿੰਨ ਸ਼ਸਤਰ ਨੇ। ਹੁਣ ਤਵੱਜੋ, ਰਹੋ ਵਿਚਾਰ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਜਦੋਂ ਝੁੰਡੀ ਵੱਢੀ ਨਾ, ਹੀਰਾ ਸਿੰਘ ਡੁੱਗ ਰਹੇ ਨੇ,
ਹੀਰਾ ਸਿੰਘ ਡੋਗਰੇ ਨੇ ਆਖਿਆ ਜੀ ਸ਼ਸਤਰ ਤੋਂ ਬਿਨਾਂ ਸ਼ੇਰ ਦਾ ਸ਼ਿਕਾਰ ਕਰਨ ਵਾਲਾ ਨਲੂਆ ਹੈ, ਅਖਵਾ ਸਕਦਾ ਹੈ। ਜਦੋਂ ਇੰਨੀ ਗੱਲ ਕਹੀ ਤੇ ਮਰਦ ਨੇ ਪਿੱਛਾ ਭੌਂ ਕੇ ਡੋਗਰਿਆਂ ਵੱਲ ਵੇਖਿਆ ਗਹਿਰੀ ਅੱਖ ਦੇ ਨਾਲ, ਇਹ ਆਵਾਜ਼ ਮਰਦ ਦੇ ਕੰਨਾਂ ਵਿੱਚ ਪਈ, ਥਾਂ ਤੇ ਮਰ ਗਿਆ ਅੱਧਾ ਤੇ। ਜਦੋਂ ਕੋਲ ਸੰਤਰੀ ਦੇ ਗਿਆ ਨਾ, ਹੁਣ ਜਲਾਦ ਸੰਤਰੀ ਸੀ ਉਸ ਪਿੰਜਰੇ ਦਾ, ਤੇ ਮਰਦ ਨੇ ਸ੍ਰੀ ਸਾਹਿਬ ਨੇਜਾ ਢਾਲਾ ਤੇ ਘੋੜੇ ਦੇ ਕਾਜੇ ਫੜਾ ਕੇ ਨਾ ਸੰਤਰੀ ਨੂੰ ਕਹਿੰਦਾ ਸੰਤਰੀ ਮੇਰੀ ਅਮਾਨਤ ਹੈ ਤੇ ਇਹਨੂੰ ਸਾਂਭ ਕੇ ਰੱਖੀ। ਤੇ ਸੰਤਰੀ ਖੜਖੜਾ ਕੇ ਹੱਸਿਆ ਤੇ ਹੱਸ ਕੇ ਕਹਿੰਦਾ ਓਏ ਕਦੀ ਸ਼ੇਰਾਂ ਦੇ ਮੂੰਹ ਦੇ ਵਿੱਚੋਂ ਵੀ ਕੋਈ ਬਚ ਕੇ ਆਇਆ? ਇੱਕ ਸ਼ੇਰ ਦੀ ਗੱਲ, ਤੂੰ ਤੇ ਦੋ ਸ਼ੇਰਾਂ ਦੇ ਚੱਲਿਆ। ਇਹਨੇ ਖੋਲ੍ਹ ਕੇ ਉਸ ਪਿੰਜਰੇ ਦਾ ਦਰਵਾਜ਼ਾ ਧੱਕਾ ਮਾਰ ਕੇ ਮਰਦ ਸਰਦਾਰ ਹਰੀ ਸਿੰਘ ਨੂੰ ਬਾਹਰੋਂ ਲਾ ਕੇ ਤਾਲਾ ਚਾਬੀ ਜੇਬ ਵਿੱਚ ਪਾਈ ਤੇ ਮਰਦ ਉਹਨਾਂ ਦੋਵਾਂ ਸ਼ੇਰਾਂ ਦੇ ਨਾਲ ਗੁੱਥਮ ਗੁੱਥਾ ਐਂ ਹੋਣ ਲੱਗਾ। ਜਦ ਵੇਖ ਸ਼ੇਰ ਦੀ ਚੜਤ ਨਾ ਗਈ ਸਹਾਰੀ, ਚੱਟ ਡੋਗਰੀਆਂ ਨੇ ਨੀਤੀ ਮਾੜੀ ਤਾਰੀ, ਉਹਨਾਂ ਕਹਿ ਕੇ ਸ਼ੇਰੇ ਪੰਜਾਬ ਨੂੰ ਕਰੀ ਤਿਆਰੀ, ਸ਼ੇਰ ਮਗਾ ਕੇ ਜਨਤਾ ਬੁਲਾ ਕੇ ਦੱਸ ਦੇ ਹਰੀ ਸਿੰਘ ਕਰੂ ਟਾਕਰਾ ਅੰਦਰੋਂ ਹੱਸਦੇ। ਉਹਨਾਂ ਕੁੱਟਲ ਨੀਤੀ ਦੀ ਖੇਡ ਦਿਮਾਗੋਂ ਖੇਡੀ, ਹਰੀ ਸਿੰਘ ਨੂੰ ਖਤਮ ਕਰਾਉਣ ਚੱਲੇ ਚਾਲ ਟੇਡੀ, ਸ਼ੜਯੰਤਰ ਐਸਾ ਰਚਿਆ ਬਣ ਕੇ ਬੇਡੀ, ਦਿਲੀ ਪਾਪ ਸੀ ਨਜ਼ਰੀਆ ਸਾਫ ਸੀ, ਮਾਰਨਾ ਡੋਗਰਿਆਂ ਤੋਂ ਚੜਤ ਸ਼ੇਰ ਦੀ ਹੋਈ ਸਹਾਰਨਾ। ਸ਼ੇਰ ਦੀ ਚੜਤ ਨਾ ਗਈ ਸਹਾਰੀ, ਚੱਟ ਡੋਗਰੀਆਂ ਨੇ ਨੀਤੀ ਮਾੜੀ ਤਾਰੀ, ਉਹਨਾਂ ਕਹਿ ਕੇ ਸ਼ੇਰੇ ਪੰਜਾਬ ਨੂੰ ਕਰੀ ਤਿਆਰੀ, ਸ਼ੇਰ ਮਗਾ ਕੇ ਜਨਤਾ ਬੁਲਾ ਕੇ ਦੱਸ ਦੇ ਹਰੀ ਸਿੰਘ ਕਰੂ ਟਾਕਰਾ ਅੰਦਰੋਂ ਹੱਸਦੇ। ਉਹਨਾਂ ਕੁੱਟਲ ਨੀਤੀ ਦੀ ਖੇਡ ਦਿਮਾਗੋਂ ਖੇਡੀ, ਹਰੀ ਸਿੰਘ ਨੂੰ ਖਤਮ ਕਰਾਉਣ ਚੱਲੇ ਚਾਲ ਟੇਡੀ, ਸ਼ੜਯੰਤਰ ਐਸਾ ਰਚਿਆ ਬਣ ਕੇ ਬੇਟੀ, ਦਿਲੀ ਪਾਪ ਸੀ ਨਜ਼ਰੀਆ ਸਾਫ ਸੀ, ਮਾਰਨਾ ਡੋਗਰਿਆਂ ਤੋਂ ਚੜਤ ਸ਼ੇਰ ਦੀ ਹੋਈ ਸਹਾਰਨਾ। ਖਿੱਚਵਾਂ ਸਿਰਜ ਮਾਹੌਲ ਤੇ ਜਨਤਾ ਜੋੜੀ, ਦਿਲ ਖਿੱਚਵਾਂ ਸਿਰਜ ਮਾਹੌਲ ਤੇ ਜਨਤਾ ਜੋੜੀ, ਇੱਕ ਦਿਨ ਦੇ ਹੋਰ ਢੰਡੋਰਾ ਦਿਲ ਦੇ ਕੋੜੀ, ਅੱਜ ਬਿਨਾਂ ਤੇਗ ਤੂੰ ਮਾਰੂ ਸ਼ੇਰਾਂ ਦੀ ਜੋੜੀ, ਸਿੰਘ ਸਰਦਾਰ ਜੋ ਬਲੀ ਬਲਕਾਰ ਜੋ ਜਵਾਨ ਹੈ, ਮਹਾਰਾਜੇ ਰਣਜੀਤ ਸਿੰਘ ਨੂੰ ਉਸ ਤੇ ਮਾਣ ਹੈ। ਸੁਣ ਡੋਗਰਿਆਂ ਦੇ ਬੋਲ ਸੋਚੀ ਲੋਕ ਪੈ ਗਏ, ਚੱਟ ਹੋ ਗਏ ਪੱਬਾਂ ਭਾਰ ਜੋ ਆ ਕੇ ਬਹਿ ਗਏ, ਉੱਥੇ ਜੁੜਿਆ ਬਹੁਤ ਆਵਾਮ ਸੀ ਮੋਢੇ ਖਹਿ ਗਏ, ਲੋਕੀ ਸੋਚਦੇ ਧੜਕਣ ਰੋਕਦੇ ਡੱਕਦੇ, ਕਿਹੜਾ ਸਿੰਘ ਸ਼ੇਰ ਮਾਰੂਗਾ ਗਹਿਰਾ ਤੱਕਦੇ। ਮਰਦ ਜਵਾਨ ਮੈਦਾਨੇ ਆ ਗਿਆ, ਉਹਦਾ ਵੇਖ ਜੁਸਾ ਦਮਦਾਰ ਸ਼ਨਾਟਾ ਛਾ ਗਿਆ, ਉਹਨੂੰ ਆਇਆ ਬੜਾ ਕ੍ਰੋਧ ਵਿੱਚੇ ਵਿੱਚ ਖਾ ਗਿਆ, ਸਮਝਿਆ ਚਾਲ ਨੂੰ ਜਾਣ ਕੇ ਹਾਲ ਨੂੰ ਦੱਬਦਾ, ਕਾਲੇ ਕਦਮੀ ਸ਼ੇਰਾਂ ਵੱਲ ਨੂੰ ਜਾਂਦਾ ਵੱਧਦਾ। ਉਸ ਲਾ ਮੋਢੇ ਤੋਂ ਢਾਲ ਤੇ ਤੇਗ ਫੜਾ ਦੀ, ਨਹੀਂ ਮਰਦ ਮਨ ਦੇ ਹਾਰੇ ਗੱਲ ਟਣਕਾ ਦੀ, ਲੈ ਸਾਵੇਂ ਅਮਾਨਤ ਮੇਰੀ ਰਮਜ ਸਮਝਾ ਦੀ, ਮੈਂ ਮੁੜਾਂਗਾ ਨਾਹੀ ਥੁੜਾਂਗਾ ਰਣ ਚੋਂ, ਬਣ ਵੇਲੇ ਪਾਲੀ ਬੈਠੇ ਹੋ ਕਰ ਦੋ ਮਨ ਚੋਂ। ਜਦ ਪੁੱਜਾ ਪਿੰਜਰੇ ਕੋਲ ਤੇ ਸ਼ੇਰ ਦਿਹਾੜੇ, ਜਦ ਪੁੱਜਾ ਪਿੰਜਰੇ ਕੋਲ ਤੇ
ਸ਼ੇਰ ਦਿਹਾੜੇ ਜੋ ਭੁੱਖੇ ਤਿਹਾਏ ਕਈ ਦਿਨਾਂ ਦੇ ਤਾਰੇ ਉਹ ਚਈਆਂ ਲੈ ਲੈ ਪੈਂਦੇ ਪਾਉਣ ਨੂੰ ਪਾੜੇ ਖੌਫਨਾਕ ਸੀ ਬੜੇ ਚਲਾਕ ਸੀ ਬੁੱਕਦੇ ਵੇਖਣ ਆਏ ਤਮਾਸ਼ਬੀਨਾਂ ਦੇ ਸਾ ਸੁੱਕਦੇ ਪਿੰਜਰੇ ਵਾਲਾ ਗੇਟ ਜਦੋਂ ਫਿਰ ਖੋਲਿਆ ਹਰੀ ਸਿੰਘ ਚੰਗੀ ਜਰਨੈਲ ਰਤਾਣਾ ਡੋਲਿਆ ਦੋ ਸ਼ੇਰਾਂ ਮਾਰੀ ਦਹਾੜ ਤੇ ਹੱਲਾ ਬੋਲਿਆ ਲਾ ਕੇ ਤਾਣ ਨੂੰ ਵਧੇ ਖਾਣ ਨੂੰ ਉੱਠ ਕੇ ਦੋਵੇਂ ਸ਼ੇਰ ਸੂਰਮੇ ਤੇ ਪੈ ਗਏ ਟੁੱਟ ਕੇ ਹਰੀ ਸਿੰਘ ਨੇ ਹੁਸ਼ਿਆਰ ਤੇ ਯੋਰ ਵਿਖਾ ਤੇ ਦੋਵੇਂ ਕੂ ਖਾਸ ਸ਼ੇਰ ਜੋ ਮਾਰ ਮਕਾ ਦੇ ਪੈਰਾਂ ਹੇਠ ਜਬਾੜੇ ਮੋਛੇ ਪਾ ਦੇ ਸ਼ੇਰ ਤੜਫਦੇ ਨੈਣੀ ਰੜਕਦੇ ਤੱਕਦੇ ਦੋਹਾਂ ਦੇ ਲਾਲੇ ਸਿਰ ਜੋਦੇ ਨੇ ਨਾਲ ਪੇਜ ਕਵਚਦੇ ਸਿਰ ਵੱਢ ਕੇ ਸ਼ੇਰ ਦਾ ਸਿੰਘ ਨੇ ਸਿਰ ਤੇ ਟੰਗਿਆ ਉਸ ਚੋਂ ਵਗਦੀਆਂ ਖੂਨ ਚਲਾ ਰੰਗਿਆ ਸਿੰਘ ਰੰਗਿਆ ਤੱਕ ਹਰੀ ਸਿੰਘ ਦੇ ਬਲ ਨੂੰ ਡੋਗਰੇ ਦੰਗਿਆ ਰਹਿ ਗਏ ਤੱਕਦੇ ਵਿਜੇ ਵਿੱਚ ਮੱਚਦੇ ਸੋਚੀ ਪਾ ਦਿੱਤੇ ਦਰਗਾਹਪੁਰੀ ਪੀਏ ਲਿਖ ਕੇ ਨਗਮੇ ਗਾ ਦਿੱਤੇ ਮਰਦ ਸਰਦਾਰ ਹਰੀ ਸਿੰਘ ਨੂੰ ਜਦੋਂ ਧਕੇਲ ਦਿੱਤਾ ਗਿਆ ਨਾ ਉਸ ਪਿੰਜਰੇ ਦੇ ਅੰਦਰ ਘਨਿੰਗਮ ਇਸ ਗੱਲ ਦੀ ਹਾਮੀ ਭਰਦਾ ਕਹਿੰਦਾ 7 ਮਿੰਟ ਤੋਂ ਲੈ ਕੇ ਤੇ 9 ਮਿੰਟ ਤੱਕ ਉਹ ਜਿਹੜੇ ਸ਼ੇਰ ਸੀ ਮਰਦ ਸਰਦਾਰ ਹਰੀ ਸਿੰਘ ਦੇ ਨਾਲ ਪਿੰਜਰੇ ਦੇ ਤਲ ਵਿੱਚ ਦੋਵੇਂ ਗੁੱਥ ਮਗੁੱਥਾ ਹੁੰਦੇ ਰਹੇ ਬਹੁਤ ਸਮਾਂ 7 ਤੋਂ 9 ਮਿੰਟ ਹੁਣ ਯਾਦ ਰੱਖਿਆ ਜੇ ਇਸ ਮਰਦ ਨੇ ਨੀਲਾ ਬਾਣਾ ਪਹਿਨਿਆ ਸ਼ੇਰਾਂ ਨੇ ਪੰਜਾ ਮਾਰਿਆ ਤੇ ਮਾਰ ਮਾਰ ਕੇ ਪੰਜੇ ਜਿਹੜਾ ਜਾਮਾ ਸੀ ਨਾ ਸਾਰਾ ਲੀਰੋ ਲੀਰ ਕਰ ਦਿੱਤਾ ਹੈ ਸਰੀਰ ਸਾਰਾ ਜ਼ਖਮੀ ਕਰ ਦਿੱਤਾ ਹੈ ਮਰਦ ਦਾ ਸਰੀਰ ਲੋਹੋ ਲੁਹਾਣ ਹੋਇਆ ਜ਼ਖਮੀ ਹੋਇਆ ਪਿੰਜਰੇ ਦੇ ਅੰਦਰ ਬੰਦ ਹੈ ਦੋਵਾਂ ਸ਼ੇਰਾਂ ਦੀ ਜ਼ਬਾਨ ਥੱਲੇ ਹੈ ਮਰਦ ਸਰਦਾਰ ਹਰੀ ਸਿੰਘ ਨੇ ਮੀਰੀ ਪੀਰੀ ਦੇ ਮਾਲਕ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸਾ ਸੋਧਿਆ ਕਹਿੰਦਾ ਸਾਹਿਬਾ ਤੂੰ ਕਦੀ ਸੂਰਾਂ ਦਾ ਸ਼ਿਕਾਰ ਕਰਦਾ ਰਿਹਾ ਹੈ ਤੂੰ ਕਦੀ ਸ਼ੇਰਾਂ ਦਾ ਸ਼ਿਕਾਰ ਕਰਦਾ ਰਿਹਾ ਹੈ ਕਿਰਪਾ ਕਰ ਮੇਰੇ ਦਤਾਰ ਪਾਤਸ਼ਾਹ ਮਹਾਰਾਜ ਮੇਰੀ ਕੰਢ ਥੱਪ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹਜ਼ੂਰੀ ਅਨਵਰ ਦੇ ਚਰਨਾਂ ਤੋਂ ਲੈ ਕੇ ਤਰਲਾ ਅਤੇ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਤੋਂ ਪੁੱਗਾ ਕਹਿੰਦਾ ਸਾਹਿਬਾ ਇੱਕ ਲੰਗਰ ਦੇ ਜੂਠੇ ਬਰਤਨ ਮਾਂਜਣ ਵਾਲਾ ਬਾਬਾ ਵਿਗਿੱਤਰ ਸਿੰਘ ਸਾਹਿਬ ਰਠੌੜ ਕਹਿਣ ਲੱਗੇ ਸਾਹਿਬਾ ਤੂੰ ਉਹਦੇ ਕੋਲੋਂ ਹਾਥੀ ਦੀਆਂ ਚੀਕਾਂ ਕਢਵਾ ਸਕਦਾ ਹੈ ਕਿਰਪਾ ਕਰ ਅਸੀਂ ਵੀ ਤੁਹਾਡਾ ਬਿਰਧ ਪਾਣਾ ਪਾਇਆ ਅਤੇ ਇਸ ਬਿਰਧ ਬਾਣੇ ਦੀ ਲਾਜ਼ ਰੱਖ ਹੁਣ ਮੈਂ ਬੇਨਤੀ ਕਰਾਂ ਅਰਦਾਸਾਂ ਬੇਨਤੀਆਂ ਬਹੁਤ ਹੁੰਦੀਆਂ ਅਰਦਾਸ ਪਤਾ ਕਿਹਦੀ ਬਿਰਥੀ ਨਹੀਂ ਜਾਂਦੀ ਸਾਹਿਬ ਕਹਿੰਦੇ ਜਿਹੜਾ ਜਨ ਬਣ ਕੇ ਕਰਦਾ ਬਿਰਥੀ ਕਦੇ ਨਾ ਹੋ ਬਈ ਜਨ ਕੀ ਅਰਦਾਸ ਨਾਨਕ ਯੋਰ ਗੋਬਿੰਦ ਕਾ ਪੂਰਨ ਗੁਣਦਾਸ ਜਿਹੜਾ ਜਨ ਬਣ ਕੇ ਅਰਦਾਸ ਕਰਦਾ ਯਾਦ ਰੱਖਿਆ ਦੇ ਜਨ ਬਣ ਕੇ ਕੀਤੀ ਹੋਈ ਅਰਦਾਸ ਮੇਰੇ ਗੁਰਦੇਵ ਦੇ ਪਾਵਨ ਪਵਿੱਤਰ ਮੁਕੱਦਸ ਚਰਨਾਂ ਤੱਕ ਪਹੁੰਚਦੀ ਹੈ ਉੱਧਰ ਚਰਨਾਂ ਦੇ ਤੱਕ ਜਦੋਂ ਅਰਦਾਸ ਪੁੱਜੀ ਨਾ ਤੇ ਇੱਧਰ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਹਜ਼ੂਰੀ ਅਨਵਰ ਨੇ ਮਰਦ ਸਰਦਾਰ ਹਰੀ ਸਿੰਘ ਦੀ ਕੰਢ ਥੱਪੀ ਜਦੋਂ ਸਾਹਿਬ ਪਿੱਛੋਂ ਕੰਢ ਥੱਪਦੇ ਨਾ ਫਿਰ ਮਰਦਾ ਬੰਦਾ ਜਿਹੜਾ ਨਾ ਉਹ ਵੀ ਜਿਉਂਦਾ ਹੋ ਉੱਠਦਾ ਘਨਿੰਗਮ ਕਹਿੰਦਾ ਕਿ ਉਸ ਸ਼ੇਰ ਨੇ
ਪਛਾਹ ਨੂੰ ਪੈਂਤੜਾ ਕੱਢਿਆ ਅਤੇ ਪੈਂਤੜਾ ਕੱਢ ਕੇ ਮਰਦ ਸਰਦਾਰ ਹਰੀ ਸਿੰਘ ਦੇ ਉੱਪਰ ਭਵਕਾਰ ਮਾਰੀ ਹੈ। ਜਦੋਂ ਭਵਕਾਰ ਮਾਰੀ ਹੈ ਨਾ ਤੇ ਮਰਦ ਨੇ ਆਪਣਾ ਖੱਬਾ ਹੱਥ ਉਤਾਂਹ ਨੂੰ ਕੀਤਾ ਹੈ, ਉਹਦੇ ਉੱਪਰਲੇ ਜਬਾੜੇ ਵਿੱਚ ਪਾ ਲਿਆ, ਉੱਪਰਲੇ ਜਬਾੜੇ ਵਿੱਚ ਪਾ ਕੇ ਮਰਦ ਨੇ ਪਿੰਜਰੇ ਦੇ ਤਲ ਨਾਲ ਮਾਰ ਕੇ ਨਾ ਫੁਰਤੀ ਦੇ ਨਾਲ ਆਪਣਾ ਖੱਬਾ ਪੈਰ ਉਹਦੇ ਜਬਾੜੇ ਥੜਲੇ 'ਚ ਰੱਖ ਲਿਆ। ਹੁਣ ਤੁਸੀਂ ਅਨੁਮਾਨ ਲਾ ਸਕਦੇ ਹੋ ਵੀ ਸ਼ੇਰ ਵਿੱਚ ਕਿੰਨੀ ਤਾਕਤ ਹੈ, ਕਿੰਨਾ ਜ਼ੋਰ ਹੈ। ਹੁਣ ਉਹ ਜ਼ੋਰ ਲਾਉਂਦਾ ਹੋਏਗਾ, ਘਨਿੰਗਮ ਕਹਿੰਦਾ ਕਿ ਉਧਰੋਂ ਸ਼ੇਰ ਜ਼ੋਰ ਲਾ ਰਿਹਾ ਹੈ ਅਤੇ ਉਧਰੋਂ ਮਰਦ ਸਰਦਾਰ ਹਰੀ ਸਿੰਘ ਨਲੂਏ ਨੇ ਖੱਬੇ ਹੱਥ ਦੇ ਨਾਲ ਉਹਨੂੰ ਫੜਿਆ ਅਤੇ ਸੱਜਾ ਹੱਥ ਰੱਖਿਆ ਵੀ ਹੋ ਸਕਦਾ ਦੂਸਰਾ ਸ਼ੇਰ ਵੀ ਝੜਪ ਮਾਰੇ। ਹੋਇਆ ਇਸੇ ਤਰ੍ਹਾਂ। ਅੱਜ ਤਾਂ ਭਰਾ ਭਰਾਵਾਂ ਦੇ ਵੈਰੀ ਨੇ ਨਾ, ਪਰ ਯਾਦ ਰੱਖਿਆ ਜਿਹੜੇ ਪਸ਼ੂ ਅਤੇ ਪੰਛੀ ਨੇ ਉਹ ਇੱਕ ਦੂਸਰੇ ਦੇ ਨਾਲ ਵਫਾਦਾਰੀ ਕਰਦੇ ਹਨ। ਜਿਹਨੂੰ ਭਰਾ ਕਹਿ ਲੈਣ ਤਾਂ ਫਿਰ ਭਰਾ ਅਤੇ ਭਰਾ ਹੀ ਹੈ। ਹੁਣ ਦੂਸਰੇ ਸ਼ੇਰ ਨੇ ਜਦੋਂ ਵੇਖਿਆ ਵੀ ਮੇਰਾ ਭਰਾ ਸ਼ੇਰ ਥੱਲੇ ਤੜਫ ਰਿਹਾ, ਆਪਣੀ ਜਾਨ ਬਚਾ ਰਿਹਾ, ਇਤਿਹਾਸ ਇਸ ਗੱਲ ਦੀ ਹਾਮੀ ਭਰਦਾ ਹੈ ਕਿ ਦੂਸਰੇ ਸ਼ੇਰ ਨੇ ਵੀ ਪੈਂਤੜਾ ਕੱਢ ਕੇ ਅਤੇ ਮਰਦ ਸਰਦਾਰ ਹਰੀ ਸਿੰਘ ਦੇ ਉੱਪਰ ਭਵਕਾਰ ਮਾਰੀ। ਜਦੋਂ ਉਹਨੇ ਭਵਕਾਰ ਮਾਰੀ ਅਤੇ ਮਰਦ ਨੇ ਫਿਰ ਸੱਜਾ ਹੱਥ ਤਾਂ ਨੂੰ ਕਰਕੇ ਨਾ ਉਹਦੇ ਉੱਪਰਲੇ ਜਬਾੜੇ ਵਿੱਚ ਪਾ ਕੇ ਤਲਦੇ ਨਾਲ ਮਾਰਿਆ ਅਤੇ ਆਪਣਾ ਸੱਜਾ ਪੈਰ ਥੜਲੇ ਜਬਾੜੇ 'ਚ ਟਿਕਾ ਲਿਆ। ਥੜਲੇ ਜਬਾੜੇ ਦੇ ਵਿੱਚ ਟਿਕਾ ਕੇ ਮਰਦ ਨੇ ਸਾਹਿਬ ਦੇ ਅੱਗੇ ਅਰਦਾਸਾ ਸੋਧਿਆ ਸੀ, ਦੋਵਾਂ ਨੂੰ ਆਪਣੇ ਸੁਰ ਕਰਕੇ ਨਾ ਲਾਗੇ ਲਿਆਣ ਕੇ। ਇਤਿਹਾਸ ਕਹਿੰਦਾ ਕਿ ਮਰਦ ਸਰਦਾਰ ਹਰੀ ਸਿੰਘ ਨਲੂਏ ਨੇ ਹਜ਼ੂਰੇ ਅਨਵਰ ਨੂੰ ਯਾਦ ਕੀਤਾ ਅਤੇ ਯਾਦ ਕਰਕੇ ਉਹਨਾਂ ਦੋਵਾਂ ਸ਼ੇਰਾਂ ਨੂੰ ਜਬਾੜਿਆਂ ਤੋਂ ਫੜ ਕੇ ਮਰਦ ਨੇ ਲਿਆ ਕੇ ਉਹ ਤਾਂ ਤੱਕ ਅਤੇ ਪੂਛਾਂ ਤੱਕ ਦੋਵੇਂ ਸ਼ੇਰ ਪਾੜ ਦਿੱਤੇ। ਉਹ ਮਰਦ ਸਰਦਾਰ ਹਰੀ ਸਿੰਘ ਨਲੂਆ ਜਦੋਂ ਦੋਵਾਂ ਸ਼ੇਰਾਂ ਨੂੰ ਪਾੜ ਦਿੱਤਾ ਨਾ, ਹੁਣ ਕੋਲ ਸੀ ਛੋਟਾ ਪੇਚ ਕਵਚ, ਜਿਹੜਾ ਪੇਚ ਕਵਚ ਪਾਇਆ ਹੁੰਦਾ। ਮਰਦ ਨੇ ਉਸ ਪੇਚ ਕਵਚ ਦੇ ਨਾਲ ਇੱਕ ਸ਼ੇਰ ਦਾ ਉੱਪਰਲਾ ਹਿੱਸਾ ਵੱਢਿਆ, ਉਹਨੂੰ ਵੱਢ ਕੇ ਉਹ ਖੂਨ ਦੇ ਨਾਲ ਨੁੱਚੜ ਰਿਹਾ ਅਤੇ ਜਿਹੜੇ ਦਮਾਲੇ ਦੇ ਉੱਪਰ ਪੰਜ ਚੱਕਰ ਪਾਏ ਸੀ ਨਾ, ਦਮਾਲਾ ਸਜਾਇਆ ਸੀ, ਜੰਗੀ ਦਮਾਲਾ ਉਹਨੂੰ ਕਹਿੰਦੇ ਆ, ਅਤੇ ਮਰਦ ਨੇ ਫਿਰ ਉਹ ਜਿਹੜਾ ਨੁੱਚੜਦਾ ਹੋਇਆ ਖੂਨ ਦੇ ਨਾਲ ਸਿਰ ਸੀ ਦਮਾਲੇ 'ਤੇ ਟਿਕਾ ਲਿਆ। ਜਾਮਾ 'ਤੇ ਲੀਰੋ ਲੀਰ ਸੀ, ਸਰੀਰ ਲੱਥ ਪੱਥ ਸੀ ਖੂਨ ਦੇ ਨਾਲ, ਉਹਦੇ ਵਿੱਚੋਂ ਵੀ ਜਦੋਂ ਤ੍ਰਿਪ ਤ੍ਰਿਪ ਕਰਕੇ ਖੂਨ ਦੀਆਂ ਧਰਿਆੜਾਂ ਮੁਖੜੇ 'ਤੇ ਪੈਣ ਲੱਗੀਆਂ, ਦਾੜੇ 'ਤੇ ਪੈਣ ਲੱਗੀਆਂ, ਮੁਸ਼ਹਿਰਿਆਂ 'ਤੇ ਪੈਣ ਲੱਗੀਆਂ, ਸਾਰੇ ਸਰੀਰ 'ਤੇ ਪੈਣ ਲੱਗੀਆਂ, ਅਤੇ ਮਰਦ ਨੇ ਉਹਨੂੰ ਸਿਰ 'ਤੇ ਟੰਗ ਕੇ ਅਤੇ ਦੂਸਰਾ ਹੱਥ ਉੱਪਰਲੇ ਸ਼ੇਰ ਦਾ ਉਹਨੂੰ ਫੜ ਕੇ ਅਤੇ ਦੂਜੇ ਦਾ ਵੀ ਸਿਰ ਲਾ ਲਿਆ, ਦੂਜੇ ਦਾ ਸਿਰ ਲਾ ਕੇ ਅਤੇ ਹੱਥ 'ਚ ਫੜ ਲਿਆ। ਅਤੇ ਜਹਿਦਾਰ ਗੁਰਮੀਤ ਸਿੰਘ ਜੀ ਹੱਥ 'ਚ ਫੜ ਕੇ ਨਾ ਮਰਦ ਨੇ ਅਤੇ ਪਿੰਜਰੇ ਦੇ ਉਸ ਦਰਵਾਜ਼ੇ ਦੇ ਲਾਗੇ ਆ ਕੇ ਜਿੱਥੇ ਸੰਤਰੀ ਜਲਾਦ ਖੜ੍ਹਾ ਸੀ, ਮਰਦ ਨੇ ਫਿਰ ਮੁਸ਼ਾਇਰੇ ਨੂੰ ਤਾ ਦਿੱਤਾ ਅਤੇ ਮੁਸ਼ਾਇਰੇ ਨੂੰ ਤਾ ਦੇ ਕੇ ਕਹਿਣ ਲੱਗਾ ਵੀ ਸਾਡੀ ਅਮਾਨਤ ਤੇਰੇ ਕੋਲ ਹੈ ਅਤੇ ਲਿਆ, ਜੇ ਕਲਗੀਧਰ ਪਾਤਸ਼ਾਹ ਨੂੰ ਭਾਵੇ ਨਾ, ਜੇ ਬਾਜਾਂ ਵਾਲੇ ਮਾਹੀ ਨੂੰ ਭਾਵੇ, ਅਤੇ ਯਾਦ ਰੱਖੀ ਸ਼ੇਰਾਂ ਦੇ ਵੀ ਜਬਾੜੇ ਪਾੜੇ ਜਾ ਸਕਦੇ ਹੈ ਜੇ ਉਹਨੂੰ ਭਾਵੇ ਤਾਂ। ਇਹ ਖੇਡ ਇੰਨੀ ਕਹਿ ਵੀ ਤੁਹਾਡਾ ਵਿਸ਼ਵਾਸ ਕਿੰਨਾ ਗੁਰੂ ਦੇ ਉੱਪਰ, ਖੇਡ ਤਾਂ ਵਿਸ਼ਵਾਸ ਦੀ ਹੈ, ਪਰ ਅਸੀਂ ਅਨੁਮਾਨ ਲਾਇਆ ਇਸ ਗੱਲ ਦਾ ਵੀ ਪਤਾ ਨਹੀਂ ਕਿਉਂ ਕਿਤੇ ਨਾ ਕਿਤੇ ਇਸ ਅੰਦਰ ਵਾਲੇ ਮਨੂਏ ਨੇ ਸ਼ਬਦ ਗੁਰੂ ਨੂੰ ਗੁਰੂ ਨਹੀਂ ਮੰਨਿਆ। ਲੋਕੋਂ ਲੱਜੋਂ ਆਣ ਕੇ ਝੁਕਦਾ ਤਾਂ ਜ਼ਰੂਰ ਹੈ ਪਰ ਮੰਨਿਆ ਨਹੀਂ। ਉਹ ਗੁਰੂ ਦੇ ਪਿਆਰ ਵਾਲਿਆ, ਜੇ ਪਿਓ ਅਤੇ ਦਾਦੇ ਦੀ ਜ਼ਮੀਨ ਜਾਇਦਾਦ ਦੇ ਕਾਗਜ਼ ਵਿਖਾ ਕੇ ਅਤੇ ਉਹਦਾ ਤੂੰ ਕਾਬਜ਼ ਬਣ ਸਕਦਾ ਹੈ ਨਾ। ਸਾਹਿਬ ਕਹਿੰਦੇ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ
ਇਹ ਵੀ ਪਿਓ ਅਤੇ ਦਾਦੇ ਦੀ ਕਮਾਈ ਹੈ। ਸਾਹਿਬ ਨੇ ਗੁਰਬਾਣੀ ਚੰਕਤ ਕੀਤਾ, ਲਿਖਿਆ ਦੱਸਿਆ ਤੁਹਾਨੂੰ 1430 ਅੰਗਾਂ ਵਿੱਚ ਲਿਖਤੀ ਰੂਪ ਵਿੱਚ ਦਿੱਤਾ ਹੈ। 60 ਲੱਖ ਦੀ ਗੱਡੀ ਲੈਣ 70 ਲੱਖ ਦੀ ਜਾਂਦੇ ਹਨ ਅਤੇ ਕਾਗਜ਼ 'ਤੇ ਵਾਰੰਟੀ ਪਾ ਕੇ ਦਿੰਦਾ, ਬਾਬਾ ਜੀ ਗਰੰਟੀ ਨਹੀਂ ਦਿੰਦਾ, ਵਾਰੰਟੀ ਤੋਂ ਭਾਵ ਠੀਕ ਕਰਵਾ ਕੇ ਦੇ ਦਿਆਂਗੇ, ਬਦਲੀ ਨਹੀਂ ਜਾ ਸਕਦੀ, ਐਵੇਂ ਹੈ ਜੀ। ਉਹਦੀ ਵਾਰੰਟੀ 'ਤੇ 4 ਅੱਖਰਾਂ 'ਤੇ ਏਡੀ ਵੱਡੀ ਗੱਡੀ ਖਰੀਦ ਲਈ, ਭਰੋਸਾ ਕਰ ਲਿਆ, ਅਤੇ ਮੇਰੇ ਸਾਹਿਬ ਨੇ ਤਾਂ 1430 ਅੰਗਾਂ 'ਚ ਤੁਹਾਨੂੰ ਸਾਰਾ ਕੁਛ ਲਿਖ ਕੇ ਦਿੱਤਾ। ਜੇ 'ਤੇ ਵਿਸ਼ਵਾਸ ਕੀਤਾ ਹੁੰਦਾ ਨਾ ਤਾਂ ਕਰੋਨਾ ਕਰਾਨਾ ਤੁਸੀਂ ਮੰਨਣਾ ਨਹੀਂ ਸੀ, ਜਿਹੜਾ ਕਰੋਨਾ ਅੱਜ ਵਿਸ਼ਵ ਦੀ ਬਿਮਾਰੀ ਕਹਿੰਦੇ ਆ। ਅਤੇ ਗੁਰਦੇਵ ਨੇ ਤਾਂ ਜਦੋਂ ਦਰਜ ਕੀਤੀ ਹੈ ਗੁਰਬਾਣੀ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹਜ਼ੂਰੇ ਅਨਵਰ ਤਿਆਰ ਹੋਏ, ਉਦੋਂ ਹੀ ਲਿਖ ਦਿੱਤਾ ਸੰਸਾਰ ਰੋਗੀ ਵਿਸ਼ਵ ਭਰ, ਸੰਸਾਰ ਆ ਗਿਆ ਨਾ ਜੀ ਵਿੱਚ, ਸੰਸਾਰ ਰੋਗੀ ਨਾਮ ਦਾਰੂ, ਇਹਨਾਂ ਕੋਲੋਂ ਦਵਾਈ ਨਹੀਂ ਬਣੀ। ਅਤੇ ਸਾਹਿਬ ਕਹਿੰਦੇ ਉਸ ਰੋਗੀ ਸੰਸਾਰ ਦਾ ਨਾਮ ਦਾਰੂ ਹੈ, ਸਰਬ ਰੋਗਾ ਔਖਦ ਨਾਮ, ਸਾਰਿਆਂ ਰੋਗਾਂ ਦੀ ਕੋਈ ਦਵਾ। ਪਰ ਖੇਡ ਇੰਨੀ ਹੈ ਵੀ ਮਨੁਆ ਨਹੀਂ ਟਿਕਦਾ, ਜੇ ਕੁਝ ਪਾਉਣਾ ਖੋਣਾ ਤਾਂ ਪੈਣਾ ਹੈ, ਚੌਂਕੜਾ ਤਾਂ ਲਾਉਣਾ ਹੀ ਪਊਗਾ ਜੀ, ਆਪਣਾ ਆਪ ਤਾਂ ਗਵਾਉਣਾ ਹੀ ਪਊਗਾ। ਸੰਸਾਰ ਰੋਗੀ ਨਾਮ ਦਾਰੂ, ਮੈਲ ਲੱਗੈ ਸੱਚ ਬਿਨਾ, ਇਹ ਬਣਨੀ ਸੀ ਗੇਮ। ਖੈਰ ਉਹ ਵਿਚਾਰ, ਮਰਦ ਨੇ ਤਾਹ ਦੇ ਕੇ ਮੁੱਛ ਨੂੰ ਆਖਿਆ, ਜੇ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਪਾਉਂਦਾ ਹੈ ਉਹ ਹਾਥੀਆਂ ਦੀਆਂ ਵੀ ਚੀਕਾਂ ਕਢਾ ਦਿੰਦਾ ਹੈ ਤਾਂ ਉਹ ਸ਼ੇਰਾਂ ਨੂੰ ਵੀ ਪੜਵਾ ਦਿੰਦਾ ਹੈ। ਸਾਡੀ ਸਮਾਨ ਕਿਹੜਾ, ਸਾਡੀ ਇਮਾਨਤ ਹੈ ਨਾ ਜੀ, ਉਹ ਸਾਨੂੰ ਵਾਪਸ ਕਰ ਦਿੱਤੀ ਜਾਵੇ। ਲੈ ਕੇ ਵਾਪਸ ਸ਼ੇਰੇ ਪੰਜਾਬ ਦੇ ਸਿੰਘਾਸਨ ਵੱਲ ਨੂੰ ਹੋਇਆ, ਹੁਣ ਸ਼ੇਰੇ ਪੰਜਾਬ ਵੇਖ ਰਿਹਾ ਸੀ ਸਾਰਾ ਕੁਛ, ਅਤੇ ਸ਼ੇਰੇ ਪੰਜਾਬ ਆਪਣੇ ਆਸਣ ਤੋਂ ਖੜਾ ਹੋ ਗਿਆ ਕਿ ਵਾਹ, ਰਾਜਾ ਨਲ ਤਾਂ ਕੁਝ ਵੀ ਨਹੀਂ। ਇਹਦੀ ਕੁਰਬਾਨੀ ਦਾ ਕਿੱਸਾ ਇਤਿਹਾਸ ਦੇ ਸੁਨਹਿਰੀ ਪੱਤਰਿਆਂ ਵਿੱਚ ਗੁੰਦਵਾਇਆ ਜਾਵੇਗਾ। ਪਰ ਉਸ ਲੜੀ ਨੂੰ, ਉਸ ਕੜੀ ਨੂੰ ਅਸੀਂ ਖੋਜਣ ਤੋਂ, ਅਸੀਂ ਪੜ੍ਹਨ ਤੋਂ ਮਨ ਘਰੋ ਕੇ ਤਾਂ ਬਹੁਤ ਦੂਰ ਕਰੀ ਬੈਠੇ ਹਾਂ। ਮਾਫ਼ੀ ਚਾਹੁੰਦਾ ਹਾਂ, ਮੈਂ ਵੀ ਵਿੱਚੇ ਹਾਂ, ਪਰ ਮੈਂ ਕੋਸ਼ਿਸ਼ ਕਰਦਾ ਕਿ ਉਹਨੂੰ ਖੋਜ ਕੇ ਗੁਰੂ ਕੀ ਸੰਗਤ ਦੇ ਅੱਗੇ ਲਿਆਂਦਾ ਜਾਵੇ। ਯਾਦ ਰੱਖਿਆ ਜੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਆਪਣੇ ਸਿੰਘਾਸਣ ਤੋਂ ਖੜਾ ਹੋਇਆ ਹੈ, ਮਰਦ ਦੇ ਹੱਥ ਵਿੱਚ ਜਿਹੜਾ ਸ਼ੇਰ ਦਾ ਸਿਰ ਸੀ ਨਾ, ਪਵਾ ਕੇ ਸ਼ੇਰੇ ਪੰਜਾਬ ਦੇ ਪੈਰਾਂ ਵਿੱਚ ਮਾਰਿਆ, ਦੂਸਰਾ ਫੜਿਆ, ਇਸ਼ਾਰਾ ਕਰਕੇ ਹੀਰਾ ਸਿੰਘ ਡੋਗਰੇ ਵੱਲ, ਅਤੇ ਮਰਦ ਨੇ ਸਿਰ ਦੇ ਉੱਪਰੋਂ ਦੂਸਰਾ ਸ਼ੇਰ ਦਾ ਸਿਰ ਲਾ ਕੇ ਅਤੇ ਉਹ ਵੀ ਪਵਾ ਕੇ ਪੈਰਾਂ ਵਿੱਚ ਮਾਰ ਕੇ ਇੱਕ ਗੱਲ ਕਹੀ। ਉਹ ਗੱਲ ਪਤਾ ਕਿਹੜੀ ਸੀ, ਬੜੀ ਕਾਬਲੇ ਗੌਰ ਹੈ ਅਤੇ ਅੱਜ ਸਾਨੂੰ ਉਹਦੇ 'ਤੇ ਗੌਰ ਕਰਨਾ ਪੈਣਾ। ਕਹਿੰਦਾ ਮਹਾਰਾਜਾ ਸਾਹਿਬ, ਸ਼ੇਰ 2 ਦੀ ਜਗ੍ਹਾ 'ਤੇ ਭਾਵੇਂ 4 ਕਰ ਦਿਓ, ਪਰ ਇਹਨਾਂ ਡੋਗਰਿਆਂ ਕੋਲੋਂ ਜਰਾ ਬਚ ਕੇ ਚੱਲਿਆ ਜੇ। ਆਹ ਗੱਲ ਕਹਿ ਕੇ ਮਰਦ ਪਿਛਾਂ ਹੋ ਗਿਆ। ਜਦੋਂ ਪਿਛਾਂ ਹੋ ਗਿਆ ਨਾ, ਸ਼ੇਰੇ ਪੰਜਾਬ ਸਿੰਘਾਸਣ ਤੋਂ ਥੱਲੇ ਉਤਰਿਆ, ਥੱਲੇ ਉਤਰ ਕੇ ਮਰਦ ਨੂੰ ਛਾਤੀ ਨਾਲ ਲਾ ਕੇ ਯਕਾਰਾ ਛੱਡਿਆ, ਗੱਜ ਕੇ ਯਕਾਰਾ ਛੱਡ ਕੇ ਨਾ ਡੋਗਰਿਆਂ ਨੂੰ ਕਹਿੰਦਾ ਵੀ ਹੁਣ ਤਾਂ ਨਹੀਂ ਤੁਹਾਡੇ ਮਨ ਅੰਦਰ ਕੋਈ ਵਹਿਮ, ਹੁਣ ਵਹਿਮ ਕਿੱਥੋਂ ਆਉਣਾ ਸੀ, ਸੱਚ ਨੂੰ ਸਬੂਤਾਂ ਦੀ ਲੋੜ ਥੋੜ੍ਹੀ ਹੁੰਦੀ ਹੈ, ਝੂਠ ਮਾਰਨ ਨੂੰ ਤਾਂ ਲੋਕ ਮਾਰੀ ਜਾਂਦੇ, ਸੱਚ ਨੂੰ ਸਬੂਤਾਂ ਦੀ ਕਦੀ ਲੋੜ ਨਹੀਂ ਪੈਂਦੀ, ਪ੍ਰਤੱਖ ਨੂੰ ਪ੍ਰਮਾਣ ਨਹੀਂ। ਜਦੋਂ ਪ੍ਰਤੱਖ ਸਾਰਾ ਕੁਝ ਵੇਖ ਲਿਆ ਨਾ, ਅਤੇ ਯਾਦ ਰੱਖਿਆ ਜੇ ਮਰਦ ਨੇ 80,000 ਸਾਲ ਦੀ ਜ਼ਗੀਰ, ਸ਼ੇਰੇ ਪੰਜਾਬ ਨੇ, ਮਰਦ ਸਰਦਾਰ ਹਰੀ ਸਿੰਘ ਨਲੂਏ ਦੇ ਨਾਮ ਲਾ ਕੇ, ਉਹਨੂੰ ਨਲੂਆ ਨਾਮਕਰਨ ਹੋ ਗਿਆ ਜੀ, ਦੋਵਾਂ ਸ਼ੇਰਾਂ ਨੂੰ ਮਾਰ ਕੇ ਉਹਨੇ ਚਿੱਤ ਕੀਤਾ ਅਤੇ ਨਲੂਆ ਨਾਮਕਰਨ ਹੋ ਗਿਆ। ਸ਼ੇਰੇ ਪੰਜਾਬ ਨੇ 80,000 ਸਾਲ ਦੀ ਜ਼ਗੀਰ ਅਤੇ 10,000 ਜਿਹੜਾ ਜੰਗੀ ਜਰਨੈਲ ਦਿੱਤਾ ਹੈ, 5,000 ਘੋੜਸਵਾਰ ਅਤੇ 5,000 ਪੈਦਲ, 23 ਤੋਪਾਂ ਜਿਹੜੀਆਂ ਨੇ ਉਹ ਮਰਦ ਨੇ ਵੱਡੀ ਛੋਟੀਆਂ ਦਿੱਤੀਆਂ ਨੇ, ਔਰ 14 ਤੋਪਾਂ ਜਿਹੜੀਆਂ ਨੇ ਉਹ ਛੋਟ ਵੱਡੀਆਂ ਦੇ ਕੇ ਮਰਦ ਸਰਦਾਰ ਹਰੀ ਸਿੰਘ ਨੂੰ
ਪਿਸ਼ੌਰ ਦਾ ਗਵਰਨਰ ਲਾ ਦਿੱਤਾ ਹੈ। ਹੁਣ ਯਾਦ ਰੱਖਿਆ ਜੇ ਮਰਦ ਮਰਦਾਂ ਵਾਲੇ ਕੰਮ ਕਰਦਾ, ਇਹ ਵੀ ਮਾਂ ਨੇ ਜੰਮਿਆ ਜੀ, ਬੜੇ ਬੜੇ ਪੈਗੰਬਰਾਂ ਨੂੰ ਵਲੀ ਔਲੀਆਂ ਨੂੰ ਮਾਂ ਨੇ ਜਨਮ ਦਿੱਤਾ ਹੈ, ਜਨਨੀ ਜਨੇ ਤੋਂ ਭਗਤ ਜਾਂ। ਜਦੋਂ ਪਿਸ਼ੌਰ ਦਾ ਗਵਰਨਰ ਬਣਿਆ ਤਾਂ ਚੁੱਪ ਕਰਕੇ ਨਹੀਂ ਬੈਠਾ ਜੀ, ਇਹਨੇ ਪਹਿਲੇ ਹੱਲੇ ਦੇ ਵਿੱਚ ਇਹਨੇ ਆਖਿਆ ਹੋਏ ਜਿੱਥੋਂ ਦੀ ਅਫਗਾਨੀ ਪੰਜਾਬ ਵਿੱਚ ਆਉਂਦੇ ਨੇ ਜਿਹੜੇ ਦਰਾਂ ਦੇ ਵਿੱਚ ਦੀ ਲੰਘ ਕੇ ਅਤੇ ਸਾਡੇ ਪੰਜਾਬ ਨੂੰ ਲੁੱਟ ਕੇ ਖੜਦੇ ਨੇ, ਸਾਡੀਆਂ ਧੀਆਂ ਭੈਣਾਂ ਨੂੰ ਬੰਦੀ ਬਣਾ ਕੇ ਲੈ ਕੇ ਉੱਧਰ ਜਾਂਦੇ ਨੇ ਅਤੇ ਦਿਨਾਰ ਦਿਨਾਰ ਦੇ ਭਾਅ ਟਕੇ ਟਕੇ ਦੇ ਭਾਅ ਵੇਚਦੇ ਨੇ ਨਾ, ਪਹਿਲਾਂ ਕਹਿੰਦੇ ਉੱਥੇ ਬੰਨ ਲੱਗਣੇ ਚਾਹੀਦੇ। ਹੁਣ ਤਵੱਜੋਂ ਦਿਆ ਜੇ, ਇਹ ਮਰਦਾਂ ਦੀ ਕੌਮ ਹੈ ਜੀ, ਅਤੇ ਮਰਦ ਨੇ ਉਹ ਕਿਲ੍ਹੇ ਬਣਾਉਣੇ ਸ਼ੁਰੂ ਕੀਤੇ ਨੇ। ਉਹਨਾਂ ਕਿਲ੍ਹਿਆਂ ਦੇ ਵਿੱਚੋਂ ਮਸ਼ਹੂਰ ਕਿਲ੍ਹਾ ਹੈ ਯਮਰਾਉਤ ਦਾ ਕਿਲ੍ਹਾ। ਯਮਰਾਉਤ ਦਾ ਕਿਲ੍ਹਾ ਬਣਾ ਕੇ ਮਰਦ ਨੇ ਜਥੇਦਾਰ ਮਹਾਂ ਸਿੰਘ ਨੂੰ ਜਥੇਦਾਰੀ ਦੇ ਦਿੱਤੀ ਅਤੇ 2000 ਫੌਜ ਦਿੱਤੀ ਹੈ ਜੰਗੀ ਜਰਨੈਲ, ਕੁਝ ਤੋਪਾਂ ਵੱਡੀਆਂ ਅਤੇ ਕੁਝ ਛੋਟੀਆਂ, ਅਤੇ ਮਰਦ ਨੂੰ ਆਖਿਆ ਉਹ ਮਰਦਾ ਅਫਗਾਨੀ ਇੱਕ ਵੀ ਇੱਧਰ ਦੀ ਲੰਘਣਾ ਨਹੀਂ ਚਾਹੀਦਾ, ਮਰ ਭਾਵੇਂ ਜਾਵੀਂ। ਜਿਹੜੇ ਸ਼ਬਦ ਸਖਤੀ ਵਿੱਚ ਆਣ ਕੇ ਮਰਦ ਸਰਦਾਰ ਹਰੀ ਸਿੰਘ ਨਲੂਏ ਨੇ ਜਥੇਦਾਰ ਮਹਾਂ ਸਿੰਘ ਨਾਲ ਵਰਤੇ, ਜਦੋਂ ਜਥੇਦਾਰੀ ਦਿੱਤੀ ਹੈ ਅੱਜ ਦੇ ਵਾਂਗਰਾਂ ਨੇ ਕਿ ਜਥੇਦਾਰ ਲਿਫਾਫਿਆਂ 'ਚੋਂ ਨਹੀਂ ਸੀ ਨਿਕਲਦੇ, ਜਿੱਥੋਂ ਹੱਕ ਅਤੇ ਸੱਚ ਦੇ ਫੈਸਲੇ ਹੋਣੇ ਹੈ ਉੱਥੋਂ ਦਿੱਲੀ ਦੀ ਗੱਲ ਤੁਰਦੀ ਹੈ, ਦਿੱਲੀ ਦੀ ਗੱਲ ਤੁਰਦੀ ਅਤੇ ਦਿੱਲੀ ਦਾ ਫੈਸਲਾ ਸੁਣਾਇਆ ਜਾਂਦਾ। ਵਾਹ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਯਾਦ ਕਰੀਏ, ਕਦੀ ਉਸੇ ਉੱਚੀ ਮਾਊਂਟੀ ਦੇ ਉੱਪਰ ਅਕਾਲ ਤਖਤ ਸਾਹਿਬ ਤੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਹੁਕਮਨਾਮਾ ਜਾਰੀ ਕਰਦੇ ਨੇ। ਉਹ ਇੱਥੇ ਜੁੱਸਾ ਚਾਹੀਦਾ, ਇੱਥੇ ਘੋੜੇ ਚਾਹੀਦੇ ਨੇ, ਇਸ਼ਾਲੇ ਚਾਹੀਦੇ ਹੈ, ਇੱਥੇ ਜੰਗੀ ਸ਼ਸਤਰ ਚਾਹੀਦੇ ਨੇ। ਅਤੇ ਅੱਜ ਉਹੀ ਅਕਾਲ ਤਖਤ ਸਾਹਿਬ ਜਿਹੜਾ ਹੱਕ ਅਤੇ ਸੱਚ ਦੀ ਗੱਲ ਕਰਦਾ, ਜਥੇਦਾਰ ਕਹਿੰਦਾ ਜਿਹਨੂੰ ਪੰਥ ਦੇ ਵਿੱਚੋਂ ਛੇਕ ਦੇਣਾ ਚਾਹੀਦਾ। ਮਾਫੀ ਚਾਹੁੰਦਾ ਪਰ ਇਹ ਸੱਚ ਹੈ, ਜੇ ਅਸੀਂ ਨਹੀਂ ਬੋਲਾਂਗੇ ਤਾਂ ਕੌਣ ਬੋਲੇਗਾ? ਇਹੋ ਜਿਹੇ ਜਥੇਦਾਰਾਂ ਦੀ ਸਾਨੂੰ ਲੋੜ ਨਹੀਂ, ਸਾਨੂੰ ਉਹ ਮਰਦ ਚਾਹੀਦੇ ਨੇ ਬਾਬਾ ਅਕਾਲੀ ਫੂਲਾ ਸਿੰਘ ਵਰਗੇ। ਉਹ ਮਰਦ ਮਰਦ ਸਰਦਾਰ ਹਰੀ ਸਿੰਘ ਨਲੂਆ ਕਹਿੰਦਾ ਮਹਾਸਿਆ ਮਰ ਭਾਵੇਂ ਜਾਵੀਂ ਪਰ ਇੱਕ ਵੀ ਅਫਗਾਨੀ ਇਸ ਖੈਂਬਰ ਦਰਾਂ ਤੋਂ ਪਾਰ ਨਹੀਂ ਲੰਘਣਾ ਚਾਹੀਦਾ। ਉਹਨੇ ਸ੍ਰੀ ਸਾਹਿਬ ਨੂੰ ਚੁੱਕਿਆ, ਚੁੱਕ ਕੇ ਸ੍ਰੀ ਸਾਹਿਬ ਨੂੰ ਮੱਥੇ ਦੇ ਨਾਲ ਲਾ ਕੇ ਨਾ ਆਖਿਆ ਹਰੀ ਸਿਆ ਤੇਰਾ ਜਿਹੜਾ ਬਚਨ ਹੈ ਮੈਂ ਸਿਰ ਦੇ ਨਾਲ ਨਿਭਾ ਜਾਵਾਂਗਾ, ਪਰਵਾਹ ਨਾ ਕਰੀ ਕਿਸੇ ਗੱਲ ਦੀ। ਇੰਨੀ ਗੱਲ ਜਦੋਂ ਕਈ ਛਾਤੀ ਨਾਲ ਲੱਗਿਆ ਤੇ ਮਰਦ ਫਿਰ ਪਿਸ਼ੌਰ ਚਲਾ ਜਾਂਦਾ। ਹੁਣ ਇਸ ਗੱਲ ਦੀ ਖਬਰ ਖਬਰੀਆਂ ਨੇ ਜਾ ਕੇ ਦਿੱਤੀ ਆ ਦੋਸਤ ਮੁਹੰਮਦ ਖਾਨ ਨੂੰ। ਪਤਾ ਕਾਰਨ ਕੀ ਸੀ? ਦੋਸਤ ਮੁਹੰਮਦ ਖਾਨ ਟੁੱਟ ਟੁੱਟ ਕੇ ਪੈਂਦਾ, ਕਹਿੰਦਾ ਵੀ ਹੁਣ ਉਹਨਾਂ ਦੀਆਂ ਧੀਆਂ ਕਿੱਥੇ ਨੇ, ਲਿਆਓ ਵਿੱਚ ਉਹਨਾਂ ਨੂੰ ਟੱਕੇ ਦੇ ਪਾ, ਦਿਨਾਰਾਂ ਦੇ ਪਾ, ਜਿਹੜੇ ਸਿਰ ਗੱਡਾ ਦੇ ਗੱਡੇ ਜਾਂਦੇ ਸੀ ਸਿਰ ਦੇ ਇੱਕ ਇੱਕ ਦਿਨਾਰ ਲੈ ਕੇ ਅਤੇ ਵੇਚ ਦਿੰਦੇ ਸੀ, ਕਹਿੰਦੇ ਵੀ ਹੁਣ ਕਿੱਥੇ ਗਿਆ ਮੁਆਵਜ਼ਾ, ਮੈਨੂੰ ਚਾਹੀਦਾ, ਮਾਮਲਾ ਲਿਆ ਕੇ ਦਿਓ। ਅਤੇ ਅੱਗੋਂ ਜਵਾਬ ਦਿੱਤਾ ਪਠਾਣਾ ਨੇ, ਉਹਨੇ ਆਖਿਆ ਹੁਣ ਮੁਆਵਜ਼ਾ ਨਹੀਂ ਆਉਣਾ, ਹੁਣ ਮਰਦ ਸਰਦਾਰ ਹਰੀ ਸਿੰਘ ਨਲੂਆ ਕਾਬਜ਼ ਹੋ ਗਿਆ। ਅਤੇ ਯਾਦ ਰੱਖਿਆ ਜੇ ਸਰਦਾਰ ਹਰੀ ਸਿੰਘ ਨਲੂਏ ਦੇ ਨਾਮ ਦਾ ਸਿੱਕਾ ਚੱਲਿਆ ਸੀ ਉਹਨਾਂ ਦਿਨਾਂ ਦੇ ਅੰਦਰ। ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਗਵਰਨਰ ਬਣਨ ਤੋਂ ਬਾਅਦ ਉਹਨੂੰ ਉਪਾਧੀ ਦਿੱਤੀ ਸੀ, ਉਹਦੇ ਨਾਮ ਦਾ ਸਿੱਕਾ ਚੱਲਦਾ। ਅਤੇ ਮਰਦ ਹਰੀ ਸਿੰਘ ਕਹਿੰਦਾ ਵੀ ਸਾਡੇ ਪੰਜਾਬ ਦੀ ਹਦੂਦ, ਸਾਡੇ ਪੰਜਾਬ ਦੀ ਹੱਦ ਦੇ ਅੰਦਰ ਕੋਈ ਵੀ ਅਫਗਾਨੀ ਲੰਘ ਕੇ ਵਿਖਾਵੇ, ਜੇ ਅੱਖਾਂ ਨਾ ਕੱਢ ਲਈਏ ਤਾਂ ਫਿਰ ਗੁਰੂ ਦਾ ਕੁੰਡਲੀਆ ਵੀਰ ਖਾਲਸਾ ਨਹੀਂ। ਜਦੋਂ ਆਹ ਜਵਾਬ ਦਿੱਤਾ ਨਾ ਦੋਸਤ ਮੁਹੰਮਦ ਖਾਨ, ਲੋਹੇ ਲਾਖਾ ਹੋਇਆ, ਲੋਹੇ ਲਾਖਾ ਹੋ ਕੇ ਖੁੱਲ੍ਹੇ ਮੈਦਾਨ ਦੇ ਅੰਦਰ ਇਹਨੇ ਵੱਡਾ ਇਕੱਠ ਸੱਦਿਆ, ਵੱਡਾ ਨਾਮੀ ਜਰਨੈਲਾਂ ਦਾ ਇਕੱਠ ਸੱਦ ਕੇ
ਚਿੱਠੀਆਂ ਪਾ ਕੇ ਪਠਾਣਾਂ ਨੂੰ ਬੁਲਾ ਕੇ ਉਸ ਮੈਦਾਨ ਦੇ ਅੰਦਰ ਸਾਰਿਆਂ ਨੂੰ ਇਕੱਤਰਤਾਈ ਕਰਕੇ ਉੱਚੇ ਟਿੱਬੇ ਦੇ ਉੱਪਰ ਖਲੋ ਕੇ ਆਪਣੀ ਇਸ ਸ੍ਰੀ ਸਾਹਿਬ ਨੂੰ ਇਸ ਜ਼ਮੀਨ ਦੇ ਅੰਦਰ ਗੱਡ ਕੇ ਕਹਿੰਦਾ ਕੋਈ ਸੂਰਮਾ ਉੱਠੇ ਇਹਨਾਂ ਸਿੱਖੜਿਆਂ ਦਾ ਨਾਮੋ ਨਿਸ਼ਾਨ ਮਿੱਟੀ ਵਿੱਚ ਮਿਲਾ ਕੇ ਆਵੇ, ਕੇਸਰੀ ਝੰਡਾ ਲਾ ਕੇ ਹੈਦਰੀ ਝੰਡਾ ਲਹਿਰਾ ਕੇ ਆਵੇ, ਦੋਸਤ ਮੁਹੰਮਦ ਖਾਨ ਵੰਗਾਰ ਕੇ ਪਠਾਣਾਂ ਨੂੰ ਜੋਸ਼ ਭਰੀ ਤਕਰੀਰ ਦੇ ਦੋ ਅਲਫਾਜ਼ ਇਉਂ ਵਰਤਦੇ। ਕੱਠੇ ਕਰ ਜੋਦੇ ਜਰਨੈਲ ਖਾਨ ਨੇ, ਇੱਦਾਂ ਕਿਹਾ ਦੋਸਤ ਮੁਹੰਮਦ ਖਾਨ ਨੇ, ਕਹਿੰਦੇ ਜਮਰੌਦ ਨੂੰ ਵਹੀਰਾ ਪਾ ਦਿਓ, ਸਿੰਘਾਂ ਦਾ ਨਿਸ਼ਾਨ ਜੱਗ ਚੋਂ ਮਿਟਾ ਦਿਓ। ਕੱਠੇ ਕਰ ਜੋਦੇ ਜਰਨੈਲ ਖਾਨ ਨੇ, ਇੱਦਾਂ ਕਿਹਾ ਦੋਸਤ ਮੁਹੰਮਦ ਖਾਨ ਨੇ, ਕਹਿੰਦੇ ਜਮਰੌਦ ਨੂੰ ਵਹੀਰਾ ਪਾ ਦਿਓ, ਸਿੰਘਾਂ ਦਾ ਨਿਸ਼ਾਨ ਜੱਗ ਚੋਂ ਮਿਟਾ ਦਿਓ। ਕਰ ਦਿਓ ਹੱਲਾ ਮੰਗਰਾਂ ਜਵਾਨਾਂ ਦੇ, ਤੁਸੀਂ ਸ਼ੇਰ ਸੂਰਜ ਪੁੱਤਰ ਖਾਨਾਂ ਦੇ, ਵੈਰੀਆਂ ਦੇ ਹੱਥ ਕੰਨਾਂ ਨੂੰ ਲਵਾ ਦਿਓ, ਸਿੰਘਾਂ ਦਾ ਨਿਸ਼ਾਨ ਜੱਗ ਚੋਂ ਮਿਟਾ ਦਿਓ। ਦੇਖਦੇ ਤਨੀ ਤੇ ਸੂਰਮੀ ਜਵਾਨ ਜੋ, ਡਰ ਦਾ ਤੂੰ ਹੱਥੋਂ ਜਿਮੀ ਅਸਮਾਨ ਜੋ, ਪਿਛਲੀ ਮਿਸਾਲ ਜੱਗ ਤੇ ਦੁਹਰਾ ਦਿਓ, ਸਿੰਘਾਂ ਦਾ ਨਿਸ਼ਾਨ ਜੱਗ ਚੋਂ ਮਿਟਾ ਦਿਓ। ਲੱਗ ਪੈ ਗਿੱਦੜ ਸ਼ੇਰਾਂ ਨੂੰ ਡਰਾਉਣ ਜੀ, ਅਸਾਂ ਉੱਤੇ ਲੱਗੇ ਵਾਧੂ ਰੋਬ ਪਾਉਣ ਜੀ, ਹੋਏ ਨੇ ਮਸਤ ਮਸਤੀ ਨੂੰ ਲਾ ਦਿਓ, ਸਿੰਘਾਂ ਦਾ ਨਿਸ਼ਾਨ ਜੱਗ ਚੋਂ ਮਿਟਾ ਦਿਓ। ਅਸਲੀ ਪੁੱਤਰ ਜੋ ਮੁਸਲਮਾਨ ਦਾ, ਅਸਲੀ ਪੁੱਤਰ ਜੋ ਮੁਸਲਮਾਨ ਦਾ, ਜੰਗ ਵਿੱਚੋਂ ਪਿੱਛੇ ਨਾ ਹਟਣ ਜਾਣਦਾ। ਬਲ ਜਮਰੌਦ ਤੁਸੀਂ ਚਾਲੇ ਪਾ ਦਿਓ, ਸਿੰਘਾਂ ਦਾ ਨਿਸ਼ਾਨ ਜੱਗ ਚੋਂ ਮਿਟਾ ਦਿਓ। ਸਰ ਪਾ ਨਾ ਕਰਨਾ ਜੇ ਤੁਸਾਂ ਜਾਣਦਾ, ਖੱਟ ਲਵੋ ਜਸ ਸਾਰੇ ਹੀ ਜਹਾਨ ਦਾ, ਯੋਧਿਆਂ ਚ ਨਾਮ ਆਪਣਾ ਲਿਖਾ ਦਿਓ, ਸਿੰਘਾਂ ਦਾ ਨਿਸ਼ਾਨ ਜੱਗ ਚੋਂ ਮਿਟਾ ਦਿਓ। ਪੰਜੇ ਮੇਰੇ ਪੁੱਤ ਜਾਨ ਤੂੰ ਪਿਆਰੇ ਜੀ, ਜਾਣਗੇ ਤੁਹਾਡੇ ਨਾਲ ਉਹ ਵੀ ਸਾਰੇ ਜੀ, ਕਾਫਰਾਂ ਨੂੰ ਧਾਰ ਤੇਗ ਦੀ ਲੰਘਾ ਦਿਓ, ਸਿੰਘਾਂ ਦਾ ਨਿਸ਼ਾਨ ਜੱਗ ਚੋਂ ਮਿਟਾ ਦਿਓ। ਬੁੱਟਾਂ ਨਾਲ ਬੰਨ ਲਓ ਸ਼ਹੀਦੀ ਗਾਨੇ ਜੀ, ਗੁੱਟਾਂ ਨਾਲ ਬੰਨ ਲਓ ਸ਼ਹੀਦੀ ਗਾਨੇ ਜੀ, ਚੁਣ ਚੁਣ ਵੈਰੀ ਮਾਰੀਏ ਮਦਾਨੇ ਜੀ। ਸਿੰਘਾਂ ਦੇ ਨਿਸ਼ਾਨ ਝੂਲ ਦੇ ਚੁਕਾ ਦਿਓ, ਸਿੰਘਾਂ ਦਾ ਨਿਸ਼ਾਨ ਜੱਗ ਚੋਂ ਮਿਟਾ ਦਿਓ। ਹੋ ਗਿਆ ਅਸਰ ਬੜਾ ਤਕਰੀਰ ਦਾ, ਬ੍ਰਹਮਪੁਰੀ ਬੋਲ ਗਿਆ ਸੀਨਾ ਚੀਰ ਦਾ, ਚਾਨਣ ਸਿੰਘਾਂ ਅੱਗੇ ਲੜੀ ਨੂੰ ਵਧਾ ਦਿਓ, ਸਿੰਘਾਂ ਦਾ ਨਿਸ਼ਾਨ ਜੱਗ ਚੋਂ ਮਿਟਾ ਦਿਓ, ਸਿੰਘਾਂ ਦਾ ਨਿਸ਼ਾਨ ਜੱਗ ਚੋਂ ਮਿਟਾ ਦਿਓ। ਮਰਦ
ਸਰਦਾਰ ਹਰੀ ਸਿੰਘ ਦਾ ਨਾਮ ਆ ਗਿਆ ਤੇ ਹਰੀ ਸਿੰਘ ਦਾ ਨਾਮ ਲੈ ਕੇ ਕਹਿੰਦਾ ਉਸ ਸਿੱਖੜੇ ਨੇ ਸਾਡੇ ਨੱਕਾਂ ਵਿੱਚ ਦਮ ਕਰ ਦਿੱਤੇ। ਕੋਈ ਮਰਦ ਸੂਰਮਾ ਉੱਠੇ ਸਾਵੇਂ ਆਵੇ ਉਹਨਾਂ ਸਿੱਖਾਂ ਦਾ ਕੇਸਰੀ ਨਿਸ਼ਾਨ ਲਾ ਕੇ ਤੇ ਹੈਦਰੀ ਨਿਸ਼ਾਨ 'ਚ ਲਾ ਕੇ ਆਵੇ, ਉਹਨਾਂ ਦਾ ਨਾਮੋ ਨਿਸ਼ਾਨ ਮਿੱਟੀ ਵਿੱਚ ਮਿਲਾਉਣਾ। ਜਦੋਂ ਜੋਸ਼ ਭਰੀ ਤਕਰੀਰ ਦੇ ਅਲਫਾਜ਼ ਵਰਤੇ ਤੇ ਮਰਦ ਨਾਮ ਆ ਗਿਆ ਨਾ ਹਰੀ ਸਿੰਘ ਨਲੂਏ ਦਾ, ਤੇ ਗੁਰੂ ਕੀ ਸੰਗਤ ਜੀ ਯਾਦ ਰੱਖਿਆ ਜੇ ਉਹ ਮਰਦ ਸਰਦਾਰ ਹਰੀ ਸਿੰਘ ਨਲੂਆ, ਜਿਸ ਹਰੀ ਸਿੰਘ ਨਲੂਏ ਨੇ ਪਠਾਣਾਂ ਨੂੰ ਸਲਵਾਰਾਂ ਪਵਾਈਆਂ ਸੀ। ਤੇ ਅੱਜ ਮੈਂ ਜਦੋਂ ਆਪਣੀ ਨੌਜਵਾਨ ਪੀੜ੍ਹੀ ਨੂੰ ਵੇਖਦਾ ਨਾ ਪਨੀਰੀ ਨੂੰ, ਤੇ ਬੀਬੀਆਂ ਵਾਲੀਆਂ ਸਲਵਾਰਾਂ ਤੇ ਬੀਬੀਆਂ ਵਾਲੇ ਸ਼ੌਲ ਬੁੱਕਲ ਮਾਰਦੇ ਨੇ ਉੱਤੇ ਲੈ ਕੇ, ਬਾਬਾ ਜੀ ਐਵੇਂ ਉਹ ਭਲਿਓ ਮਾਣਸੋ ਤੁਸੀਂ ਵਾਰਸ ਹੋ ਮਰਦ ਸਰਦਾਰ ਹਰੀ ਸਿੰਘ ਨਲੂਏ ਦੇ। ਇੱਕ ਮੈਂ ਬੇਨਤੀ ਹੋਰ ਕਰਨੀ, ਮੈਂ ਟੂਕ ਮਾਤਰ ਇਤਿਹਾਸ ਦੀ ਕੜੀ 'ਚੋਂ ਬਾਹਰ ਚੱਲਿਆ। ਪਹਿਲਾਂ ਬੇਨਤੀ ਹੈ ਕਿ ਸਾਡੇ ਪ੍ਰਧਾਨ ਸਾਹਿਬ ਸਤਿਕਾਰਯੋਗ ਸਰਦਾਰ ਬਲਵਿੰਦਰ ਸਿੰਘ ਜੀ ਉਹਨਾਂ ਵੱਲੋਂ ਇਤਿਹਾਸ ਦਾ ਸਤਿਕਾਰ ਕਰਦਿਆਂ 500 ਦਮੜਾ ਆਇਆ, ਮੈਂ ਕਦਰਦਾਨੀ ਦਾ ਧੰਨਵਾਦ ਕਰਦਾ। ਮੈਂ ਬੇਨਤੀ ਇਹ ਕਰਨੀ ਚਾਹੁੰਦਾ ਕਿ ਸਾਡਾ CM ਪੰਜਾਬ ਦਾ ਭਗਵੰਤ ਮਾਨ, ਮੈਨੂੰ ਨਹੀਂ ਪਤਾ ਤੁਸੀਂ ਕਿਹੜੀ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਹੋ, ਪਰ ਬੇਨਤੀ ਮੈਂ ਕਰਦਾ, ਮੈਂ ਕੌਮ ਦਾ ਕੁੱਕਰ ਹੈ, ਮੈਂ ਸਾਹਿਬ ਦਾ ਦਿੱਤਾ ਖਾਨਾ ਹੈ। ਟੋਪੀਆਂ ਵਾਲੇ 'ਤੇ ਸਾਨੂੰ ਪਹਿਲਾਂ ਕੋਈ ਭਰੋਸਾ ਨਹੀਂ ਸੀ ਬਾਲਾ, ਪਰ ਅੱਜ ਦੀ ਡੇਟ ਦੇ ਅੰਦਰ ਉਹ ਪੂਰੇ ਦਾ ਪੂਰਾ ਜਿਹੜਾ ਰੋਲ ਹੈ ਉਹ ਬਿਆਂਤੇ ਬੁੱਚੜ ਵਾਲਾ ਉਹਦੇ ਤੋਂ ਅਦਾ ਕਰਵਾ ਰਹੇ ਨੇ, ਜਿਹੜਾ ਬਿਆਂਤੇ ਬੁੱਚੜ ਦਾ ਰੋਲ ਅਦਾ ਕੀਤਾ ਸੀ ਨਾ। ਇੱਕ ਪਾਸੇ ਉਹ ਭਗਵੰਤ ਮਾਨ ਮਰਦੇ ਮੁਜਾਹਿਦ ਸ਼ਹੀਦ ਭਗਤ ਸਿੰਘ ਦੀ ਫੋਟੋ ਲਾਈ ਬੈਠਾ ਹੈ, ਅਤੇ ਦੂਸਰੇ ਪੱਖ ਦੇ ਵਿੱਚ ਇੱਕ ਬੰਨੇ ਫੋਟੋ, ਅਤੇ ਜਿਹਦੀ ਫੋਟੋ ਲਾਈ ਬੈਠਾ ਉਹ ਤਾਂ ਬੰਦੂਕਾਂ ਬੀਜਦਾ ਸੀ ਖੇਤਾਂ ਦੇ ਵਿੱਚ, ਅਤੇ ਦੂਸਰੇ ਪਾਸੇ ਜੇ ਕੋਈ ਸ਼ਸਤਰ ਰੱਖਦਾ ਨਾ ਜੀ ਉਹਦੇ 'ਤੇ ਪਰਚੇ ਕਰੀ ਜਾਂਦਾ। ਹੁਣ ਇੱਕ ਮਿਆਨ 'ਚ ਦੋ ਤਲਵਾਰਾਂ ਥੋੜ੍ਹੀ ਪੈਂਦੀਆਂ, ਇੱਕ ਪਾਸੇ ਹੋ ਜੇ। ਇਹਨੇ ਕਦੀ ਕਿਹਾ ਜੀ ਬਾਦਲ ਕੇ ਮਾੜੇ ਹੈ, ਕਦੀ ਕਿਹਾ ਵੀ ਕੈਪਟਨ ਮਾੜਾ ਹੈ, ਕਾਂਗਰਸ ਮਾੜੀ ਹੈ, ਕਦੀ ਅਕਾਲੀ ਮਾੜੇ ਨੇ, ਉਹਨਾਂ ਨੂੰ ਭੰਡ ਕੇ ਅੱਗੇ ਆ ਗਿਆ। ਪਰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਜਿੰਨਾ ਲੱਚਰਤਾ ਅਤੇ ਜਿੰਨਾ ਗੰਦ ਸੋਸ਼ਲ ਮੀਡੀਆ ਦੇ ਉੱਪਰ ਹੁਣ ਪੈ ਗਿਆ ਉਹਨਾਂ ਦੇ ਰਾਜ ਵਿੱਚ ਨਹੀਂ ਸੀ ਹੈਗਾ। ਮੈਨੂੰ ਹੈਰਾਨਗੀ ਔਰ ਮੈਨੂੰ ਦੁੱਖ ਹੈ ਇਸ ਗੱਲ ਦਾ ਕਿ ਸਰਦਾਰਾਂ ਦੇ ਘਰਾਂ ਦੀਆਂ ਧੀਆਂ ਭੈਣਾਂ ਅਤੇ ਪੁੱਤਰ ਜਿਹੜੇ ਨੇ ਉਹ ਸੋਸ਼ਲ ਮੀਡੀਆ ਦੇ ਉੱਪਰ ਇੰਨੀ ਕੁ ਜ਼ਿਆਦਾ ਗੰਦੀ ਅਤੇ ਭੈੜੀ ਲੱਚਰਤਾ ਫੈਲਾ ਰਹੇ ਨੇ। ਕੀ ਗੱਲ ਵੀ ਹੁਣ CM ਭਗਵੰਤ ਮਾਨ ਨੂੰ ਦਿਸਦਾ ਨਹੀਂ, ਬੰਦ ਤਾਂ ਕਰਾ ਸਕਦਾ, ਬੜਾ ਕੁਛ ਹੈ ਨੈੱਟ ਦੇ ਉੱਪਰ, ਪਰ ਹੁਣ ਪੰਜਾਬ ਦਾ ਮੁਖੀ ਹੈ, ਮੁੱਖ ਮੰਤਰੀ ਹੈ ਪੰਜਾਬ ਦਾ, ਕਮਾਨ ਉਹਦੇ ਹੱਥ ਵਿੱਚ ਹੈ। ਜੇ ਬਾਕੀ ਇਹ ਬੰਦ ਕਰਾ ਸਕਦੇ ਆ, ਰਸਤੇ ਬੰਦ ਨੇ, ਹੁਣ ਅਸੀਂ ਲੰਘ ਕੇ ਇਹ ਰਸਤਾ ਬੰਦ ਕੀਤਾ ਜੀ ਖੱਟੜ ਨੇ, ਪਤਾ ਨਹੀਂ ਕਿਹੜਾ ਡਰ ਹੈ, ਕਿਹੜਾ ਖੌਫ ਹੈ। ਪਰ ਇਹ ਗੱਲ ਇਹ ਭੁੱਲ ਗਏ ਨੇ ਵੀ ਜਦੋਂ ਬਾਬਾ ਵਘੇਲ ਸਿੰਘ ਸਾਹਿਬ ਜੀ ਨੇ ਦਿੱਲੀ ਫਤਿਹ ਕੀਤੀ ਨਾ, ਸਰ ਕੀਤੀ ਹੈ, ਉਦੋਂ ਬੜਾ ਕੁਝ ਸੀ। ਬਾਬਾ ਬੰਦਾ ਸਿੰਘ ਬਹਾਦਰ ਜੇ ਇੱਕ ਨਿਸ਼ਾਨ ਲੈ ਕੇ ਕੌਮ ਸਾਡੀ ਚੱਲ ਪਏ, ਪੰਥ ਸਾਡਾ ਚੱਲ ਪਏ ਇੱਕ ਨਿਸ਼ਾਨ ਦੇ ਥੱਲੇ, ਤਾਂ ਇਹ ਕੋਈ ਬਾਹਲੀ ਵੱਡੀ ਗੱਲ ਨਹੀਂ। ਖੈਰ ਉਹ ਵਿਚਾਰ, ਮੈਂ ਬੇਨਤੀ ਕਰਨੀ ਚਾਹੁੰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਔਰ ਹਰਿਆਣੇ ਦੇ ਮੁੱਖ ਮੰਤਰੀ ਨੂੰ ਵੀ ਜਨਤਾ ਦਾ ਸਾਥ ਦੇਈਦਾ ਹੈ, ਜਨਤਾ ਜੇ ਬਣਾਉਣਾ ਜਾਣਦੀ ਹੈ ਤਾਂ ਜਨਤਾ ਲਾਉਣਾ ਵੀ ਜਾਣਦੀ, ਦੋਵੇਂ ਚੀਜ਼ਾਂ ਨੇ ਇਹਨਾਂ ਕੋਲ ਪਾਵਰਾਂ ਹੈ। ਖੈਰ ਉਹ ਵਿਚਾਰ, ਮਰਦ ਸਰਦਾਰ ਹਰੀ ਸਿੰਘ ਦਾ ਨਾਮ ਆਇਆ ਤੇ ਦੋਸਤ ਮੁਹੰਮਦ ਖਾਨ ਨੇ ਤਕਰੀਰ ਕੀਤੀ, ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਵਾਰ, ਇੱਕ ਨਹੀਂ ਉੱਠਿਆ ਜੀ। ਉਹਦਾ ਕਾਰਨ ਸੀ ਵੀ ਹਰੀ ਸਿੰਘ ਨਲੂਏ ਦਾ ਨਾਮ ਸੀ, ਪਤਾ ਸੀ ਵੀ ਅੱਜ ਵੀ ਉਹ ਪਠਾਣੀਆਂ ਪਠਾਣਾਂ ਦੀਆਂ ਮਾਵਾਂ ਜਦੋਂ ਬੱਚਾ ਰੋਂਦਾ ਨਾ ਜੀ
ਤੇ ਉੱਥੇ ਉਦਾਹਰਨ ਐਗਜ਼ੈਂਪਲ ਸੈੱਟ ਹੈ, ਉਦਾਹਰਨ ਉੱਥੇ ਫਿੱਟ ਹੋਈ ਹੈ। ਚੁੱਪ ਸ਼ਾਹ ਹਰੀਆ ਰਾਂਗਲੇ, ਬੱਚੇ ਨੂੰ ਮਾਂ ਕਹਿੰਦੀ ਵੀ ਚੁੱਪ ਕਰਦਾ, ਤੇ ਸਾਡੀਆਂ ਮਾਵਾਂ ਪਤਾ ਕੀ ਕਹਿੰਦੀਆਂ, ਚੁੱਪ ਕਰਦਾ ਬਿੱਲੀ ਆ ਜਾਊਗੀ। ਹੱਦ ਹੋ ਗਈ, ਬਿੱਲੀਆਂ ਤੋਂ ਹੀ ਡਰਾਈ ਜਾਂਦੇ ਹੋ ਤੁਸੀਂ ਨਲੂਏ ਦੇ ਵਾਰਸਾਂ ਨੂੰ। ਮਾਊ ਆ ਜਾਊਗਾ, ਕਿਹੜਾ ਮਾਊ ਕਿਹੜੀ ਬਿੱਲੀ, ਉਹ ਮਰਦਾਂ ਦੀ ਕੌਮ ਆ। ਇਹ ਮਾਊਆਂ ਤੋਂ ਤੇ ਬਿੱਲੀਆਂ ਤੋਂ ਉੱਪਰ ਉੱਠੋ, ਇਹ ਕੌਮ ਸ਼ੇਰਾਂ ਦੇ ਨਾਲ ਲੜਦੀ ਰਹੀ ਹੈ। ਇਹ ਬੇਨਤੀ ਮੈਂ ਤੁਹਾਡੀ ਖਿਦਮਤ ਵਿੱਚ ਕਰਨੀ ਚਾਹੁੰਦਾ। ਦੂਜੀ ਬੇਨਤੀ, ਜਿਹੜੀਆਂ ਮਾਵਾਂ ਆਪਣੇ ਬੱਚਿਆਂ ਦੇ ਸਿਰ 'ਤੇ ਦਸਤਾਰ ਸਜਾਉਂਦੇ ਸਮੇਂ ਉਹ ਸਿਰ ਲਾਉਂਦਾ ਅਤੇ ਚਪੇੜਾਂ ਮਾਰਦੀਆਂ ਨੇ, ਉਹਨਾਂ ਨੂੰ ਵੀ ਖਾਸ ਕਰਕੇ ਬੇਨਤੀ ਹੈ। ਮਾਂ ਅਤੇ ਮਾਂ ਹੀ ਆ, ਬੱਚੇ ਦਾ ਕੰਮ ਹੈ ਸਿਰ ਲਾਉਣਾ, ਅਤੇ ਜਾ ਨਹੀਂ ਥਾੜ ਮਾਰ ਕੇ ਥੱਪੜ ਉਹਨੂੰ ਕਹਿੰਦਾ ਵੀ ਸਿਰ ਲਾਉਣ, ਨਹੀਂ, ਉਦੋਂ ਚੇਤਾ ਕਰਿਆ ਕਰੋ ਮਾਂ ਗੁਜਰ ਕੌਰ ਨੂੰ ਵੀ ਠੰਡੇ ਬੁਰਜ ਦੇ ਵਿੱਚ ਵੀ ਬੈਠੀ, ਕੋਲ ਵੀ ਕੁਝ ਨਹੀਂ, ਅਤੇ ਗੋਦੀ ਵਿੱਚ ਬਿਠਾ ਕੇ ਦੋਵਾਂ ਪੁੱਤਰਾਂ ਨੂੰ ਬੁੱਢੇ ਅੱਡਾਂ ਦਾ ਸੇਕ ਦੇ ਕੇ, ਉਹ 80 ਸਾਲ ਦੀ ਬਜ਼ੁਰਗ ਮਾਤਾ ਬੁੱਢੇ ਅੱਡਾਂ ਦਾ ਸੇਕ ਦੇ ਕੇ ਵੀ ਦਸਤਾਰਾਂ ਪਈ ਸਜਾਉਂਦੀ ਹੈ, ਉਹਦਾ ਚੇਤਾ ਕਰਿਆ ਕਰੋ। ਖੈਰ, ਮਰਦ ਸਰਦਾਰ ਹਰੀ ਸਿੰਘ ਨਲੂਏ ਦਾ ਨਾਮ ਆ ਗਿਆ ਅਤੇ ਨਹੀਂ ਉੱਠਿਆ ਗਿਆ, ਕੋਈ ਨਹੀਂ ਉੱਠਿਆ। ਹੁਣ ਇੱਥੇ ਇੱਕ ਸਿਆਸੀ ਪੈਂਤ ਦਾ ਖੇਡਿਆ ਹੈ ਦੋਸਤ ਮੁਹੰਮਦ ਖਾਨ ਨੇ, ਉਹ ਪਤਾ ਕਿਹੜਾ ਸੀ ਸਿਆਸੀ ਪੈਂਤ ਦਾ? ਉਹ ਸਿਆਸੀ ਪੈਂਤ ਦਾ ਇਹ ਸੀ ਵੀ ਉਹਨੇ ਆਪਣੇ ਪੰਜਾਂ ਪੁੱਤਰਾਂ ਨੂੰ ਮੌਤ ਦੇ ਗਾਨੇ ਬਣਾ ਕੇ ਪਾਨਾਂ ਦਾ ਬੀੜਾ ਚਬਾ ਕੇ ਅਤੇ ਅੱਗੇ ਕਰਤਾ। ਜਿਹੜਾ ਸਿਆਸੀ ਬੰਦਾ ਨਾ ਜੀ, ਮੈਨੂੰ ਮਾਫ਼ੀ ਚਾਹੁੰਦਾ, ਸਿਆਸੀ ਬੰਦਾ ਕਿਸੇ ਦਾ ਵੀ ਨਹੀਂ ਹੋ ਸਕਦਾ, ਨਾ ਮਾਂ ਦਾ, ਨਾ ਬਾਪ ਦਾ, ਨਾ ਭੈਣ ਦਾ, ਨਾ ਭਰਾ ਦਾ, ਸਿਆਸਤ ਦੀ ਖੇਡ ਹੈ। ਹੁਣ ਯਾਦ ਰੱਖਿਆ ਜੀ, ਇੱਕ ਪਿਓ ਅਤੇ ਉਹ ਸਿਆਸੀ ਸੀ, ਅਤੇ ਪੁੱਤ ਕਹਿੰਦਾ ਪਾਪਾ ਮੈਂ ਸਿਆਸਤ ਸਿੱਖਣੀ ਹੈ, ਉਹ ਕਹਿੰਦਾ ਪੁੱਤ ਰਹਿਣ ਦੇ ਕੁਝ ਨਹੀਂ ਹੈ, ਕਹਿੰਦਾ ਨਹੀਂ ਮੈਨੂੰ ਸਿਖਾ ਵੀ ਸਿਆਸਤ ਹੈ ਕੀ ਚੀਜ਼, ਕਿਵੇਂ ਅੱਗੇ ਵਧੀਦਾ। ਉਹ ਕਹਿੰਦਾ ਵੀ ਜੇ ਤੂੰ ਨਹੀਂ ਹਟਦਾ ਤਾਂ ਚੱਲ ਫਿਰ ਚੜ੍ਹ ਕੋਠੇ 'ਤੇ, ਮੈਂ ਤੈਨੂੰ ਦੱਸਦਾ। ਉਹ ਕੋਠੇ 'ਤੇ ਚੜ੍ਹ ਗਿਆ ਅਤੇ ਬਾਪ ਸੀ, ਬਾਪ ਥੱਲੇ ਖਲੋ ਗਿਆ, ਕਹਿੰਦਾ ਪੁੱਤਰਾ ਜਦੋਂ ਮੈਂ ਬਾਹਾਂ ਤਾਂ ਨੂੰ ਕਰਾਂਗਾ ਤੂੰ ਛਾਲ ਮਾਰਦੀ ਅਤੇ ਮੈਂ ਤੈਨੂੰ ਅੱਗੋਂ ਫੜ ਲਾਂਗਾ, ਬੁੱਝ ਲਾਂਗਾ। ਉਹਨੇ ਛਾਲ ਮਾਰਤੀ, ਜਦੋਂ ਛਾਲ ਮਾਰੀ ਅਤੇ ਪਿਓ ਪਿੱਛੇ ਹੋ ਗਿਆ ਅਤੇ ਮੋਟੇ ਪੱਟੋਂ ਲੱਤ ਟੁੱਟ ਗਈ, ਕਹਿੰਦਾ ਪਿਤਾ ਜੀ ਇਹ ਕੀ? ਕਹਿੰਦਾ ਪੁੱਤਰਾ ਇਹੋ ਹੀ ਸਿਆਸਤ ਆ ਵੀ ਸਕੇ ਪਿਓ 'ਤੇ ਵੀ ਭਰੋਸਾ ਨਹੀਂ ਕਰਨਾ, ਇਹੀ ਸਿਆਸਤ ਹੈ। ਹੁਣ ਸਕਾ ਪਿਓ ਆਪਣੇ ਪੰਜਾਂ ਪੁੱਤਰਾਂ ਨੂੰ ਮੌਤ ਦੇ ਗਾਨੇ ਬਣਾ ਕੇ ਸ਼ਹੀਦੀ ਉਹਨਾਂ ਨੂੰ ਪਵਾ ਕੇ ਬਾਣਾ, ਉਹਨਾਂ ਦੀ ਵੀ ਸ਼ਹਾਦਤ ਹੈ। ਖਾਲਸਾ ਟਿੱਡੀਆਂ ਨਾਲ ਨਹੀਂ ਜੇ ਲੜਿਆ, ਆਪਾਂ ਕਹਿੰਦੇ ਨਾ ਟਿੱਡੀ ਦਲ ਚੜ੍ਹ ਕੇ ਆ ਗਿਆ, ਇਹਦਾ ਮਤਲਬ ਹੈ ਬਹੁ ਗਿਣਤੀ, ਜਿਵੇਂ ਮੈਦਾਨੇ ਜੰਗ ਚਮਕੌਰ ਦੇ ਅੰਦਰ 10 ਲੱਖ ਦੀ ਗਿਣਤੀ ਆ ਗਈ ਟਿੱਡੀਆਂ ਦੇ ਵਾਂਗਰਾਂ ਚੜ੍ਹ ਕੇ। ਖਾਲਸਾ ਟਿੱਡੀਆਂ ਨਾਲ ਨਹੀਂ ਲੜਦਾ ਰਿਹਾ, ਖਾਲਸਾ ਮਰਦਾਂ ਨਾਲ ਲੜਿਆ। ਸਾਹਿਬ ਕਹਿੰਦੇ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੂਸ ਨਾ ਹੋਈ, ਬਹਾਦਰ ਨੂੰ ਬਹਾਦਰ ਮਾਰਦਾ ਕੋਈ ਰੂਸ ਨਹੀਂ, ਬਹਾਦਰਾਂ ਦੇ ਨਾਲ ਲੜੀ ਹੈ, ਬਹਾਦਰਾਂ ਦੀ ਕੌਮ ਹੈ। ਹੁਣ ਮਰਦ ਸਰਦਾਰ ਹਰੀ ਸਿੰਘ ਨਲੂਏ ਦਾ ਨਾਮ ਆਇਆ, ਪੰਜਾਂ ਪੁੱਤਰਾਂ ਨੂੰ ਅੱਗੇ ਕੀਤਾ, ਕਹਿੰਦਾ ਕੋਈ ਤਾਂ ਉੱਠੋ, ਮੈਂ ਉਹਦੇ ਨਾਮ 80,000 ਸਾਲ ਦੀ ਜ਼ਗੀਰ ਲਾ ਦਿਆਂਗਾ ਜਿੰਨੀ ਨਲੂਏ ਦੇ ਨਾਮ ਹੈ। ਸੰਮੀ ਖਾਨ ਅੱਗੇ ਬੈਠਾ ਸੀ, ਮਨ ਨਾਲ ਵਿਚਾਰ ਕੀਤੀ ਵੀ ਜੇ ਮੇਰੇ ਮਰਨ ਤੋਂ ਪਹਿਲਾਂ ਇਹਦੇ ਪੰਜੇ ਪੁੱਤਰ ਮਰਨਗੇ ਤਾਂ ਮੈਂ ਜਾਵਾਂਗਾ। ਉੱਠਿਆ, ਜੋਸ਼ ਵਿੱਚ ਆ ਕੇ ਤਲਵਾਰ ਦੇ ਮੁੱਠੇ 'ਤੇ ਹੱਥ ਪਾ ਕੇ ਖਿੱਚ ਕੇ ਕਹਿੰਦਾ ਜੇ ਤੁਹਾਡੇ ਪੰਜੇ ਪੁੱਤਰ ਨਾਲ ਜਾਣਗੇ ਤਾਂ ਮੈਂ ਕਮਾਨ ਸੰਭਾਲਾਂਗਾ। ਸੰਮੀ ਖਾਨ ਕਹਿੰਦਾ ਮੈਂ ਜਾਵਾਂਗਾ, ਮੈਂ ਸਿੱਖੜਿਆਂ ਦਾ ਨਾਮੋ ਨਿਸ਼ਾਨ ਮਿਟਾ ਕੇ ਆਵਾਂਗਾ। ਮੁੱਕਦੀ ਗੱਲ, 30,000 ਦਾ ਇਕੱਠ ਲੈ ਕੇ ਦੋਸਤ ਮੁਹੰਮਦ ਖਾਨ ਦੇ ਕੋਲੋਂ ਸੰਮੀ ਖਾਨ ਉਹਦੇ ਪੰਜਾਂ ਪੁੱਤਰਾਂ ਨੂੰ ਨਾਲ ਲੈ ਕੇ, ਨਾਮੀ ਜਰਨੈਲਾਂ ਨੂੰ ਨਾਲ ਲੈ ਕੇ ਅਤੇ ਮੈਦਾਨੇ ਜੰਗ ਜ਼ਮਰਾਓ ਦੇ ਮੈਦਾਨ ਵਿੱਚ ਉੱਤਰ ਆਇਆ। ਜਦੋਂ ਮੈਦਾਨੇ ਜੰਗ ਜ਼ਮਰਾਓ 'ਚ ਉੱਤਰਿਆ, ਹੁਣ ਯਾਦ ਰੱਖਿਆ ਜੇ ਅੱਜ ਤਾਂ ਭਰਾਵਾਂ ਦੀ ਭਰਾ ਹੀ ਪਿੱਠ 'ਤੇ ਵਾਰ ਕਰੀ ਜਾਂਦੇ ਨੇ ਨਾ ਸਿਆਸਤ ਦੇ ਤੌਰ 'ਤੇ, ਸਿਆਸਤ ਨੇ ਪਾੜ ਪਾ ਤੇ, ਕੋਈ ਕਹਿੰਦਾ ਮੈਂ ਅਕਾਲੀ, ਕੋਈ ਕਾਂਗਰਸੀ, ਕੋਈ ਪਾਰਟੀਆਂ ਬਦਲਤੀਆਂ, ਇੱਕੇ ਪਰਿਵਾਰ 'ਚ ਹੀ ਪਾੜ ਪੈ ਗਏ ਨੇ। ਇੱਥੋਂ ਦਾ ਪਤਾ ਨਹੀਂ, ਪਰ ਸਾਡੇ ਪੰਜਾਬ ਦਾ ਬਹੁਤ ਭੈੜਾ ਹਾਲ ਹੈ, ਸਿਆਸਤ ਨੇ ਪਾੜ ਕੇ ਰੱਖ ਦਿੱਤੇ ਨੇ ਭਰਾ ਭਰਾ।
ਹੁਣ ਯਾਦ ਰੱਖਿਆ ਦੇ ਸਿਆਸਤ ਦਾ ਔਰ ਰਣਨੀਤੀ ਦਾ ਬਹੁਤ ਵੱਡਾ ਫਰਕ ਹੈ। ਰਣਨੀਤੀ ਦਾ ਇੱਕ ਕਾਇਦਾ ਹੈ, ਉਹ ਕਾਨੂੰਨ ਹੈ। ਉਹ ਕਾਨੂੰਨ ਕਿਹੜਾ? ਵੀ ਸੂਰਜ ਦੀ ਪਹਿਲੀ ਕਿਰਨ ਦੇ ਨਾਲ ਜੰਗ ਦੀ ਸ਼ੁਰੂਆਤ ਦਾ ਬਿਗਲ ਵੱਜਦਾ ਹੈ ਮੁਸਲਮਾਨਾਂ ਵੱਲੋਂ, ਅਤੇ ਇੱਧਰੋਂ ਮਰਦਾਂ ਵੱਲੋਂ ਨਗਾਰੇ 'ਤੇ ਚੋਟ ਲੱਗਦੀ ਹੈ, ਅਤੇ ਸੂਰਜ ਛਿਪਣ ਸਾਰ ਹੀ ਜਦੋਂ ਛਿਪਦਾ ਹੈ ਆਖਰੀ ਕਿਰਨ ਦੇ ਨਾਲ ਸਮਾਪਤੀ ਦਾ ਬਿਗਲ ਵੱਜਦਾ ਹੈ। ਅਤੇ ਜਦੋਂ ਸਮਾਪਤੀ ਦਾ ਬਿਗਲ ਵੱਜ ਜਾਂਦਾ ਸੀ ਨਾ ਜੰਗ ਦਾ ਵੀ, ਅਤੇ ਭਾਵੇਂ ਦੋਵੇਂ ਫੌਜਾਂ ਦੇ ਜਰਨੈਲ ਆਪਸ ਵਿੱਚ ਸਾਹਮੋ ਸਾਹਮਣੇ ਤੁਰੇ ਫਿਰਦੇ ਸੀ, ਕੋਈ ਕਿਸੇ 'ਤੇ ਵਾਰ ਨਹੀਂ ਸੀ ਕਰਦਾ, ਕੋਈ ਪਿੱਠ 'ਤੇ ਵਾਰ ਨਹੀਂ ਸੀ ਕਰਦਾ, ਐਸੀ ਖੇਡ ਤਕੜੀ ਸੀ। ਹੁਣ ਇਹ ਗਏ ਨੇ ਰਾਤ ਖਬਰੀਏ ਨੂੰ ਘੱਲਿਆ ਵੀ ਜਾ ਕੇ ਅੰਦਰ ਦੀ ਖਬਰ ਲਿਆਣ ਕੇ ਦੇ। ਖਬਰ ਲਿਆਂਦੀ ਗਈ, ਉਹਨੇ ਕਿਹਾ ਕਿ 2000 ਦੇ ਕਰੀਬ ਨੇ, ਸਾਰੀ ਖਬਰ ਲਿਆਂਦੀ ਗਈ। ਇੱਧਰ ਤਿਆਰੀਆਂ ਹੋ ਗਈਆਂ, ਉੱਧਰ ਜਥੇਦਾਰ ਮਹਾਂ ਸਿੰਘ ਨੂੰ ਜਿਹੜਾ ਖਬਰੀਆ ਖਬਰ ਲੈਣ ਵਾਸਤੇ ਆਇਆ ਨਾ, ਯਾਦ ਰੱਖਿਆ ਜੇ ਮੁਸਲਮਾਨ ਸੂਰ ਤੋਂ ਨਫ਼ਰਤ ਕਰਦਾ ਅਤੇ ਕਲਗੀਧਰ ਸੱਤੇ ਪਾਤਸ਼ਾਹ ਮਹਾਰਾਜ ਨੇ ਸਿੰਘਾਂ ਨੂੰ ਆਖਿਆ ਵੀ ਜਦੋਂ ਸੂਰ ਦਾ ਸ਼ਿਕਾਰ ਕਰੋਗੇ ਨਾ, ਉਹਦੇ ਜਿਹੜੇ ਦੰਦ ਹੈ ਉਹ ਕੋਲ ਰੱਖਿਓ, ਜੇ ਸੂਰ ਦੇ ਦੰਦ ਨਿਹੰਗ ਸਿੰਘ ਕੋਲ ਰੱਖਦੇ ਜੀ ਅੱਜ ਵੀ, ਭਾਵ ਮੁਸਲਮਾਨ ਉਸ ਚੀਜ਼ ਤੋਂ ਨਫ਼ਰਤ ਕਰਦਾ ਹੈ, ਆਹ ਸਾਡੇ ਕੋਲ ਲੱਗਾ ਹੋਇਆ, ਇਹਨੂੰ ਸੂਰ ਦਾ ਦੰਦ ਕਹਿੰਦੇ, ਲੱਗਾ ਹੋਇਆ। ਸੂਰ ਦਾ ਦੰਦ ਉਹਦੇ ਕੋਲ ਨਹੀਂ ਸੀ, ਅਤੇ ਮਰਦ ਜਥੇਦਾਰ ਮਹਾਂ ਸਿੰਘ ਪਛਾਣ ਗਿਆ ਵੀ ਇਹਦੇ ਕੋਲ ਨਹੀਂ ਹੈ, ਇਹ ਖਬਰੀਆ ਹੈ। ਬੇਸ਼ੱਕ ਉਹਨੇ ਬਾਣਾ 'ਤੇ ਹੀ ਪਾਇਆ ਸੀ, ਅੱਜ ਵੀ ਸਮੇਂ ਦੀ ਕੁੰਭਦਨਾਮ ਕਰਨ ਵਾਸਤੇ ਬਹੁਤ ਕੁਛ ਕਰਦੀ। ਖੈਰ ਉਹ ਵਿਚਾਰ ਮੇਰਾ ਵਿਚਾਰ ਨੇ, ਮੈਂ ਆਪਣੀ ਮੰਜ਼ਿਲ ਵੱਲ ਵਧਾਂ। ਮਰਦ ਜਥੇਦਾਰ ਮਹਾਂ ਸਿੰਘ ਨੇ ਪਾ ਕੇ ਲੰਮਿਆਂ ਜਦੋਂ ਕਿਤਾਬਾਂ ਚਾੜਿਆ ਨਾ, ਖਬਰ ਤਾਂ ਇੱਧਰ ਦੀ ਉਹਨੇ ਆਖਿਆ ਲੈ ਸਾਰੀ ਦੇ ਦੇ, ਉੱਧਰ ਦੀ ਵੀ ਉਹਦੇ ਕੋਲੋਂ ਸੁਣ ਲਈ ਵੀ ਉੱਧਰ ਦਾ ਕੀ ਹਾਲ ਹੈ। ਕਹਿੰਦਾ ਵੀ 30,000 ਦਾ ਇਕੱਠ ਲੈ ਕੇ ਉੱਥੋਂ ਤੁਰੇ ਸਾਂ ਅਤੇ 10,000 ਦੀ ਜਿਹੜੀ ਨਵੀਂ ਪੂੰਗ ਨਵੀਂ ਭਰਤੀ ਕੀਤੀ ਹੈ, ਭਾਵ ਕਿ 40,000 ਦਾ ਇਕੱਠ ਜਿਹੜਾ ਜਮਰੌਦ ਦੇ ਮੈਦਾਨ ਅੰਦਰ ਸੰਮੀ ਖਾਨ ਦੀ ਅਗਵਾਈ ਦੇ ਅੰਦਰ ਉਹਦੀ ਕਮਾਂਡ ਦੇ ਥੱਲੇ ਆਣ ਪੁੱਜਾ। ਹੁਣ ਇੱਧਰ ਜਥੇਦਾਰ ਮਹਾਂ ਸਿੰਘ ਨੇ ਜਦੋਂ ਕਮਾਨ ਸਾਂਭੀ ਹੈ ਅਤੇ ਕਮਾਨ ਸਾਂਭ ਕੇ ਆਪਣੇ ਸਾਰੇ ਸੱਜਣਾਂ ਨੂੰ ਮਿੱਤਰਾਂ ਨੂੰ ਇਹ ਗੱਲ ਕਹਿੰਦਾ, ਕਹਿੰਦਾ ਮਿੱਤਰ ਪਿਆਰੋ ਇਹ ਗੱਲ ਯਾਦ ਰੱਖਿਆ ਦੇ, ਤਲਵਾਰ ਨੂੰ ਬੇਮਿਆਨ ਕਰਕੇ ਧਰਤੀ ਦੀ ਹਿੱਕ 'ਤੇ ਲੀਕ ਵਾ ਕੇ ਉਹਨੇ ਆਖਿਆ ਉਹੀ ਮਰਦ ਅੱਗੇ ਆਵੇ ਜਿਹੜਾ ਮਰਦ ਮੈਦਾਨੀ ਜੰਗ ਦੇ ਵਿੱਚੋਂ ਵਾਪਸ ਭੱਜ ਕੇ ਨਾ ਜਾਵੇ। ਜਿਹਨੂੰ ਪਿੱਛੇ ਨਿਆਣੇ ਰੋਣ ਦਾ ਫਿਕਰ ਹੈ ਉਹ ਹੁਣੇ ਜਾ ਸਕਦਾ ਹੈ। ਮੈਦਾਨੀ ਜੰਗ ਦੇ ਵਿੱਚੋਂ ਜਾਣਾ ਨੌਜਵਾਨ ਨੂੰ ਮਰਦ ਨੂੰ ਬਹੁਤ ਵੱਡਾ ਮਿਹਣਾ ਹੈ। ਹੁਣ ਕਲਗੀਧਰ ਸੱਤੇ ਪਾਤਸ਼ਾਹ ਮਹਾਰਾਜ ਹਜ਼ੂਰੇ ਅਨਵਰ ਦੀ ਉਹ ਗੱਲ ਯਾਦ ਦਵਾਈ ਜਦੋਂ ਖੰਡੇ ਬਾਟੇ ਦੀ ਪੌੜ ਦਿੱਤੀ ਸੀ। ਮੈਂ ਨਾਲ ਬੇਨਤੀ ਕਰਦੇ ਹਾਂ, ਅੱਜ ਦੇ ਵਾਂਗਰਾਂ ਨੇ ਕਿ ਰਜਿਸਟਰਾਂ ਦੇ ਉੱਪਰ ਨਾਮ ਲਿਖ ਕੇ ਕਹਿ ਦਿੱਤਾ ਮੈਂ 10,000 ਨੂੰ ਛਕਾਤਾ, ਮੈਂ 20,000 ਨੂੰ, ਮੈਂ 2,00,000 ਨੂੰ ਛਕਾਤਾ, ਐਸਾ ਨਹੀਂ ਸੀ। ਕਲਗੀਧਰ ਪਾਤਸ਼ਾਹ ਮਹਾਰਾਜ ਹਜ਼ੂਰੇ ਅਨਵਰ ਦੇ ਨਾਲ ਜਦੋਂ ਅੱਗੇ ਵੱਲ ਕੋਈ ਵੱਧਦਾ ਸੀ ਨਾ ਖੰਡੇ ਬਾਟੇ ਦੀ ਪੌੜ ਲੈਣ ਵਾਸਤੇ, ਤੇ ਕਲਗੀਧਰ ਪਾਤਸ਼ਾਹ ਕਹਿੰਦੇ ਸੀ ਖਬਰਦਾਰ ਉਹ ਬੰਦਾ ਪੈਰ ਰੱਖੇ ਜਿਹੜਾ ਇਹਦੀ ਭੇਟਾ ਆਪਣਾ ਸਿਰ ਦੇ ਸਕਦਾ। ਜੋ ਤੋ ਪ੍ਰੇਮ ਖੱਲਣ ਕਾ ਚਾਓ ਸਿਰ ਧਾਰ ਤਲੀ ਗਲੀ ਮੇਰੀ ਆਓ। ਰੋਕ ਲੈਂਦੇ ਸੀ ਜਦੋਂ ਕੋਈ ਵੱਧਦਾ ਸੀ, ਕਹਿੰਦੇ ਰੁਕੋ ਇਤ ਮਾਰਗ ਪੈਰ ਤ੍ਰੀਜੈ ਸਿਰ ਦੀਜੈ ਕਾਣ ਨਾ ਕੀਜੈ। ਉਹ ਬੰਦਾ ਪੈਰ ਰੱਖੇ ਜਿਹੜਾ ਆਪਣੇ ਸਿਰ ਦੀ ਪਰਵਾਹ ਨਾ ਕਰੇ, ਉਹ ਬੰਦਾ ਇੱਧਰ ਨੂੰ ਆ ਸਕਦਾ ਹੈ। ਕਲਗੀਧਰ ਸੱਤੇ ਪਾਤਸ਼ਾਹ ਮਹਾਰਾਜ ਹਜ਼ੂਰੇ ਅਨਵਰ ਦਾ ਜਦੋਂ ਸਿਧਾਂਤ ਯਾਦ ਦਵਾਇਆ ਨਾ, ਯਾਦ ਕਰਵਾਇਆ, ਤੇ ਕਹਿੰਦੇ ਸਾਰੇ ਦੇ ਸਾਰੇ ਹੀ ਮਰਦ ਇੱਕ ਪਾਸੇ ਆ ਗਿਆ। ਉਹ ਪਿਆਰ ਦੇ ਨਾਲ ਤੱਕੀਏ, ਜਥੇਦਾਰ ਮਹਾਂ ਸਿੰਘ ਵੰਗਾਰ ਕੇ ਆਪਣੇ ਜਰਨੈਲਾਂ ਨੂੰ ਕਹਿੰਦਾ ਹੈ ਆਏ ਹੋਏ ਪਠਾਣਾ ਨੂੰ ਲੋਹੇ ਦੇ ਚਣੇ ਐਉ ਚਬਾਉਣੇ। ਚੋਟਾਂ ਲੱਗੀਆਂ ਨਗਾਰੇ ਕੀਤੇ ਖਾਲਸੇ ਤਿਆਰੇ ਆ ਗਏ ਰਣ ਵਿੱਚ ਸਾਰੇ ਸੀਸ ਧਰ ਕੇ ਤਲੀ ਜਥੇਦਾਰ ਮਾਂ ਸਿੰਘ ਕਹਿੰਦਾ ਜੋ ਦਿਓ ਲੰਘੋ ਪਿਆਰੇ ਦੀ ਗਲੀ ਐਲੀ ਐਲੀ ਨਾਰੇ ਲਾਉਣ ਉੱਚੀ ਲੱਗੇ ਰੌਲਾ ਪਾਉਣਾ ਅੱਗੋਂ ਪੈਂਤੜੇ ਜਮਾਉਣ ਮੁਗਲ ਪਠਾਨ ਜੀ
ਸਿੰਘ ਤੇ ਮੁਗਲ ਹੋ ਕੇ ਆਮੋ ਸਾਹਮਣੇ ਉਤਰੇ ਮੈਦਾਨ ਜੀ। ਚੋਟਾਂ ਲੱਗੀਆਂ ਨਗਾਰੇ ਕੀਤੇ ਖਾਲਸੇ ਤਿਆਰੇ, ਆ ਗਏ ਰਣ ਵਿੱਚ ਸਾਰੇ ਸੀਸ ਧਰ ਕੇ ਤਲੀ। ਜਥੇਦਾਰ ਮਾਂ ਸਿੰਘ ਕਹਿੰਦਾ ਜੋ ਦਿਓ ਲੰਘੋ ਪਿਆਰੇ ਦੀ ਗਲੀ। ਐਲੀ ਐਲੀ ਨਾਰੇ ਲਾਉਣ ਉੱਚੀ ਲੱਗੇ ਰੌਲਾ ਪਾਉਣਾ, ਅੱਗੋਂ ਪੈਦੜੇ ਜਮਾਉਣ ਮੁਗਲ ਪਠਾਨ ਜੀ। ਸਿੰਘ ਤੇ ਮੁਗਲ ਹੋ ਗਏ ਆਮੋ ਸਾਹਮਣੇ ਉਤਰੇ ਮੈਦਾਨ ਜੀ। ਮੁਗਲ 40,000 ਆ ਗਏ ਰਣ ਵਿਚਕਾਰ, ਉੱਥੇ ਹੁੰਦੀ ਮਾਰੋ ਮਾਰ ਹੈ ਸੀ ਦੋਵਾਂ ਧਿਰਾਂ ਦੀ। ਕਰ ਨੂੰ ਬੇੜੇ ਲੱਗੇ ਜੇਤ ਹਾਰ ਦੇ ਬਾਜੀ ਲਾ ਕੇ ਸਿਰਾਂ ਦੀ। ਆਇਆ ਮਹਾਂ ਸਿੰਘ ਘੋੜਾ ਆਇਆ ਰਣ ਵਿੱਚ ਲੋੜਾ, ਸੰਮੀ ਖਾਨ ਵੱਲ ਮੋੜਾ ਸਿੰਘ ਕਹੇ ਆਣ ਜੀ। ਸਿੰਘ ਤੇ ਮੁਗਲ ਹੋ ਗਏ ਆਮੋ ਸਾਹਮਣੇ ਉਤਰੇ ਮੈਦਾਨ ਜੀ। ਖਾਨਾ ਕਰ ਪਹਿਲਾ ਵਾਰ ਰਹਿ ਜਾਵੇ ਨਾ ਉਦਾਰ, ਆਇਓ ਦਿਲ ਵਿੱਚ ਤਾਰ ਤੂੰ ਤਾਂ ਖੂਨ ਨੂੰ ਕਿਲਾ। ਪਿੱਛੋਂ ਵੇਖੀ ਤੇਰੇ ਦਿਲ ਵਿੱਚ ਖਾਨਾ ਹੋਏ ਰਹਿ ਜਾਵੇ ਨਾ ਗਿਲਾ। ਗੱਲ ਸੁਣ ਲੱਗੀ ਅੱਗ ਲੈ ਹੈ ਲੋਹੇ ਵਾਂਗੂ ਮੱਗ, 1,040 ਹੈ ਸੀ ਵਗ ਜੋਦੇ ਬਲਵਾਨ ਜੀ। ਸਿੰਘ ਤੇ ਮੁਗਲ ਹੋ ਕੇ ਆਮੋ ਸਾਹਮਣੇ ਉਤਰੇ ਮੈਦਾਨ ਜੀ। ਨਾ ਸੂਰਿਆਂ ਦਾ ਦਲ ਤੇ ਮੈਦਾਨੇ ਆ ਗਏ ਚੱਲ, ਦੂਰੋਂ ਨੇੜਿਓਂ ਹੈ ਰਲ ਬਣੇ ਪਾਈ ਪਾਈ ਜੀ। ਰਣ ਵਿੱਚ ਆ ਕੇ ਕਿਸੇ ਜੰਗੀ ਜੋਦੇ ਨੇ ਕੰਡ ਨਾ ਵਿਖਾਈ ਜੀ। ਕਸਮੇ ਅੱਲਾ ਦੀ ਮੈਂ ਖਾਵਾਂ ਜੇ ਨਾ ਜਮ ਰੋਦ ਟਾਵਾਂ, ਬ੍ਰਹਮਪੁਰੀ ਮੈਂ ਮਿਟਾਵਾਂ ਜੱਗ ਚੋਂ ਪਛਾਣ ਜੀ। ਸਿੰਘ ਤੇ ਮੁਗਲ ਹੋ ਕੇ ਆਮੋ ਸਾਹਮਣੇ ਉਤਰੇ ਮੈਦਾਨ ਜੀ। ਸੰਮੀ ਖਾਨ ਉੱਠਿਆ, ਇਹਨੇ ਆਖਿਆ ਮੈਂ ਆਉਣਾ। ਉਧਰੋਂ ਜਥੇਦਾਰ ਮਹਾਂ ਸਿੰਘ ਨੇ ਵਾਗਡੋਰ ਸਾਂਭੀ ਤੇ ਸੂਰਮਿਆਂ ਨੂੰ ਵੰਗਾਰ ਲਿਆ। ਵੰਗਾਰ ਕੇ ਸੂਰਮਿਆਂ ਨੂੰ ਆਖਿਆ ਮਰਦੋ ਸੰਮੀ ਖਾਂ ਸੁੱਕਾ ਨਹੀਂ ਜਾਣਾ ਚਾਹੀਦਾ, ਇਹਨੂੰ ਦੱਸਣਾ ਕਿ ਕੁੰਡਲੀਆ ਵੀਰ ਖਾਲਸਾ ਦੇ ਜਿਉਂਦਾ ਹੈ। ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੇ ਜਵਾਨਾਂ ਨੇ ਉੱਥੇ ਕੰਡ ਨਹੀਂ ਵਿਖਾਈ, ਮਰਦਾਂ ਨੇ ਲੋਹੇ ਦੇ ਚਣੇ ਚਬਾਏ ਹੈ ਵੈਰੀ ਨੂੰ। ਪਹਿਲੇ ਦਿਨ ਦੀ ਲੜਾਈ ਦਾ ਹਾਲ, ਇਹਨਾਂ ਵੱਡੀ ਤੋਪ ਦਾ ਗੋਲਾ ਦਾਗਿਆ ਹੈ, ਛੋਟੀ ਤੋਪ ਦਾ ਗੋਲਾ ਜਦੋਂ ਆਇਆ ਤੇ ਜਵਾਬ ਦਿੱਤਾ ਹੈ ਮਰਦਾਂ ਨੇ ਵੱਡੀ ਤੋਪ ਦਾ ਗੋਲਾ ਦਾਗ ਕੇ, ਦੋ ਗੋਲੇ ਦਾਗ ਕੇ ਤੇ ਆਖਿਆ ਉਹ ਕੁੰਡਲੀਆ ਵੀਰ ਖਾਲਸਾ ਜੇ ਜਿਉਂਦਾ ਹੈ। ਇੱਟ ਦਾ ਜਵਾਬ ਪੱਥਰ ਦੇ ਨਾਲ ਦਿੱਤਾ ਹੈ। ਤੋਪਾਂ ਤੋਂ ਗੱਲ ਬੰਦੂਕਾਂ ਤੇ ਬੰਦੂਕਾਂ ਤੋਂ ਤੀਰਾਂ ਤੇ, ਤੇ ਤੀਰਾਂ ਤੋਂ ਗੱਲ ਤਲਵਾਰਾਂ ਤੇ ਆ ਪੁੱਜੀ। ਜਦੋਂ ਤਲਵਾਰਾਂ ਤੇ ਆ ਪੁੱਜੀ ਹੈ ਮੈਦਾਨੇ ਜੰਗ ਦੇ ਅੰਦਰ ਜਥੇਦਾਰ ਮਹਾਂ ਸਿੰਘ ਤੇ ਸੰਮੀ ਖਾਨ ਆਮੋ ਸਾਹਮਣੇ ਹੋਏ। ਇਤਿਹਾਸ ਕਹਿੰਦਾ ਹੈ ਪਹਿਲੇ ਦਿਨ ਦੀ ਲੜਾਈ ਦੇ ਅੰਦਰ 40,000 ਦੇ ਵਿੱਚੋਂ 29,000 ਤੇ 127 ਦੇ ਕਰੀਬ ਮਰਦਾਂ ਨੇ ਮੁਗਲੀਆ ਹਕੂਮਤ ਦੀ ਫੌਜ ਦੇ ਆਊਲਾ ਸੁੱਟੇ। ਇੱਧਰੋਂ ਜਦੋਂ 29,000 ਦੇ ਕਰੀਬ ਆਪਣੀ ਫੌਜ ਮਾਰੀ ਜਾ ਸਕੀ ਸੀ ਉਹ ਵੇਖਿਆ, ਉਹਨੇ ਇੱਕ ਦੋ ਇਹ ਗੱਲ ਵੇਖੀ ਵੀ 29,000 ਦੇ ਕਰੀਬ ਮੇਰੀ ਫੌਜ ਮਾਰੀ ਜਾ ਚੁੱਕੀ ਹੈ। ਇਹਨੇ ਸਾਰਿਆਂ ਨੂੰ ਇਕੱਠਿਆਂ ਕੀਤਾ, ਕਹਿੰਦੇ ਖਬਰੀਏ ਨੂੰ ਬੁਲਾ ਕੇ ਲਿਆਓ। ਹੁਣ ਖਬਰੀਏ ਨੂੰ ਬੁਲਾ ਕੇ ਕੋਲ ਲਿਆਂਦਾ ਗਿਆ। ਖਬਰੀਏ ਨੂੰ ਕਿਹਾ ਗਿਆ ਵੀ ਤੂੰ ਖਬਰ ਝੂਠੀ ਦਿੱਤੀ ਹੈ,
ਤੂੰ ਇਹ ਗੱਲ ਆਖੀ ਵੀ ਅੰਦਰ 2000 ਹੈ, ਜੇ ਅੰਦਰ 2000 ਹੈ ਤੇ 2000 ਬੰਦਾ 29000 ਨੂੰ ਕਿਵੇਂ ਮਾਰ ਸਕਦਾ ਹੈ? ਮੈਨੂੰ ਜਵਾਬ ਚਾਹੀਦਾ। ਉਹਨੇ ਕਿਹਾ ਵੀ ਜਿਹੜੀਆਂ ਮੇਰੀ ਅੱਖਾਂ ਦੇ ਸਾਹਮਣੇ ਸੀ ਉਹ ਤੇ 2000 ਸੀ, ਹੋ ਸਕਦਾ ਕਿਤੇ ਉਹਲੇ ਛਿੱਪੇ ਹੋਵੇ ਤੇ ਮੈਂ ਕਹਿ ਨਹੀਂ ਸਕਦਾ, ਪਰ ਮੈਨੂੰ ਇਹ ਉਹ ਪ੍ਰਤੀਤ ਹੁੰਦਾ ਹੈ ਵੀ ਇਹਨਾਂ ਦਾ ਗੁਰੂ ਕਲਗੀ ਵਾਲਾ ਸੱਚਾ ਪਾਤਸ਼ਾਹ 1.25 ਲੱਖ ਦੇ ਨਾਲ ਇਕੱਲੇ ਇਕੱਲੇ ਨੂੰ ਲੜਾਉਣ ਦੀ ਜ਼ਰੂਰਤ ਰੱਖਦਾ ਹੈ। ਹੋ ਸਕਦਾ ਉਹਨੇ ਸ਼ਹੀਦਾਂ ਦੀ ਫੌਜ ਦਾ ਉਤਾਰਾ ਕਰ ਦਿੱਤਾ ਹੋਵੇ। ਉਹ ਸ਼ਹੀਦ ਸਿੰਘ ਹਾਜ਼ਰ ਹੁੰਦੇ ਨੇ, ਕਹਿੰਦੇ ਹੋ ਸਕਦਾ ਸ਼ਹੀਦਾਂ ਦੀ ਫੌਜ ਦਾ ਤਾਰਾ ਕਰ ਦਿੱਤਾ ਹੋਵੇ। ਇਹਨੇ ਚਿੱਠੀ ਲਿਖੀ ਦੋਸਤ ਮੁਹੰਮਦ ਖਾਨ ਨੂੰ, ਕਹਿੰਦਾ ਮੈਨੂੰ ਇਹਨਾਂ ਭਾਰੀ ਨੁਕਸਾਨ ਹੋ ਗਿਆ ਅਤੇ ਮੈਨੂੰ ਤਾਜ਼ੇ ਦਮ ਵਾਲੀ ਫੌਜ ਦੀ ਲੋੜ ਹੈ ਅਤੇ ਫੌਜ ਹੋਰ ਭੇਜੋ। ਇੱਧਰ ਦੂਸਰਾ ਜਿਹੜਾ ਪਹਿਲੂ ਹੈ ਮਰਦ ਜਥੇਦਾਰ ਮਹਾਂ ਸਿੰਘ ਦਾ, 129 ਦੇ ਕਰੀਬ ਇਹਨਾਂ ਮਰਦਾਂ ਨੇ ਕੁਝ ਜ਼ਖਮੀ ਹੋ ਗਏ ਅਤੇ ਕੁਝ ਸ਼ਹਾਦਤ ਦਾ ਜਾਮ ਪੀ ਗਏ। ਜਿਹੜੇ ਜ਼ਖਮੀ ਹੋ ਗਏ ਉਹਨਾਂ ਨੂੰ ਵੀ ਅੰਦਰ ਚੁੱਕ ਕੇ ਲਿਆਂਦਾ, ਸ਼ਹਾਦਤ ਦਾ ਜਾਮ ਪੀ ਅਤੇ ਉਹਨਾਂ ਦੇ ਸਰੀਰ ਲਿਆਂਦੇ। ਯਮਰਾਓ ਦੇ ਕਿਲ੍ਹੇ ਦੇ ਅੰਦਰ ਉਹਨਾਂ ਦੀਆਂ ਚਿਖਾ ਚਿਣੀਆਂ ਗਈਆਂ, ਇੱਥੇ ਸੰਸਕਾਰ ਕੀਤਾ ਗਿਆ। ਜਿਹੜੇ ਜ਼ਖਮੀ ਸਨ ਉਹਨਾਂ ਨੂੰ ਮਲਮ ਪੱਟੀ ਕੀਤੀ ਗਈ ਅਤੇ ਮਰਦ ਨੇ ਹੁਣ 2 ਕੰਮ ਆਪਣੇ ਜ਼ਰਨੀਲਾਂ ਦੇ ਅੱਗੇ ਰੱਖੇ। ਕਹਿੰਦਾ ਇੱਕ ਕੰਮ ਹੈ ਜਿਹੜਾ ਕਿਲ੍ਹੇ ਦੀ ਕੰਧ ਵਿੱਚ ਤੋਪਾਂ ਦੇ ਫੈਰ ਵੱਧ ਵੱਧ ਕੇ ਪਾੜ ਪਿਆ ਹੈ, ਇੱਕ ਉਸ ਪਾੜ ਦੀ ਪੂਰਤੀ ਕਰਨੀ ਹੈ, ਅਤੇ ਦੂਸਰਾ ਗਵਰਨਰ ਸਾਹਿਬ ਭਾਵ ਕੇ ਮਰਦ ਸਰਦਾਰ ਹਰੀ ਸਿੰਘ ਨਲੂਏ ਨੂੰ ਸੁਨੇਹਾ ਭੇਜਣਾ ਹੈ। ਭੈਣੋ ਤਵੱਜੋਂ ਦਿਆ ਜੇ, ਮਤਾਵਾਂ ਧਿਆਨ ਦੇਣ। ਜਦੋਂ ਇਹ ਸ਼ਬਦ ਵਰਤੇ ਨੇ ਗੁਰੂ ਕਾ ਲੰਗਰ ਤਿਆਰ ਹੋਣ ਲੱਗਾ ਹੈ ਅਤੇ ਜਥੇਦਾਰ ਦੀ ਤਕਰੀਰ ਸੁਣ ਕੇ ਭੈਣ ਹਰਸ਼ਰਨ ਕੌਰ ਅੱਗੇ ਆਈ ਅਤੇ ਭੈਣ ਹਰਸ਼ਰਨ ਕੌਰ ਨੇ ਆਖਿਆ ਕਿ ਮੈਂ ਜਾਵਾਂਗੀ, ਮੈਂ ਮਰਦ ਸਰਦਾਰ ਹਰੀ ਸਿੰਘ ਨਲੂਏ ਨੂੰ ਜੋ ਮੇਰਾ ਧਰਮੀ ਪਿਤਾ ਹੈ ਮੈਂ ਆਪਣੇ ਪਿਤਾ ਨੂੰ ਜਾ ਕੇ ਸੁਨੇਹਾ ਦੇਵਾਂਗੀ, ਆਪਣੇ ਪਿਤਾ ਨੂੰ ਸੁਨੇਹਾ ਦੇ ਕੇ ਉਹਨੂੰ ਦੱਸਾਂਗੀ ਕਿ ਯਮਰਾਓ ਦੇ ਕਿਲ੍ਹੇ ਦਾ ਆਹ ਹਾਲ ਹੈ ਅਤੇ ਆਣ ਕੇ ਉਸ ਯਮਰਾਓ ਦੇ ਕਿਲ੍ਹੇ ਦੀ ਸਾਰ ਲੈ। ਜਥੇਦਾਰ ਮਹਾਂ ਸਿੰਘ ਨੇ ਆਖਿਆ ਭੈਣੇ ਨਹੀਂ, ਤੁਹਾਡਾ ਕੰਮ ਲੰਗਰ ਪ੍ਰਸ਼ਾਦੇ ਦਾ ਹੈ ਅਤੇ ਤੁਸੀਂ ਲੰਗਰ ਪ੍ਰਸ਼ਾਦਾ ਜਿਹੜਾ ਹੈ ਉਹ ਤਿਆਰ ਕਰੋ। ਅਤੇ ਭੈਣੋ ਧਿਆਨ ਦਿਆ ਦੇ, ਜਥੇਦਾਰ ਨੂੰ ਭੈਣ ਹਰਸ਼ਰਨ ਕੌਰ ਨੇ ਜਵਾਬ ਦਿੱਤਾ, ਕਹਿੰਦੀ ਜਥੇਦਾਰ ਜੀ ਮੈਂ ਇੱਕ ਬੇਨਤੀ ਕਰਨੀ ਚਾਹੁੰਦੀ ਹਾਂ ਕਿ ਜਦੋਂ ਖੰਡੇ ਬਾਟੇ ਦੀ ਪੌੜ ਤਿਆਰ ਹੋਈ, ਬਾਟਾ ਤਿਆਰ ਹੋਇਆ ਜਿਹਨੂੰ ਅਸੀਂ ਅੰਮ੍ਰਿਤ ਕਹਿੰਦੇ ਹਾਂ, ਪਰ ਗੁਰਬਾਣੀ ਦੇ ਮੁਤੱਲਕ ਗੁਰਦੇਵ ਕਹਿੰਦੇ ਸਾਰੀ ਗੁਰਬਾਣੀ ਵਿੱਚ ਹੀ ਅੰਮ੍ਰਿਤ ਹੈ, ਜਿਹੜਾ ਗੁਰਬਾਣੀ ਪੜ੍ਹਦਾ ਹੈ ਉਹ ਨਿਤਾ ਪ੍ਰਤੀ ਅੰਮ੍ਰਿਤ ਛਕਦਾ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਸਤਾਰੇ। ਇਹ ਵੀ ਪੰਕਤੀ ਜਨ ਦੁਆਲੇ ਘੁੰਮਦੀ ਹੈ, ਜਨ ਇਸ ਪੰਕਤੀ ਦਾ ਤੁਰਾ ਹੈ। ਹੁਣ ਯਾਦ ਰੱਖਿਓ ਜਦੋਂ ਜਵਾਬ ਦਿੱਤਾ ਤੇ ਜਕਦਮ ਚੁੱਪ ਹੋ ਗਏ, ਸਨਾਟਾ ਛਾ ਗਿਆ, ਕੋਈ ਜਵਾਬ ਨਾ ਆਇਆ। ਜਥੇਦਾਰ ਮਹਾਂ ਸਿੰਘ ਕਹਿੰਦੇ ਨਹੀਂ, ਕਹਿੰਦੇ ਕੋਈ ਮਰਿਆਦਾ ਵੱਖਰੀ ਦੱਸੀ ਗਈ ਹੋਵੇ, ਕਹਿੰਦੇ ਨਹੀਂ ਮਰਿਆਦਾ ਵੀ ਵੱਖਰੀ ਨਹੀਂ। ਅਤੇ ਕਹਿੰਦੇ ਫਿਰ ਮੈਂ ਕਿਉਂ ਨਹੀਂ ਜਾ ਸਕਦੀ, ਅੱਜ ਮੈਂ ਉਹ ਅਮਲਾ ਪਣਤਾਣੀ ਨਹੀਂ ਜਿਹਦਾ ਡੋਲਾ ਧੱਕੇ ਦੇ ਨਾਲ ਪਠਾਣ ਚੁੱਕ ਕੇ ਲੈ ਗਏ ਸੀ, ਜਿਸ ਦਿਨ ਮੈਨੂੰ ਮਰਦ ਸਰਦਾਰ ਹਰੀ ਸਿੰਘ ਨਲੂਏ ਨੇ ਮੇਰੇ ਧਰਮੀ ਪਿਤਾ ਨੇ ਮੈਨੂੰ ਛਡਾਇਆ ਸੀ ਨਾ, ਉਸ ਦਿਨ ਤੋਂ ਯਾਦ ਰੱਖਿਆ ਜੀ ਉਹਦਾ ਪਰਿਵਾਰ ਲੈਣ ਵਾਸਤੇ ਆਇਆ ਅਤੇ ਹੱਥ ਜੋੜ ਕੇ ਕਹਿੰਦੀ ਮੇਰਾ ਪਰਿਵਾਰ ਤੁਸੀਂ ਨਹੀਂ, ਮੇਰਾ ਪਿਤਾ ਤੁਸੀਂ ਤੂੰ ਨਹੀਂ ਹੈ, ਮੇਰਾ ਪਿਤਾ ਤੇ ਸਰਦਾਰ ਹਰੀ ਸਿੰਘ ਨਲੂਆ ਹੈ ਜਿਹੜਾ ਮੇਰੀ ਇੱਜ਼ਤ ਆਬਰੂ ਨੂੰ ਬਚਾ ਕੇ ਲੈ ਕੇ ਆਇਆ, ਖੰਡੇ ਬਾਟੇ ਦੀ ਪੌੜ ਲੈ ਕੇ ਬਾਣਾ ਪਹਿਣ ਕੇ। ਉਸ ਦਿਨ ਤੋਂ ਬਾਅਦ ਕਰਨੀ ਪ੍ਰਤੀ ਭੈਣ ਹਰਸ਼ਰਨ ਕੌਰ ਗੁਰੂ ਕੀ ਲਾੜ ਦੀ ਫੌਜ ਅਤੇ ਖਾਲਸੇ ਪੰਥ ਦੇ ਨਾਲ ਵਿਚਰਨ ਲੱਗੀ। ਖੈਰ ਉਹ ਵਿਚਾਰ, ਇਤਿਹਾਸ ਕਹਿੰਦਾ ਉਹ ਪੱਤਰਿਕਾ ਲੈ ਕੇ ਉਹ ਚਿੱਠੀ ਲੈ ਕੇ ਮਰਦ ਸਰਦਾਰ ਜਥੇਦਾਰ ਮਹਾਂ ਸਿੰਘ ਦੇ ਕੋਲੋਂ ਅਫਰੀਦਨਾ ਦਾ ਲਿਬਾਸ ਧਾਰਨ ਕਰਕੇ ਘੋੜੇ 'ਤੇ ਸਵਾਰ ਹੋ ਕੇ ਇਹ ਆ ਪਹੁੰਚੀ ਹੈ ਮੰਜ਼ਲਾਂ ਨੂੰ ਮਾਰਦੀ ਪਿਸ਼ੌਰ, ਔਰ ਪਿਸ਼ਾਵਰ ਵਿੱਚ ਆਣ ਕੇ ਇਹਨੇ 12 ਦਰੀ ਦਾ ਦਰਵਾਜ਼ਾ ਖੜਕਾਇਆ। ਅਤੇ ਕਵੀ ਦੇ ਖਿਆਲ ਦੀ ਉਡਾਰੀ, ਉਹ ਕਹਿੰਦਾ ਮਿੱਠੀ ਮਿੱਠੀ ਕਣੀ ਜਦੋਂ ਪਿਸ਼ੌਰ ਦੀ ਡੋੜੀ ਵਿੱਚ ਪਹੁੰਚੀ ਹੈ ਅਤੇ ਮਿੱਠੀ ਮਿੱਠੀ ਕਣੀ ਦਾ ਮੀਂਹ ਪੈ ਰਿਹਾ ਸੀ,
ਇਹਨੇ ਆਣ ਕੇ ਦਰਵਾਜ਼ਾ ਖੜਕਾ ਕੇ ਸੰਤਰੀ ਨੂੰ ਆਖਿਆ ਦਰਵਾਜ਼ਾ ਖੋਲ੍ਹ ਦਿੱਤਾ ਜਾਵੇ। ਸੰਤਰੀ ਨੇ ਪੁੱਛਿਆ ਕੌਣ ਹੈ? ਇਹਨੇ ਆਖਿਆ ਹਰਸ਼ਰਨ ਕੌਰ, ਯਥੇਦਾਰ ਮਹਾਂ ਸਿੰਘ ਦਾ ਪੈਗਾਮ ਲੈ ਕੇ ਆਈ ਹਾਂ, ਉਹਦੀ ਚਿੱਠੀ ਲੈ ਕੇ ਆਈ। ਯਾਦ ਰੱਖਿਆ ਜੇ ਦੋ ਸੰਤਰੀ ਸੀ ਮਰਦ ਸਰਦਾਰ ਹਰੀ ਸਿੰਘ ਨਲੂਏ ਦੇ, ਇੱਕ ਬਾਰਾਂਦਰੀ ਦਾ ਅਤੇ ਦੂਸਰਾ ਕਿਉਂਕਿ ਗਵਰਨਰ ਸੀ ਮਰਦ ਸਰਦਾਰ ਹਰੀ ਸਿੰਘ ਨਲੂਆ, ਦੂਸਰਾ ਜਿਹੜਾ ਉਹਦੇ ਦਰਵਾਜ਼ੇ 'ਤੇ ਗਾੜੀ ਰਹਿੰਦਾ ਸੀ। ਇਹਨੇ ਦਰਵਾਜ਼ਾ ਖੋਲ੍ਹਿਆ, ਦਰਵਾਜ਼ਾ ਖੋਲ੍ਹ ਕੇ ਜੋ ਬਾਰਾਂਦਰੀ ਦੇ ਅੰਦਰ ਕੀਤਾ, ਇਹਨੇ ਅਫਰੀਦਨਾ ਦਾ ਲਿਬਾਸ ਲਾ ਕੇ ਤਿਆਰ ਬਰ ਤਿਆਰ ਇਹਨੇ ਆਖਿਆ ਮੈਂ ਯਥੇਦਾਰ ਮਹਾਂ ਸਿੰਘ ਦਾ ਸੁਨੇਹਾ ਮਰਦ ਸਰਦਾਰ ਹਰੀ ਸਿੰਘ ਨਲੂਏ ਨੂੰ ਹੱਥੀਂ ਦੇਣਾ ਚਾਹੁੰਦੀ। ਦੌੜ ਕੇ ਗਿਆ ਇਹ ਸੰਤਰੀ, ਅਜੇ ਦੂਸਰੇ ਸੰਤਰੀ ਨਾਲ ਗੱਲ ਕਰਦਾ ਸੀ ਕੋ ਭੈਣ ਹਰਸ਼ਰਨ ਕੌਰ ਆਈ, ਅਜੇ ਇਹੋ ਹੀ ਸ਼ਬਦ ਵਰਤਿਆ ਸੀ, ਆਹ ਹੈ ਕੌਮ ਦਾ ਜਥੇਦਾਰ ਅਤੇ ਕੌਮ ਦਾ ਆਗੂ ਮਰਦ ਸਰਦਾਰ ਹਰੀ ਸਿੰਘ ਨਲੂਆ। ਮਾਰ ਕੇ ਪਲਾਕਾ ਉੱਠਿਆ, ਉੱਠ ਕੇ ਕਹਿੰਦਾ ਛੇਤੀ ਦੇ ਨਾਲ ਹਰਸ਼ਰਨ ਕੌਰ ਨੂੰ ਮੇਰੀ ਧੀ ਨੂੰ ਅੰਦਰ ਲਿਆਂਦਾ ਜਾ। ਆਈ ਹੈ ਅੰਦਰ, ਸਨਮੁੱਖ ਹੋ ਕੇ ਫਤਿਹ ਬੁਲਾਈ, ਆਖਿਆ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ। ਅਜੇ ਫਤਿਹ ਬੁਲਾਈ ਸੀ, ਮਰਦ ਸਰਦਾਰ ਹਰੀ ਸਿੰਘ ਨਲੂਏ ਨੇ ਆਖਿਆ ਯਥੇਦਾਰ ਮਹਾਂ ਸਿੰਘ ਔਰ ਯਮਰਾਓ ਦੇ ਕਿਲੇ ਦਾ ਕੀ ਹਾਲ ਹੈ? ਜਦੋਂ ਆਹ ਸ਼ਬਦ ਸੁਣੇ ਨੇ, ਇਹਨੇ ਕੱਢ ਕੇ ਕਮਰ ਕੱਸੇ ਦੇ ਵਿੱਚੋਂ ਪਰਵਾਨਾ ਮਰਦ ਸਰਦਾਰ ਹਰੀ ਸਿੰਘ ਨਲੂਏ ਦੇ ਹੱਥਾਂ ਵਿੱਚ ਦੇ ਦਿੱਤਾ ਹੈ। ਜਦੋਂ ਹੱਥਾਂ ਵਿੱਚ ਆਇਆ, ਪੜ੍ਹਨ ਲੱਗਾ, ਪੜ੍ਹਨਾ ਸ਼ੁਰੂ ਕੀਤਾ ਹੈ, ਨੇਤਰਾਂ ਵਿੱਚ ਖੂਨ ਦੇ ਡੋਰੇ ਉੱਤਰਦੇ ਆਉਂਦੇ ਨੇ, ਆਪ ਮਹਾਰੇ ਡੌਲੇ ਫਰਕਣ ਲੱਗੇ ਨੇ ਮਰਦ ਸਰਦਾਰ ਹਰੀ ਸਿੰਘ ਨਲੂਏ ਦੇ। ਪੜ੍ਹਦਿਆਂ ਪੜ੍ਹਦਿਆਂ ਚਿੱਠੀ ਜਦੋਂ ਉੱਠਿਆ ਆਪਣੇ ਪਲੰਘੇ ਤੋਂ, ਆਪਣੇ ਆਸਣ ਤੋਂ ਉੱਠਿਆ ਨਾ, ਅਤੇ ਕਹਿੰਦੇ ਵੈਦ ਨੇ, ਚਾਰ ਵੈਦ ਰਹਿੰਦੇ ਸਨ ਨਾਲ, ਇੱਕ 24 ਘੰਟੇ ਜਾਗਦਾ ਸੀ, ਕਹਿੰਦੇ ਵੈਦ ਨੇ ਮਰਦ ਸਰਦਾਰ ਹਰੀ ਸਿੰਘ ਨਲੂਏ ਦੀ ਬਾਂਹ ਫੜ ਲਈ। ਬਾਂਹ ਫੜ ਕੇ ਆਖਿਆ ਗਵਰਨਰ ਸਾਹਿਬ, ਤੁਹਾਡਾ ਲਾਇਆ ਹੋਇਆ ਕਦਮ ਇਸ ਆਸਣ ਤੋਂ ਤੁਹਾਡੀ ਮੌਤ ਦਾ ਕਾਰਨ ਬਣ ਸਕਦਾ ਹੈ। ਜਦੋਂ ਆਹ ਸ਼ਬਦ ਵਰਤੇ ਨਾ, ਅਤੇ ਮਰਦ ਸਰਦਾਰ ਹਰੀ ਸਿੰਘ ਨਲੂਏ ਨੇ ਮਾਰ ਕੇ ਤੁਨਕਾਰਾ, ਹੱਥ ਛਡਾ ਕੇ ਕਹਿੰਦਾ ਵੈਦ ਜੀ, ਜਿਹੜੀਆਂ ਕੌਮਾਂ ਆਰਾਮ ਕਰਿਆ ਕਰਦੀਆਂ ਨੇ ਉਹਨਾਂ ਕੌਮਾਂ ਦੇ ਗਲੋਂ ਕਦੇ ਵੀ ਗੁਲਾਮੀ ਦਾ ਸੰਗਲ ਨਹੀਂ ਲੈਂਦਾ, ਨਹੀਂ ਲੈਂਦਾ। ਅੱਜ ਮੈਂ ਗੁਲਾਮ ਨਹੀਂ, ਮੈਂ ਆਪਣੇ ਮੁਲਕ ਨੂੰ ਆਜ਼ਾਦ ਕਰਨ ਵਾਸਤੇ ਚੱਲਿਆ, ਮੇਰਾ ਘੋੜਾ ਸ਼ਿੰਗਾਰ ਕੇ ਲਿਆਂਦਾ ਜਾਵੇ। ਲਿਆਂਦਾ ਗਿਆ ਚਿੱਟਾ ਲਿਬਾਸ, ਚਿੱਟਾ ਘੋੜਾ। ਮਰਦ ਨੇ ਆਖਿਆ ਨਿਧਾਨ ਸਿੰਘ ਪੰਜ ਹੱਥੇ ਨੂੰ, ਹੱਥ ਦੋ ਹੀ ਸਨ ਪਰ ਪੰਜਾਂ ਹੱਥਾਂ ਦੇ ਬਰਾਬਰ ਮਰਦ ਲੜਦਾ ਸੀ ਸਰਦਾਰ ਨਿਧਾਨ ਸਿੰਘ, ਪੰਜ ਹੱਥਾਂ। ਉਹਨੇ ਆਖਿਆ ਮੇਰਾ ਖੰਡਾ ਜਿਹਨੂੰ ਚਿਰਾਂ ਤੋਂ ਤੂਫ ਦੇ ਰਿਹਾ ਹੁਣ ਲਿਆਂਦਾ ਜਾਵੇ। ਬੇਮਿਆਨ ਕਰਕੇ ਖੰਡਾ ਹੈ ਮਰਦ ਦੇ ਸਾਹਮਣੇ ਰੱਖਿਆ ਗਿਆ, ਲੱਗਾ ਹੈ ਤਿਲਕ ਪਾ ਕੇ ਚਿੱਟਾ ਬਾਣਾ ਮਰਦ ਲੈ ਕੇ ਚਿੱਟਾ ਘੋੜਾ। ਕਹਿੰਦਾ ਹੁਣ ਮੈਂ ਆਪਣੇ ਆਪ ਇਸ ਆਪਣੀ ਜ਼ਿੰਦਗੀ ਨੂੰ ਕੌਮ ਤੋਂ ਨਿਸ਼ਾਵਰ ਕਰਨ ਵਾਸਤੇ ਚੱਲਿਆ, ਭਾਵ ਮੈਂ ਮਰਨ ਵਾਸਤੇ ਚੱਲਿਆ, ਪਾ ਕੇ ਸ਼ਹੀਦੀ ਬਾਣਾ ਨਲੂਆ ਮਰਦ ਆਪਣੇ ਮਰਦਾਂ ਨੂੰ ਨਾਲ ਲੈ ਕੇ ਜਿਵੇਂ ਪਿਸ਼ੌਰ ਤੋਂ ਯਮਰਾਓ ਦੇ ਕਿਲੇ ਵੱਲ ਨੂੰ ਰਵਾਨਾ ਹੁੰਦਾ। ਕਹਿੰਦਾ ਹੁਣ ਮੈਂ ਸ਼ਹਾਦਤ ਦਾ ਜਾਮ ਪੀ ਕੇ ਆਵਾਂਗਾ, ਸ਼ਹਾਦਤ ਦਾ ਜਾਮ ਪੀ ਕੇ ਪਰਤਾਂਗਾ। ਉਸ ਵੇਲੇ ਦੇ ਸਾਰੇ ਸੀਨ ਦਾ ਨਕਸ਼ਾ ਕਵੀ ਦੀ ਕਲਮ ਨੇ ਨਾ ਸਤਰਾਂ ਦੇ ਰਾਹੀਂ ਉਹ ਕਲਮਬੰਦ ਕੀਤਾ ਹੈ। ਜੋੜੀ ਤੁਹਾਡੀ ਖਿਦਮਤ ਵਿੱਚ ਉਹ ਬਿਨੇ ਕਰਦੀ ਹੈ, ਪਿਆਰ ਨਾਲ ਸੁਣੀ। ਜਦ ਜਾ ਕੇ ਹਰਚਰਨ ਕੌਰ ਨੇ ਸਾਰਾ ਹਾਲ ਸੁਣਾਇਆ, ਉੱਠਿਆ ਸ਼ੇਰ ਜਵਾਨ ਸੂਰਮਾ ਹੱਥ ਖੰਡੇ ਨੂੰ ਪਾਇਆ, ਕਹਿੰਦਾ ਇਸ ਜੀਵਨ ਦੇ ਬਦਲੇ ਲਾਉਣਾ ਨਹੀਂ ਬਹਾਨਾ, ਨਲੂਆ ਮੌਤ ਵਿਆਵਣ ਚੱਲਿਆ ਬੰਨ ਸ਼ਹੀਦੀ ਗਾਨਾ। ਜਦ ਜਾ ਕੇ ਹਰਚਰਨ ਕੌਰ ਨੇ ਸਾਰਾ ਹਾਲ ਸੁਣਾਇਆ, ਉੱਠਿਆ ਸ਼ੇਰ ਜਵਾਨ ਸੂਰਮਾ ਹੱਥ ਖੰਡੇ ਨੂੰ ਪਾਇਆ, ਜੀਵਨ ਦੇ ਬਦਲੇ ਲਾਉਣਾ ਨਹੀਂ ਬਹਾਨਾ, ਨਲੂਆ ਮੌਤ ਵਿਆਵਣ ਚੱਲਿਆ ਬੰਨ ਸ਼ਹੀਦੀ ਗਾਨਾ। ਉਹ ਸੇਵਾਦਾਰ ਨੂੰ ਹੁਕਮ ਹੋ ਗਿਆ ਲਿਆ ਦੇ ਛੇਤੀ ਘੋੜਾ, ਮੈਂ ਅੱਜ
ਨਲੂਆ ਮੌਤ ਵਿਆਵਣ ਚੱਲਿਆ ਬੰਨ ਸ਼ਹੀਦੀ ਗਾਨਾ ਲੱਗਿਆ ਮੈਦ ਰੋਗ ਦਾ ਪਰਨਾ ਰੋਕਿਆ ਰੁਕੇ ਤੁਰਨ ਲੱਗਿਆ ਮੈਦ ਰੋਗ ਦਾ ਪਰਨਾ ਰੋਕਿਆ ਰੁਕੇ ਕਹਿੰਦਾ ਮੁਗਲੀਏ ਪੰਜਾ ਪਾ ਕੇ ਕਿਉਂ ਜਾਣਗੇ ਸੁੱਕੇ ਪੜਕੇ ਕਾਰ ਪਿਛੇ ਨਹੀਂ ਹਟਣਾ ਖਾਧੀ ਕਸਮ ਜਵਾਨਾ ਨਲੂਆ ਮੌਤ ਵਿਆਵਣ ਚੱਲਿਆ ਬੰਨ ਸ਼ਹੀਦੀ ਗਾਨਾ ਛਾਉਣੀ ਦੇ ਵਿੱਚ ਸਿੰਘਾਂ ਨੇ ਉਦੋਂ ਚਟਪਟ ਕਰੀ ਤਿਆਰੀ ਹੈ ਸੀ 10,000 ਫੌਜ ਜੋ ਨਾਲ ਚੱਲ ਪਈ ਸਾਰੀ ਮਰਨ ਮਰਨ ਦੇ ਕਰੇ ਫੈਸਲੇ ਹੈ ਸਿੰਘਾਂ ਬਲਵਾਨਾ ਨਲੂਆ ਮੌਤ ਵਿਆਵਣ ਚੱਲਿਆ ਬੰਨ ਸ਼ਹੀਦੀ ਗਾਨਾ ਸਤਿ ਸ੍ਰੀ ਅਕਾਲ ਦੇ ਸਿੰਘਾਂ ਜਿਸ ਦਮ ਛੱਡੇ ਜਕਾਰੇ ਗੂੰਜ ਪਿਆ ਅਸਮਾਨ ਸੀ ਉਦੋਂ ਸੁਣ ਸਿੰਘਾਂ ਦੇ ਨਾਰੇ ਖਿਸਕਣ ਵੈਰੀ ਜੰਗ ਦੇ ਵਿੱਚੋਂ ਲਾਲਾ ਪੱਜ ਬਹਾਨਾ ਨਲੂਆ ਮੌਤ ਵਿਆਵਣ ਚੱਲਿਆ ਬੰਨ ਸ਼ਹੀਦੀ ਗਾਨਾ ਹਰੀ ਸਿੰਘ ਦੇ ਬੁਰਜ ਦੇ ਕੋਲੇ ਫੌਜ ਪਹੁੰਚ ਗਈ ਆ ਕੇ ਹਰੀ ਸਿੰਘ ਦੇ ਬੁਰਜ ਦੇ ਕੋਲੇ ਫੌਜ ਪਹੁੰਚ ਗਈ ਆ ਕੇ ਦੁਸ਼ਮਣ ਦਲ ਨੂੰ ਸੋਗ ਪੈ ਗਿਆ ਲੈ ਜੂ ਕਾਲ ਬੁਲਾ ਕੇ ਬ੍ਰਹਮਪੁਰੀ ਆ ਕੇ ਫੌਜ ਦੇ ਕਰਦੇ ਹਿੱਸੇ ਤਿੰਨ ਜਵਾਨਾਂ ਨਲੂਆ ਮੌਤ ਵਿਆਵਣ ਚੱਲਿਆ ਬੰਨ ਸ਼ਹੀਦੀ ਗਾਨਾ ਆਪਣੇ ਜੰਗੀ ਜਰਨੈਲਾਂ ਨੂੰ ਨਾਲ ਲੈ ਕੇ ਸਰਦਾਰ ਨਿਧਾਨ ਸਿੰਘ ਪੰਜ ਹੱਥਾ ਅਮਰ ਸਿੰਘ ਮਜੀਠੀਆ ਤੇ 10,000 ਦੀ ਆਪਣੀ ਫੌਜ ਜੰਗੀ ਜਰਨੈਲਾਂ ਨੂੰ ਨਾਲ ਲੈ ਕੇ ਤਿਆਰ ਬਰ ਤਿਆਰ ਹੋ ਕੇ ਉਸੇ ਵੇਲੇ ਹੀ ਪਿਸ਼ੌਰ ਤੋਂ ਯਮਰੌਦ ਨੂੰ ਕੂਚ ਕਰ ਗਏ। ਹੁਣ ਜਦੋਂ ਪਹੁੰਚਿਆ ਨਾ ਹਰੀ ਸਿੰਘ ਬੁਰਜ ਦੇ ਕੋਲੇ ਉਸ ਪੱਤਰਿਕਾ ਦੇ ਵਿੱਚ ਉਸ ਚਿੱਠੀ ਵਿੱਚ ਇੱਕ ਅਹਿਮ ਗੱਲ ਲਿਖੀ ਸੀ। ਉਹ ਅਹਿਮ ਗੱਲ ਸੀ ਕਿ ਜਦੋਂ ਹਰੀ ਸਿੰਘ ਦੇ ਬੁਰਜ ਕੋਲ ਆ ਜਾਵੇ ਤੇ ਮਰਦਾ ਆਪਣੀ ਵੱਡੀ ਤੋਪ ਦਾ ਗੋਲਾ ਅਸਮਾਨ ਵੱਲ ਨੂੰ ਮੂੰਹ ਦਾਗ ਤਾਂ ਨੂੰ ਕਰਕੇ ਦਾਗ ਦੇ ਵੀ ਮੈਂ ਸਮਝ ਜਾਵਾਂਗਾ ਕਿ ਮਰਦ ਸਰਦਾਰ ਹਰੀ ਸਿੰਘ ਨਲੂਆ ਮੈਦਾਨੇ ਜੰਗ ਜਮਰੌਦ ਦੇ ਅੰਦਰ ਆ ਪੁੱਜੇ। ਉਧਰੋਂ ਪਹਿਲਾ ਪੈਰ ਹੋਇਆ ਯਥੇਦਾਰ ਮਹਾਂ ਸਿੰਘ ਨਿਤਨੇਮ ਔਰ ਗੁਰੂ ਕੀ ਸਾਰੀ ਲਾਡਲੀ ਫੌਜ ਸਿੰਘ ਨਿਤਨੇਮ ਦੀ ਸਮਾਪਤੀ ਕਰਕੇ ਹਟੇ ਨੇ। ਇੱਧਰੋਂ ਮਰਦ ਨੂੰ ਪਤਾ ਸੀ ਕਿ ਨਿਤਨੇਮ ਦੀ ਸਮਾਪਤੀ ਦਾ ਸਮਾਂ ਹੈ। ਮਰਦ ਨੇ ਇੱਧਰ ਆਪਣੀ ਨਿਤਨੇਮ ਦੀ ਸਮਾਪਤੀ ਕਰਦਿਆਂ ਸਾਰ ਹਰੀ ਸਿੰਘ ਦੇ ਬੁਰਜ ਦੇ ਕੋਲੋਂ ਵੱਡੀ ਤੋਪ ਅਸਮਾਨ ਵੱਲ ਨੂੰ ਮੂੰਹ ਕਰਕੇ ਗੋਲਾ ਦਾਗ ਦਿੱਤਾ ਹੈ। ਜਦੋਂ ਗੋਲਾ ਅਸਮਾਨ ਦੇ ਵੱਲ ਦਾਗਿਆ ਆਵਾਜ਼ ਆਈ ਖੜਾਕ ਹੋਇਆ ਚਾਨਣ ਹੋਇਆ। ਇਤਿਹਾਸ ਕਹਿੰਦਾ ਕਿ ਜਥੇਦਾਰ ਮਹਾਂ ਸਿੰਘ ਨੇ 5 ਜਕਾਰੇ ਛੱਡੇ ਨੇ ਔਰ 5 ਜਕਾਰੇ ਛੱਡ ਕੇ ਆਖਿਆ ਮਰਦੋ ਯਾਦ ਰੱਖਿਆ ਦੇ, 1 ਬਾਈ ਤੁਸੀਂ ਰੋਕੀ ਸੀ ਅਫਗਾਨਾਂ ਦੀ ਔਰ 3 ਬਾਈਆਂ ਬਾਈਦੀਆਂ ਸੀ ਅਤੇ ਮਰਦ ਸਰਦਾਰ ਹਰੀ ਸਿੰਘ ਨਲੂਆ ਆ ਪੁੱਜਾ ਹੈ। ਹੁਣ 3 ਬਾਈਆਂ ਉਹ ਮਰਦ ਰੋਕੇਗਾ ਅਤੇ 1 ਵੀ ਬਚ ਕੇ ਸੁੱਕਾ ਨਹੀਂ ਜਾਣਾ ਚਾਹੀਦਾ। ਇਹ ਸੀ ਚੜ੍ਹਦੀ ਕਲਾ ਦਾ ਪ੍ਰਤੀਕ। ਸਿੱਖ ਰਾਜ ਆਇਆ ਕਿਵੇਂ ਗਏ ਦੀ ਬਹੁਤ ਗੱਲ ਹੋ ਗਈ। ਮਰਦ ਸਰਦਾਰ ਹਰੀ ਸਿੰਘ ਨਲੂਆ ਜਦੋਂ ਉੱਥੇ ਆਣ ਪੁੱਜਾ ਹੈ ਪਹਿਲਾ ਪੈਰ ਲੱਗਾ ਹੈ, ਹੁਣ ਪਉ ਫਟਾਲੇ ਦੀ ਉਡੀਕ ਹੋਣ ਲੱਗੀ। ਜਮਰੌਦ ਦੇ ਮੈਦਾਨ ਅੰਦਰ ਮਰਦ ਆ ਪੁੱਜਾ ਹੈ, ਸਾਰੀ ਖਬਰ ਮਿਲ ਗਈ ਕਿਸ ਢੰਗ ਨਾਲ ਕਿਸ ਕਦਰ ਕਿਸ ਤਰੀਕੇ ਦੇ ਨਾਲ ਉਸ ਫੌਜ ਨੇ ਆ ਕੇ ਆਪਣੇ ਜਿਹੜੇ ਪੈਰ ਨੇ ਉਹ ਜ਼ਮਾਏ ਨੇ। ਮਰਦ ਸਰਦਾਰ ਹਰੀ ਸਿੰਘ ਨਲੂਏ ਨੇ ਆਖਿਆ, ਕਹਿੰਦਾ ਕਿ ਯਾਦ ਰੱਖਿਆ ਜੇ ਇਹਨਾਂ ਦੇ ਵਿੱਚੋਂ 1 ਵੀ ਸੁੱਕਾ ਬਚ ਕੇ ਨਹੀਂ ਜਾਣਾ ਚਾਹੀਦਾ। ਹੁਣ ਤਵੱਜੋਂ ਦਿਆ ਜੇ, 3 ਬਾਈਆਂ ਸੀ, 1 ਬਾਈ ਜਿਹੜੀ ਸੱਜੇ ਹੱਥ ਦੀ ਉਹ ਦਿੱਤੀ ਨਿਧਾਨ ਸਿੰਘ ਪੰਜ ਹੱਥੇ ਨੂੰ ਔਰ ਉਹਦੀ ਕਮਾਨ ਉਹਨੂੰ ਦੇ ਕੇ ਉਹਦੇ ਸਿੰਘਾਂ ਨੂੰ ਨਾਲ ਤੋਰ ਦਿੱਤਾ ਅਤੇ ਆਖਿਆ ਮਰਦਾ
ਯਾਦ ਰੱਖੀ, ਇੱਕ ਵੀ ਪਠਾਨ ਜਿਹੜਾ ਬਚ ਕੇ ਸੁੱਕਾ ਨਹੀਂ ਜਾਣਾ ਚਾਹੀਦਾ। ਤਕਰੀਰ ਸੀ ਨਾ ਮਰਦ ਦੀ, ਦੂਸਰੀ ਦਿੱਤੀ ਅਮਰ ਸਿੰਘ ਮਜੀਠੀਆ ਨੂੰ। ਅਮਰ ਸਿੰਘ ਮਜੀਠੀਆ ਨੂੰ ਦੇਖ ਕੇ ਖੱਬੀ ਬਾਈ ਕਹਿੰਦਾ, ਮਰਦਾ ਇੱਧਰ ਦੀ ਤੂੰ ਨਹੀਂ ਲੰਘਣ ਦੇਣਾ, ਅਤੇ ਜਿਹੜੀ ਸੈਂਟਰ ਦੀ ਬਾਈ ਸੀ ਨਾ ਉਹ ਮਰਦ ਨੇ ਆਪ ਸਾਂਭੀ ਹੈ। ਆਪ ਸਾਂਭ ਕੇ ਬਾਈ ਪਹੁ ਫਟਾਲੇ ਦੀ ਉਡੀਕ ਹੋਣ ਲੱਗੀ ਹੈ। ਹੁਣ ਪਹੁ ਫਟਾਲੇ ਦੀ ਉਡੀਕ ਦੇ ਨਾਲ ਸੂਰਜ ਦੀ ਪਹਿਲੀ ਕਿਰਨ ਦੇ ਨਾਲ ਲਾ ਕੇ ਨਗਾਰੇ 'ਤੇ ਚੋਟ ਗੁਰੂ ਕਾ ਖਾਲਸਾ ਅਚਿੰਤੇ ਬਾਜਾਂ ਦੀ ਤਰ੍ਹਾਂ ਸੰਮੀ ਖਾਂ ਦੀ ਫੌਜ 'ਤੇ ਤਵਾ ਬੋਲ ਦਿੱਤਾ ਹੈ। ਲੜ ਰਹੇ ਨੇ, ਹੁਣ ਲੜਦਿਆਂ ਲੜਦਿਆਂ ਦੋਵੇਂ ਫੌਜਾਂ ਤਲਵਾਰਾਂ ਢਾਲਾਂ 'ਤੇ ਨੇਜਿਆਂ ਦੇ ਉੱਪਰ ਚੰਗਿਆੜੇ ਨਿਕਲਣ ਲੱਗੇ, ਲਹੂ ਮਿਸ ਦਾ ਗਾਰਾ ਇੱਕ ਹੋਣ ਲੱਗਾ ਹੈ। ਹੁਣ ਦੋਵੀਆਂ ਫੌਜਾਂ ਦੇ ਜ਼ਮਾਨਾ ਮੂੰਹ ਸਾਹਮਣੇ ਹੋ ਰਹੇ ਨੇ। ਕਲਯੋਗਣਾ ਉੱਪਰੋਂ ਆਪਣਾ ਮੁੱਖ ਸਵਾਰ ਰਹੀਆਂ ਨੇ, ਜੀਭਾਂ ਸਵਾਰ ਰਹੀਆਂ ਨੇ ਇਸ ਜਵਾਨੀ ਨੂੰ ਵੇਖ ਵੇਖ ਕੇ। ਕਹਿੰਦੇ ਮਰਦ ਸਰਦਾਰ ਹਰੀ ਸਿੰਘ ਨਲੂਆ ਵੀ ਲੜਦਾ ਲੜਦਾ ਜਾ ਪਹੁੰਚਿਆ ਸੰਮੀ ਖਾਨ ਦੇ ਕੋਲ। ਹੁਣ ਦੋਵਾਂ ਹੀ ਮਰਦਾਂ ਦਾ ਟਾਕਰਾ ਹੋ ਗਿਆ। ਜਦੋਂ ਦੋਵਾਂ ਮਰਦਾਂ ਦਾ ਟਾਕਰਾ ਹੋਇਆ ਨਾ, ਅਤੇ ਸੰਮੀ ਖਾਨ ਪਠਾਨ ਨੇ ਪੂਰਾ ਫਲਾਦ ਦਾ ਮਖੋਟਾ ਔਰ ਫਲਾਦ ਦੀ ਜ਼ਰੀਬ ਤਨ 'ਤੇ ਪਾਈ, ਜੰਗੀ ਜਰਨੈਲ ਬਣਿਆ, ਅਤੇ ਮਰਦ ਸਰਦਾਰ ਹਰੀ ਸਿੰਘ ਨਲੂਏ ਨੇ ਚਿੱਟਾ ਬਾਣਾ ਪਾਇਆ। ਚਿੱਟਾ ਬਾਣਾ ਪਹਿਣ ਕੇ ਸਾਹਮਣੇ ਆਇਆ ਹੈ। ਸੰਮੀ ਖਾਨ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਮਹਾਂ ਸਿੰਘ ਦੇ ਨਾਲ ਮੇਰੀ ਜੰਗ ਕੱਲ੍ਹ ਹੋਈ ਹੈ, ਪਰ ਅੱਜ ਮਹਾਂ ਸਿੰਘ ਦੇ ਨਾਲ ਨਹੀਂ, ਅੱਜ ਮੇਰੀ ਜੰਗ ਜਿਹੜੀ ਉਹ ਨਲੂਏ ਦੇ ਨਾਲ ਹੋਣ ਲੱਗੀ। ਮਰਦ ਸਰਦਾਰ ਹਰੀ ਸਿੰਘ ਨਲੂਆ ਤਿਆਰ ਬਰ ਤਿਆਰ, ਚਿੱਟੀ ਪੁਸ਼ਾਕ, ਮਰਦ ਦੇ ਮੁਸ਼ਾਹਰਿਆਂ ਵੱਲ ਵੇਂਹਦਾ, ਨੇਤਰਾਂ ਵੱਲ ਵੇਂਹਦਾ, ਨੇਤਰਾਂ ਵੱਲ ਵੇਖ ਕੇ ਕਹਿੰਦਾ, ਹਰੀ ਸਿੰਘ ਤੂੰ ਹੈ? ਅਤੇ ਮਰਦ ਸਰਦਾਰ ਹਰੀ ਸਿੰਘ ਨਲੂਆ ਨਿੰਮਾ ਜਿਹਾ ਮੁਸਕਰਾਇਆ, ਮੁਸਕਰਾ ਕੇ ਕਿਹਾ, ਸੰਮੀ ਖਾਨਾ ਤੇਰਾ ਮੇਰਾ ਮਿਲਾਪ ਰਣਤੱਤੇ ਅੰਦਰ ਹੋਇਆ। ਆਹ ਦੋ ਦੋ ਹੱਥ ਕਰ ਲਈਏ, ਉਹ ਬਗਾਨੀਆਂ ਮਾਵਾਂ ਦੇ ਪੁੱਤਾਂ ਨੂੰ ਲੜਾ ਕੇ ਨਾ ਮਰਵਾ। ਜੇ ਤੇਰੇ ਡੌਲਿਆਂ ਵਿੱਚ ਤਾਕਤ ਹੈ ਤੇ ਤੂੰ ਆ ਪਰਤ, ਤੇ ਆਪਾਂ ਦੋਵੇਂ ਦੋ ਦੋ ਹੱਥ ਕਰ ਲਈਏ, ਤੇ ਆਪਾਂ ਆਪਣੀ ਜੰਗ ਦਾ ਜਿੱਤ ਤੇ ਹਾਰ ਦਾ ਫੈਸਲਾ ਕਰ ਲਈਏ। ਕਹਿੰਦੇ ਸੰਮੀ ਖਾਂ ਮੰਨਿਆ ਨਹੀਂ, ਉਹਨੂੰ ਪਤਾ ਸੀ ਮੇਰੀ ਫੌਜ ਹੋਰ ਆ ਰਹੀ ਹੈ, ਮੈਂ ਜਿੱਤ ਹੀ ਜਾਣਾ। ਜਦੋਂ ਨੇ ਆਹ ਗੱਲ ਵੇਖੀ ਤੇ ਮਰਦ ਸਰਦਾਰ ਹਰ ਸਿੰਘ ਨਲੂਏ ਨੇ ਆਪਣੇ ਘੋੜੇ ਨੂੰ ਸਿਖਾਇਆ ਸੀ, ਕਿਉਂਕਿ ਇਹ ਇਜ਼ਰਾਈਲ ਫਰਿਸ਼ਤਾ ਜਿਹੜਾ ਸੀ ਨਾ, ਜਿਹੜਾ ਦਿਲ ਬਾਗ ਅਤੇ ਗੁੱਲ ਬਾਗ ਸੀ, ਬੱਕੀ, ਇਹ ਜਿਹੜੇ ਘੋੜੇ ਸਨ, ਇਹਨਾਂ ਦੀ ਨਸਲ ਦੇ ਵਿੱਚੋਂ ਮਰਦ ਸਰਦਾਰ ਹਰੀ ਸਿੰਘ ਨਲੂਏ ਦੇ ਕੋਲ ਘੋੜਾ ਸੀ, ਕਿਉਂਕਿ ਮੇਰਾ ਵਿਸ਼ਾ ਨਹੀਂ, ਜਿਵੇਂ ਇਸ ਪੱਖ ਨੂੰ ਜਾਵਾਂਗਾ ਤਾਂ ਮੇਰਾ ਹੋ ਜਾਵੇਗਾ ਵਿਸ਼ਾ। ਉਹਨਾਂ ਦੇ ਵਿੱਚੋਂ ਇੱਕ ਸੀ ਜਿਹੜਾ ਆਪਣੇ ਘੋੜ ਸਵਾਰ ਦੀ ਗੱਲ ਨੂੰ ਚੰਗੀ ਤਰ੍ਹਾਂ ਸਮਝਦਾ ਸੀ, ਜਾਣਦਾ ਸੀ। ਮਰਦ ਨੇ ਆਖਿਆ, ਰਣਾ ਦਾ ਜੇਤੂ ਰਿਹਾ, ਇਹ ਜੰਗ ਹੈ, ਇਹ ਰਣਤੱਤਾ ਹੈ, ਮੈਂ ਜੰਮੂ ਕਸ਼ਮੀਰ ਦੇ ਇਲਾਕੇ ਵਿੱਚ ਤੇਰੀ ਨਜ਼ਰ ਦੇ ਨਾਲ ਤੇਰੇ ਜ਼ਰੀਏ ਧੌਂਸ ਜਮਾਈ, ਹੁਣ ਤਗੜਾ ਹੋ ਜਾਈ। ਲਾਗੇ ਘੋੜਾ ਕੀਤਾ ਹੈ, ਜਦੋਂ ਵਾਰ ਕਰਨ ਲੱਗਾ ਹੈ ਨਾ, ਅਤੇ ਸੰਮੀ ਖਾਂ ਫਿਰ ਰਣਨੀਤੀ ਦਾ ਪੈਂਤੜਾ ਵਰਤ ਗਿਆ। ਰਣਨੀਤੀ ਦਾ ਚੰਗਾ ਧਨੀ ਸੀ ਸੰਮੀ ਖਾਨ, ਤਲਵਾਰ ਦਾ ਵੀ ਧਨੀ ਸੀ। ਆਵਾਜ਼ ਦੇਖ ਕੇ ਕਹਿੰਦਾ, ਮੈਂ ਸੁਣਿਆ, ਹਰੀ ਸਿੰਘ ਨਲੂਏ ਨੂੰ ਕਹਿੰਦਾ, ਕਹਿੰਦਾ ਮੈਂ ਸੁਣਿਆ ਗੁਰੂ ਨਾਨਕ ਦਾ ਸਿੱਖ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸਿੱਖ ਜਿਹੜਾ ਪਹਿਲਾ ਵਾਰ ਨਹੀਂ ਕਰਦਾ। ਮਰਦ ਸਰਦਾਰ ਹਰੀ ਸਿੰਘ ਨਲੂਆ ਕਹਿੰਦਾ, ਉਹ ਇਹ ਤਾਂ ਰਣਤੱਤਾ ਹੈ। ਕਹਿੰਦਾ ਨਹੀਂ, ਮੈਂ ਸੁਣਿਆ ਨਹੀਂ ਕਰਦਾ, ਆਪਣਾ ਪੈਂਤੜਾ ਵਰਤਦਾ ਹੈ। ਮਰਦ ਸਰਦਾਰ ਹਰੀ ਸਿੰਘ ਨਲੂਆ ਕਹਿੰਦਾ, ਤੂੰ ਸਹੀ ਸੁਣਿਆ, ਜੇ ਗੁਰੂ ਨਾਨਕ ਦੀ ਤੂੰ ਸਿਫਤ ਸੁਣੀ ਹੈ, ਗੁਰੂ ਨਾਨਕ ਦੇ ਘਰ ਦੀ ਸਿਫਤ ਸੁਣੀ ਹੈ, ਤਾਂ ਉਹ ਗਲਤ ਨਹੀਂ ਹੋ ਸਕਦੀ, ਸਹੀ ਹੈ। ਮੰਗ ਕੀ ਮੰਗਦਾ? ਕਹਿੰਦਾ ਮੈਂ ਇੱਕ ਵਾਰ ਮੰਗਦਾ। ਜਦੋਂ ਉਹਨੇ ਆਖਿਆ ਨਾ ਇੱਕ ਵਾਰ ਮੰਗਦਾ, ਅਤੇ ਮਰਦ ਸਰਦਾਰ ਹਰੀ ਸਿੰਘ ਨਲੂਆ ਕਹਿੰਦਾ, ਵਾਹ ਓਏ ਖਾਨਾ, ਤੂੰ ਇੱਕ ਦੀ ਮੰਗ ਕਰਦਾ, ਖਾਲਸਾ ਇੱਕੀਆਂ ਦੀ ਇਕੱਤੀ ਮੋੜਦਾ।
ਜਾਂ ਤੈਨੂੰ ਤਿੰਨ ਵਾਰ ਦਿੱਤੇ, ਮਤਾਂ ਹੀ ਤੇਰੇ ਕੋਈ ਦਿਲ ਦੀ ਦਿਲ ਵਿੱਚ ਰਹਿ ਜਾਵੇ। ਆਪਣੇ ਦਿਲ ਦੇ ਚਾਪ ਗਾਲਾ ਇਹ ਪਿਛਾਂ ਹੋਇਆ, ਇਹਦੇ ਮਨ ਦੇ ਅੰਦਰ ਜਿੱਤ ਦਾ ਲੱਡੂ ਫੁੱਟਿਆ, ਇਹਨੂੰ ਉਹ ਪ੍ਰਤੀਤ ਹੋਇਆ ਵਾਰ 'ਤੇ ਇੱਕ ਮਾਰ ਨਹੀਂ ਸੀ, ਇਹਨੇ ਮੈਨੂੰ ਤਿੰਨ ਦੇ ਦਿੱਤੇ ਨੇ। ਪਿਛਾਂ ਹੋਇਆ, ਪਿਛਾਂ ਹੋ ਕੇ ਇਹਨੇ ਭਰਮਾਂ ਵਾਰ ਕੀਤਾ। ਅਤੇ ਕਵੀ ਦੇ ਖਿਆਲ ਦੀ ਉਡਾਰੀ ਹੈ, ਕਹਿੰਦੇ ਮਰਦ ਸਰਦਾਰ ਹਰੀ ਸਿੰਘ ਨਲੂਏ ਨੇ ਆਪਣੇ ਘੋੜੇ ਦੇ ਕਾਜਿਆਂ ਨੂੰ ਹਲਕਾ ਜਿਹਾ ਘੁਮਾਇਆ, ਖੱਬੇ ਪੈਰ ਦੇ ਉੱਪਰ ਇਹਦੀ ਤਲਵਾਰ ਹਲਕਾ ਜਿਹਾ ਦਾਗ ਦੇ ਗਈ। ਅਤੇ ਕਵੀ ਕਹਿੰਦਾ ਮੈਨੂੰ ਇਉਂ ਪ੍ਰਤੀਤ ਹੋਇਆ ਜਿਵੇਂ ਸੰਮੀ ਖਾਨ ਦੀ ਤਲਵਾਰ ਮਰਦ ਸਰਦਾਰ ਹਰੀ ਸਿੰਘ ਨਲੂਏ ਦੇ ਚਰਨ ਸਪਰਸ਼ ਕਰ ਰਹੀ ਹੋਵੇ, ਹਲਕਾ ਜਿਹਾ ਦਾਗ ਦਿੱਤਾ। ਅਤੇ ਸਰਦਾਰ ਹਰੀ ਸਿੰਘ ਨਲੂਏ ਨੇ ਆਖਿਆ ਖਾਨਾ ਵਾਹ, ਬਾਕੀ ਕਿਸੇ ਉਸਤਾਦ ਦਾ ਚੰਡਿਆ ਹੈ, ਪਰ ਯਾਦ ਰੱਖੀ ਵਾਰ ਤੇਰੇ ਦੋ ਰਹਿ ਗਏ ਨੇ, ਇੱਕ ਹੋ ਗਿਆ। ਇਹ ਪਿਛਾਂ ਹੋਇਆ, ਇਹਨੇ ਆਪਣਾ ਆਪ ਸੰਭਲਿਆ, ਇਹਨੇ ਰੁਕ ਚੱਜ ਵੇਖ ਕੇ ਦੂਸਰਾ ਵਾਰ ਫਿਰ ਕੀਤਾ। ਇਤਿਹਾਸਕਾਰ ਹਿਸਟੋਰੀਅਨ ਕਹਿੰਦਾ ਕਿ ਉਹ ਜਿਹੜਾ ਦੂਸਰਾ ਵਾਰ ਇਹਨੇ ਕੀਤਾ ਨਾ, ਉਹ ਮਰਦ ਸਰਦਾਰ ਹਰੀ ਸਿੰਘ ਨਲੂਏ ਦੇ ਖੱਬੇ ਇਸ ਡੌਲੇ ਦੇ ਉੱਪਰ ਵੀ ਹਲਕਾ ਜਿਹਾ ਵਾਰ ਫਿਰ ਦੇ ਗਿਆ, ਜ਼ਖਮ ਦੇ ਗਿਆ। ਜਦੋਂ ਜ਼ਖਮ ਦੇ ਗਿਆ, ਹੁਣ ਚਿੱਟਾ ਲਿਬਾਸ ਸੀ, ਖੂਨ ਨਿਕਲਿਆ, ਇਹਨੂੰ ਖੁਸ਼ੀ ਹੋਈ, ਇਹ ਪਿਛਾਂ ਹੋਇਆ। ਮਰਦ ਸਰਦਾਰ ਹਰੀ ਸਿੰਘ ਨਲੂਏ ਨੇ ਉਸੇ ਡੌਲੇ ਦੇ ਉੱਪਰ ਥਾਪੀ ਦੇ ਕੇ ਆਖਿਆ ਓਏ ਖਾਨਾ, ਯਾਦ ਰੱਖੀ ਵਾਰ ਤੇਰਾ ਇੱਕ ਰਹਿ ਗਿਆ, ਉਸ ਤੋਂ ਬਾਅਦ ਮੇਰੀ ਵਾਰੀ ਹੈ। ਫਿਰ ਭੱਜੀ ਨਾ, ਅੱਧਾ ਤੇ ਮਰ ਗਿਆ, ਠੰਬਰ ਗਿਆ। ਇਹਨੇ ਪੜ੍ਹਿਆ ਨਬੀ ਦਾ ਕਲਮਾ, ਪੜ੍ਹ ਕੇ ਨਬੀ ਦਾ ਕਲਮਨਾ ਪੱਬਾਂ ਪਾਰ ਹੋ ਕੇ ਇਹਨੇ ਜਦੋਂ ਭਰਮਾਂ ਵਾਰ ਕੀਤਾ, ਮਰਦ ਨੇ ਅੱਗੇ ਢਾਲ ਡਾਹਤੀ। ਇਤਿਹਾਸ ਕਹਿੰਦਾ ਉਹਦੀ ਤਲਵਾਰ ਮਰਦ ਸਰਦਾਰ ਹਰੀ ਸਿੰਘ ਨਲੂਏ ਦੀ ਢਾਲ ਦੇ ਵਿੱਚ 2.5 ਇੰਚ ਧੱਸ ਗਈ, 2.5 ਇੰਚ ਵਿੱਚ ਧੱਸ ਗਈ। ਅਤੇ ਜਦੋਂ ਖਿੱਚਣ ਲੱਗਾ ਨਾ, ਦੋ ਤਰ੍ਹਾਂ ਦੀਆਂ ਢਾਲਾਂ ਨੇ, ਇੱਕ ਫਲਾਦੀ ਲੋਹੇ ਦੀ ਅਤੇ ਇੱਕ ਗੈਂਡੇ ਦੇ ਉਸ ਮਾਸ ਦੀ, ਉਹਦੀ ਖੱਲ ਦੀ। ਉਹਨਾਂ ਢਾਲਾਂ ਦਾ ਜ਼ਿਕਰ ਜਿਹੜਾ ਆਉਂਦਾ ਕਿ ਜੰਗਾਂ ਦੇ ਵਿੱਚ, ਜਿੱਦਾਂ ਦੇ ਵਿੱਚ ਕੀਤਾ ਗਿਆ। ਮਰਦ ਸਰਦਾਰ ਹਰੀ ਸਿੰਘ ਨਲੂਏ ਦੇ ਜਦੋਂ ਢਾਲ ਦੇ ਵਿੱਚ ਤਲਵਾਰ ਧੱਸ ਗਈ, ਖਿੱਚਣ ਲੱਗਾ ਅਤੇ ਤਲਵਾਰ ਖਿੱਚੀ ਨਾ ਗਈ, ਜਦੋਂ ਤਲਵਾਰ ਖਿੱਚੀ ਨਾ ਗਈ, ਅਤੇ ਇਹਨੇ ਆਪਣੇ ਘੋੜੇ ਨੂੰ ਅੱਡੀ ਲਾਈ ਅਤੇ ਘੋੜਾ ਖੈਂਬਰ ਦੜਾਂ ਵੱਲ ਨੂੰ ਦੜਾ ਉੱਠਿਆ। ਅਤੇ ਮਰਦ ਨੇ ਢਾਲ ਦੇ ਵਿੱਚੋਂ ਸ੍ਰੀ ਸਾਹਿਬ ਕੱਢੀ, ਅਤੇ ਸ੍ਰੀ ਸਾਹਿਬ ਕੱਢ ਕੇ ਆਵਾਜ਼ ਮਾਰੀ, ਆਵਾਜ਼ ਮਾਰ ਕੇ ਕਹਿੰਦਾ ਖਾਨਾ ਓਏ ਰਣ ਤੱਤੇ, ਅਤੇ ਰਣ ਤੱਤੇ ਅੰਦਰ ਜਦੋਂ ਭਾਜੀ ਪਾਈਏ ਫਿਰ ਨਿਯੰਤਰੇ ਦੀ ਉਡੀਕ ਰੱਖੀ ਦੀ ਹੈ, ਤਿੰਨ ਕੀਤੇ ਸੀ, ਇੱਕ ਦੀ ਤਾਂ ਉਡੀਕ ਰੱਖ ਦਿਉ। ਇਹਨੇ ਹੋਰ ਘੋੜਾ ਤੇਜ਼ ਕਰ ਲਿਆ, ਮਰਦ ਨੇ ਲਾ ਕੇ ਘੋੜੇ ਨੂੰ ਅੱਡੀ, ਔਰ ਬਰਾਬਰ ਕਰਕੇ ਸੰਮੀ ਖਾਨ ਦੇ ਘੋੜਾ ਉਹ ਕੱਢ ਕੇ ਤਲਵਾਰ ਵਿੱਚੋਂ ਉਹਦੇ ਵੱਲ ਨੂੰ ਸੁੱਟੀ। ਇਹਨੇ ਮਰਦੇ ਜਿਉਂਦੇ ਸੰਮੀ ਖਾਨ ਨੇ ਫੜ ਤੇ ਲਈ, ਪਰ ਵਾਰ ਕਰਨ ਦਾ ਹੀਆ ਨਾ ਪਿਆ ਅਤੇ ਫਿਰ ਦੌੜ ਉੱਠਿਆ। ਜਦੋਂ ਦੌੜ ਉੱਠਿਆ ਨਾ, ਤੇ ਮਰਦ ਸਰਦਾਰ ਹਰੀ ਸਿੰਘ ਨਲੂਆ ਦੇਖ ਕੇ ਥਾਪੀ ਆਪਣੇ ਫਰਿਸ਼ਤੇ ਨੂੰ, ਕਹਿੰਦਾ ਮਰਦਾ ਇਹ ਸੁੱਕਾ ਨਹੀਂ ਜਾਣਾ ਚਾਹੀਦਾ, ਕਰਕੇ ਸੰਮੀ ਖਾਨ ਦੇ ਅਗਲਵਾਂਡੀ ਘੋੜਾ ਮਰਦ ਨੇ ਖਿੱਚ ਕੇ ਘੋੜੇ ਦੇ ਕਾਜਿਆਂ ਨੂੰ ਔਰ ਰੋਕ ਕੇ ਖਾਨ ਨੂੰ ਪਾ ਕੇ ਰਕਾਬਾਂ ਦੇ ਪਾਰ ਕਲਗੀ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਯਾਦ ਕੀਤਾ। ਦੁਕਾਲਿੰਗ ਪ੍ਰਣਾਸੀ ਦੇ ਅਲੰਗ ਸਰੂਪੇ ਸਦਾ ਅੰਗ ਸੰਗੇ ਅਭੰਗ ਬੇ ਭੂਤੇ, ਕਲਗੀ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਕਰਕੇ ਯਾਦ, ਲਿਆ ਕੇ ਉੱਪਰੋਂ ਤਲਵਾਰ ਵੰਗਾਰ ਕੇ ਖਾਨ ਨੂੰ ਆਖਿਆ ਓਏ ਖਾਨਾ ਤਿੰਨ ਵਾਰ ਕੀਤੇ ਇੱਕ ਨਹੀਂ ਲੱਗਾ, ਮੈਂ ਦੱਸਦਾ ਵਾਰ ਉਵੇਂ ਨਹੀਂ ਵਾਰ ਇੱਦਾਂ ਕਰੀਦਾ ਈ। ਆ ਕੇ ਹਰੀ ਸਿੰਘ ਜਰਨੈਲ ਨੇ ਜਿਸ ਦਮ ਦਿੱਤਾ ਹੱਲਾ ਕਰਵਾ, ਉਧਰ ਮੁਗਲ ਪਠਾਨ ਆਣ ਕੇ ਲੈ ਰਣ ਵਿੱਚ ਪੈਰ ਜਮਾ, ਨਿਤਾਨ ਸਿੰਘ ਤੇ ਅਮਰ ਸਿੰਘ ਸੂਰਮੇ ਜੁੱਟੇ ਚੌਂ ਤਰਫਾ
ਉੱਤੇ ਲੋਹਾ ਖੜਕਦਾ 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 ਰਹੇ ਤੀਰ ਤੇ ਚੱਕਰ ਚਲਾ ਹਰੀ ਸਿੰਘ ਜੁਰਨੈਲ ਨੇ ਜਿਸ ਦਮ ਦਿੱਤਾ ਹੱਲਾ ਕਰਵਾ ਉਧਰ ਮੁਗਲ ਪਠਾਨ ਆਣ ਕੇ ਲੈ ਰਣ ਵਿੱਚ ਪੈਰ ਜਮਾ ਤਾਨ ਸਿੰਘ ਤੇ ਅਮਰ ਸਿੰਘ ਸੂਰਮੇ ਜੁੱਟੇ ਚੋ ਤਰਫਾ ਤੋਇਆ ਉੱਤੇ ਲੋਹਾ ਖੜਕਦਾ 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 ਰਹੇ ਤੀਰ ਤੇ ਚੱਕਰ ਚਲਾ ਜਦੋਂ ਚੱਲਦੇ ਵਾਰ ਜਵਾਨ ਦੇ ਹੁੰਦੇ ਪੂਰਾਂ ਦੇ ਪੂਰ ਤਬਾਹ ਉੱਥੇ ਜੰਗ ਮੱਚਿਆ ਘਮਸਾਨ ਦਾ ਘਮਸਾਨ ਦਾ ਘਮਸਾਨ ਦਾ ਦਿੱਤੀ ਸਭ ਦੀ ਹੋਸ਼ ਭੁਲਾ ਹਰੀ ਸਿੰਘ ਜਰਨੈਲ ਸੀ ਸੰਮੀ ਖਾਨ ਕੋਲ ਪੁੱਜਿਆ ਸੰਮੀ ਖਾਨ ਨੂੰ ਕਿਹਾ ਸੀ ਵੰਗਾਰ ਕੇ ਮੇਰੇ ਨਾਲ ਤੂੰ ਹੱਥ ਵਟਾ ਦੀਨ ਜਿੱਠੀਏ ਨਾ ਬਗਾਨੇ ਪੁੱਤ ਮਰਵਾ ਪਹਿਲਾਂ ਵਾਰ ਤੂੰ ਕਰ ਦਿਲ ਖੋਲ ਕੇ ਆਪਣਾ ਸਾਰਾ ਯੋਰ ਤੂੰ ਲਾ ਸਮੀ ਖਾਨ ਨੂੰ ਚੜ ਗਿਆ ਦਿੱਤਾ ਨਲੂਏ ਤੇ ਵਾਰ ਚਲਾ ਚੁਸਤ ਚਲਾ ਕੀ ਸ਼ੇਰ ਨੇ ਦਿੱਤੀ ਤਾਲ ਸੀ ਅੱਗੇ ਦਾ ਤੈਨੂੰ ਵਾਰ ਪਹਿਲਾਂ ਕੀਤੇ ਖਾਨ ਨੇ ਲੈ ਤਿੰਨੇ ਹੀ ਵਾਰ ਬਜਾ ਹੁਣ ਵਾਰੀ ਆਈ ਸਿੰਘ ਸਾਹਿਬ ਦੀ ਸਿੰਘ ਸਤ ਕਰਤਾਰ ਦਿਆ ਮਾਰੀ ਮੋਢੇ ਤੇ ਤੇਗ ਜਵਾਨ ਨੇ ਛੇ ਇੰਜ ਦਸੀ ਸੀ ਜਾ ਸੰਮੀ ਖਾਨ ਡਿੱਗਾ ਜਾ ਕੋੜਿਓ ਪੈਰਾਂ ਵਿੱਚ ਸ਼ੇਰ ਦੇ ਜਾ ਨਸ ਖੈਬਰ ਦੇ ਦਾ ਬ੍ਰਹਮਪੁਰੀ ਕੇ ਨਾ ਬਚਣਗੇ ਪੰਜਾ ਸਿੰਘਾਂ ਦੇ ਨਾਲ ਪਾ ਮਰਦ ਸਰਦਾਰ ਹਰੀ ਸਿੰਘ ਨਲੂਏ ਨੇ ਭਰਮਾਂ ਵਾਰ ਕੀਤਾ ਹੈ ਇਤਿਹਾਸ ਕਹਿੰਦੇ ਨੇ ਸੱਜੇ ਮੋਢੇ ਤੋਂ ਜਦੋਂ ਸ੍ਰੀ ਸਾਹਿਬ ਮਾਰੀ ਨਾ ਖਿੱਚ ਕੇ ਰਕਾਬਾਂ ਤੇ ਭਾਰ ਪਾ ਕੇ ਫਲਾਦੀ ਜ਼ਰੀਬ ਨੂੰ ਚੀਰਦੀ ਹੋਈ ਸ੍ਰੀ ਸਾਹਿਬ ਸੰਮੀ ਖਾਨ ਦੀ ਛਾਤੀ ਵਿੱਚ 6 ਇੰਚ ਧੱਸ ਗਈ ਹੈ 6 ਇੰਚ ਕਿੰਨੇ ਬਲ ਦੇ ਨਾਲ ਵਾਰ ਕੀਤਾ ਹੋਵੇਗਾ ਮਰਦ ਨੇ ਕਹਿੰਦੇ ਜਦੋਂ ਸ੍ਰੀ ਸਾਹਿਬ ਖਿੱਚੀ ਹੈ ਨਾ ਤਾਂ ਸੰਮੀ ਖਾਨ ਮਰਦ ਸਰਦਾਰ ਹਰੀ ਸਿੰਘ ਨਲੂਏ ਦੇ ਪੈਰਾਂ ਵਿੱਚ ਆਣ ਡਿੱਗਾ ਮਰਦ ਘੋੜੇ ਤੋਂ ਥੱਲੇ ਉਤਰ ਕੇ ਸੰਮੀ ਖਾਨ ਦੀ ਛਾਤੀ 'ਤੇ ਖੱਬਾ ਪੈਰ ਰੱਖਿਆ ਮਰਦ ਨੇ ਵੰਗਾਰ ਕੇ ਆਖਿਆ ਖਾਨਾ ਕੋਈ ਮਰਦਾਂ ਵਾਲੀ ਗੱਲ ਤਾਂ ਨਹੀਂ ਵਾਰ ਕਰਕੇ ਦੌੜਨਾ ਤੂੰ ਇੱਕ ਵਾਰ ਮੰਗਿਆ ਸੀ ਤੈਨੂੰ 3 ਦਿੱਤੇ
ਇੱਕ ਦੀ ਤਾਂ ਉਡੀਕ ਰੱਖ ਦੋ, ਦੌੜਨ ਲੱਗਿਆ ਸਾਂ ਹਲਕਾ ਜਿਹਾ ਜਦੋਂ ਮਰਦ ਨੇ ਨੱਪਿਆ ਨਾ ਅਤੇ ਕਹਿੰਦੇ ਉਹਦੇ ਵਿੱਚੋਂ ਖੂਨ ਦੀ ਫੁਹਾਰ ਪਚਕਾਰੀ ਵੱਜੀ ਅਤੇ ਮਰਦ ਸਰਦਾਰ ਹਰੀ ਸਿੰਘ ਨਲੂਏ ਦੇ ਮੁੱਖ 'ਤੇ ਪਈ। ਇਵੇਂ ਪ੍ਰਤੀਤ ਹੋ ਰਿਹਾ ਸੀ ਜਿਵੇਂ ਕਿਸੇ ਨੇ ਕੇਸਰ ਦਾ ਛਿੜਕਾਅ ਕਰ ਦਿੱਤਾ ਹੋਵੇ। ਮਰਦ ਸਰਦਾਰ ਹਰੀ ਸਿੰਘ ਨਲੂਆ ਦੂਸਰਾ ਵਾਰ ਕਰਨ ਲੱਗਾ ਅਤੇ ਸੰਮੀ ਖਾਂ ਹੱਥ ਜੋੜ ਕੇ ਕਹਿੰਦਾ ਓਏ ਗੁਰੂ ਦਾ ਖਾਲਸਾ ਡਿੱਗਿਆਂ ਢੱਠਿਆਂ 'ਤੇ ਵੀ ਵਾਰ ਨਹੀਂ ਕਰਦਾ। ਕਹਿੰਦਾ ਵਾਹ ਉਹ ਖਾਨਾ ਪੈਂਤੜੇ ਤੂੰ ਸਾਰੇ ਹੀ ਚੰਗੀ ਤਰ੍ਹਾਂ ਜਾਣਦਾ, ਨਹੀਂ ਵਾਰ ਕੀਤਾ ਮਰਦ ਨੇ, ਪਰ ਹੋਇਆ ਹੋਵੇ ਮਰਦ ਸਰਦਾਰ ਹਰੀ ਸਿੰਘ ਨਲੂਏ ਦਾ ਵਾਰ ਜਿਹੜਾ ਇੱਕੇ ਵਾਰ ਦੇ ਨਾਲ ਸ਼ੇਰਾਂ ਨੂੰ ਚਿੱਤ ਕਰ ਸਕਦਾ ਹੈ, ਪਾੜ ਸਕਦਾ ਹੈ, ਉਹ ਬਚ ਜਾਵੇ। ਤੜਫ ਤੜਫ ਕੇ ਮਰਦ ਨੇ ਆਪਣੀ ਜਾਨ ਦੇ ਦਿੱਤੀ, ਸਰਦਾਰ ਮਾਰਿਆ ਗਿਆ, ਫੌਜਾਂ ਦੌੜ ਉੱਠੀਆਂ ਨੇ ਕੋਈ ਖੈਂਬਰਦਰਾਂ ਨੂੰ ਕੋਈ ਪਹਾੜੀਆਂ ਨੂੰ, ਅਤੇ ਨਿਧਾਨ ਸਿੰਘ ਪੰਜ ਹੱਥਾਂ ਇਹ ਸੁਰਕਰਮ ਦੀਆਂ ਪਹਾੜੀਆਂ ਦੇ ਫੌਜਾਂ ਦੇ ਪਿੱਛੇ ਜਾ ਕੇ ਉਹਨਾਂ ਨੂੰ ਵੱਢ ਰਿਹਾ। ਆਵਾਜ਼ ਦਿੱਤੀ ਮਰਦ ਸਰਦਾਰ ਹਰੀ ਸਿੰਘ ਨਲੂਏ ਨੇ, ਨਹੀਂ ਸੁਣੀ ਨਿਧਾਨ ਸਿੰਘ ਨੇ ਉਹਨਾਂ ਦੇ ਪਿੱਛੇ, ਕਹਿੰਦਾ ਉਹਨਾਂ ਨੂੰ ਪਤਾ ਕਿਵੇਂ ਲੱਗੇਗਾ ਕੁੰਡਲੀਆ ਵੀਰ ਖਾਲਸਾ ਦੇ ਜਿਉਂਦਾ, ਇਹ ਦੁਬਾਰਾ ਮੂੰਹ ਨਾ ਕਰਨਗੇ ਇਹਨੂੰ। ਸਰਦਾਰ ਹਰੀ ਸਿੰਘ ਨਲੂਏ ਨੂੰ ਪਿੱਛੇ ਜਾਣਾ ਪਿਆ ਆਪਣੇ ਜਰਨੈਲ ਦੇ। ਜਦੋਂ ਸੁਰਕਰਮ ਦੀਆਂ ਪਹਾੜੀਆਂ ਲੰਘਣ ਲੱਗਾ ਹੈ, ਪਠਾਨ ਦੋ ਲੋਕੇ ਸਨ ਉਹਨਾਂ ਗੋਲੀਆਂ ਚਲਾ ਦਿੱਤੀਆਂ, ਪੇਟ ਵਿੱਚ ਲੱਗੀਆਂ, ਕਮਰ ਕੱਸਾ ਸੀ, ਹੋਰ ਘੁੱਟ ਕੇ ਆਪਣੇ ਘੋੜੇ ਨੂੰ ਸ਼ਾਬਾਸ਼ ਦੇ ਕੇ ਆਖਣ ਲੱਗਾ ਮਰਦਾ ਰਾਣਾ ਦਾ ਜੇਤੂ ਰਿਹਾ ਹੈ, ਤੇਰਾ ਸਰਦਾਰ ਅੱਜ ਜ਼ਖਮੀ ਹੈ, ਇਹਨੂੰ ਕਿਲ੍ਹੇ ਦੇ ਅੰਦਰ ਲੈ ਜਾ। ਕਿਲ੍ਹੇ ਦੇ ਅੰਦਰ ਲਿਆਂਦਾ ਘੋੜੇ ਨੇ, ਜਥੇਦਾਰ ਮਹਾਂ ਸਿੰਘ ਅਤੇ ਹੋਰ ਜਰਨੈਲਾਂ ਨੇ ਘੋੜੇ ਤੋਂ ਉਤਾਰ ਕੇ ਪਲੰਘਾ ਸਾਹਿਬ 'ਤੇ ਬਿਠਾਇਆ। ਪਲੰਘਾ ਸਾਹਿਬ 'ਤੇ ਬੈਠਾ ਕਹਿੰਦਾ ਛੇਤੀ ਨਾਲ ਸਾਰੀ ਫੌਜ ਇਕੱਠੀ ਹੋ। ਸਾਰੀ ਫੌਜ ਨੂੰ ਇਕੱਠਿਆਂ ਕਰਕੇ ਕਹਿੰਦਾ ਓਏ ਤੁਸੀਂ ਸਾਰੇ ਹੀ ਮਰਦ ਸਰਦਾਰ ਹਰੀ ਸਿੰਘ ਨਲੂਏ ਹੋ, ਮੇਰੀ ਮੌਤ ਦੀ ਖਬਰ ਲਾਹੌਰ ਦਰਬਾਰ ਔਰ ਮੁਗਲੀਆ ਹਕੂਮਤ ਦੇ ਅਫਗਾਨੀਆਂ ਦੇ ਕੰਨੋ ਕੰਨ ਨਹੀਂ ਜਾਣੀ ਚਾਹੀਦੀ। ਉਹਦਾ ਕਾਰਨ ਸੀ ਕਿ ਕਵਰ ਨੌ ਨਿਹਾਲ ਦਾ ਵਿਆਹ ਚੱਲ ਰਿਹਾ ਸੀ, ਉਹਦੇ ਰੰਗਣਾ 'ਚ ਭੰਗਣਾ ਨਹੀਂ ਪੈਣੀ ਚਾਹੀਦੀ। ਮਰਦ ਸਰਦਾਰ ਹਰੀ ਸਿੰਘ ਨਲੂਆ ਆਖਰੀ ਸਿੱਖਿਆ ਦੇ ਰਿਹਾ, ਇੱਕ ਨਿਸ਼ਾਨ ਥੱਲੇ ਇਕੱਠੇ ਰਿਹੋ, ਉਹ ਤੁਸੀਂ ਸਾਰੇ ਹੀ ਮਰਦ ਹੋ। ਆਖਿਰਕਾਰ ਕਿਸੇ ਨੇ 7 ਕਿਹਾ, ਕਿਸੇ ਨੇ 9 ਕਿਹਾ, ਪਰ ਇਤਿਹਾਸ ਕਹਿੰਦਾ ਕਿ 29 ਅਪ੍ਰੈਲ 1834 ਨੂੰ, 37 ਦਾ ਜ਼ਿਕਰ ਕਰਦਾ ਕੋਈ 34 ਦਾ ਜ਼ਿਕਰ ਕਰਦਾ, ਮੈਂ ਦੋਵੇਂ ਪਹਿਲੂ ਤੁਹਾਡੀ ਖਿਦਮਤ ਵਿੱਚ ਰੱਖਦੇ ਹਾਂ। ਉਹ ਮਨਹੂਸ ਦਿਨ ਸਿੱਖ ਰਾਜ ਦਾ ਮਜ਼ਬੂਤ ਥੰਮ ਮਰਦ ਸਰਦਾਰ ਹਰੀ ਸਿੰਘ ਨਲੂਆ ਸਦਾ ਦੀ ਨੀਂਦ ਸੌਂ ਗਿਆ, ਚੰਦਨ ਦੀ ਚਿਖਾ ਚ ਨਹੀਂ ਗਈ। ਮਰਦ ਨੇ ਆਖਿਆ ਮੇਰਾ ਖੰਡਾ ਮੇਰੇ ਨਾਲ ਰੱਖਿਆ ਜੇ, ਮੇਰਾ ਮੁੱਖ ਚੜ੍ਹਦੇ ਵਾਲੇ ਪਾਸੇ ਨੂੰ ਰੱਖਿਆ ਜੇ, ਔਰ ਚੜ੍ਹਦੀ ਕਲਾ ਦੇ ਜ਼ਕਾਰੇ ਲਾਇਆ ਜੇ, ਕਿਸੇ ਨੇ ਮਨ ਨਹੀਂ ਭਰਨਾ, ਤੁਸੀਂ ਸਾਰੇ ਨਲੂਏ ਹੋ, ਸਦਾ ਦੀ ਨੀਂਦੇ। ਉਹ ਸਿੱਖ ਰਾਜ ਦਾ ਮਜ਼ਬੂਤ ਥੰਮ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਥੰਮ, ਸਦਾ ਦੀ ਨੀਂਦੇ ਸੌਂ ਗਿਆ।